जी सारे दोस्तों नूं जी एन लायलपुर यंग हिस्टोरियन क्लब दे विच जिहड़े दोस्त मैनूं वेख रहे ने उन्हां सारिआं नूं इह रिक्वेस्ट है कि तुसीं इहनूं वीडियो नूं जरा शेयर कर दिओ और बाकी दोस्तां तक सुना कुल्लो पैगाम भेजो मैसेज कर दिओ कि वह आ जाण ते अज दा जिहड़ा एक प्रोग्राम है उहदे च सारे दोस्त शामिल होईए और अज दी गल्लबात नूं जिहड़ा है उह सांझा कर सकीए। जिन्ना चिर साडे नाल दोस्त जुड़ रहे ने मैं सारे दोस्तों को क्लब के हवाले नाल दसदा जावां कि क्लब लायलपुर यंग हिस्टोरियन क्लब ऑनलाइन होए नूं तकरीबन साल हो गया है। इस तो वक्त असी इस तो पहले जिहड़ा है उहनूं फिजिकली भी करदे सी प्रोग्राम लेकिन हुण असी इहनूं ऑनलाइन कर रहे हैं। जे तीन मेजर जिहड़े चल रहे ने जिहड़े असी मोटे मोटे जिहड़े प्रोग्राम चल रहे ने उहनां चों हिस्ट्री लैक्चर सीरीज है जिहदे च पंजाब दे मुख्तलिफ जिहड़े एरियाज ने वक्खो वक्ख थावां ते ਜਿਹੜੇ ਹਿਸਟਰੀ ਦੇ ਗ੍ਰੇ ਏਰੀਆਜ ਨੇ ਉਹਨਾਂ ਨੂੰ ਅਸੀਂ ਐਕਸਪਲੋਰ ਕਰਨੇ ਆ ਵੇਖਣੇ ਆ ਖੋਲਾ ਫਾਲੀ ਕਰਨੇ ਉਹਨਾਂ ਦੀ। ਉਹਦੇ ਤੋਂ ਬਾਅਦ ਦੂਜਾ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਸ਼ਹਿਰਾਂ ਦੇ ਹਵਾਲੇ ਨਾਲ ਹੈ ਕਿ ਸਿਟੀ ਐਜ਼ ਇਟ ਵਾਜ਼ ਕਿ ਸ਼ਹਿਰ ਕਿੱਦਾਂ ਜਿਹੜੇ ਪੰਜਾਬ ਦੀ ਤਾਰੀਖ ਦੇ ਵਿੱਚ ਜਿਹੜੇ ਅਹਿਮ ਸ਼ਹਿਰ ਥਾਵਾਂ ਪਿੰਡ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਨੇ ਆ ਔਰ ਤੀਜਾ ਸਾਡਾ ਪ੍ਰੋਗਰਾਮ ਜਿਹੜਾ ਬੁੱਕ ਆਫ ਦਾ ਵੀਕ ਹੁੰਦਾ ਔਰ ਅੱਜ ਉਹਦਾ ਉਸੇ ਉਸੇ ਲੜੀ ਦਾ ਇੱਕ ਪ੍ਰੋਗਰਾਮ ਲੈ ਕੇ ਅਸੀਂ ਅੱਜ ਹਾਜ਼ਰ ਹੋਏ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਸਮਝਣਾ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਖਾਸੁਲ ਖਾਸ ਜਿਹੜੇ ਫਾਊਂਡਿੰਗ ਮੈਂਬਰਸ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਸਕੋਲਰ ਦਾ ਅੱਜ ਅਸੀਂ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਸਾਰੇ ਦੋਸਤਾਂ ਨੇ ਸਾਡੇ ਪੋਸਟਰ ਤੋਂ ਪੜ੍ਹ ਹੀ ਲਿਆ ਹੋਏਗਾ ਅੱਜ ਨੈਣ ਸੁੱਖ ਹੋਰਾਂ ਦੇ ਨਾਵਲ 'ਤੇ ਗੱਲਬਾਤ ਹੈ ਔਰ ਦੂਜੀ ਗੱਲ ਇਹ ਕਿ ਜਦੋਂ ਅਸੀਂ ਪੰਜਾਬ ਦੀ ਤਾਰੀਖ ਦੀ ਜਦੋਂ ਓਰਲ ਹਿਸਟਰੀ ਦੀ ਗੱਲ ਹੁੰਦੀ ਹੈ ਪੰਜਾਬ ਦੀ ਤਾਰੀਖ ਨੂੰ ਇਕੱਠਿਆਂ ਵੇਖਣ ਦੀ ਗੱਲ ਹੁੰਦੀ ਹੈ ਅਤੇ ਉਦੋਂ ਸਭ ਤੋਂ ਪਹਿਲਾਂ ਨਾਂ ਜਿਹੜਾ ਸਾਡੇ ਸਾਹਮਣੇ ਆਉਂਦਾ ਉਹ ਨੈਣ ਸੁੱਖ ਹੋਰਾਂ ਦਾ ਨਾਵਲ ਦੇ ਹਵਾਲੇ ਨਾਲ ਦੱਸਦਾ ਜਾਵਾਂ ਕਿ ਨਾਵਲ ਜਿਹੜਾ ਇਹ ਦੂਜੀ ਵਾਰੀ ਛਪਿਆ ਪਹਿਲੀ ਵਾਰੀ ਇਹ ਛਪਿਆ ਸੀ ਨਿਊ ਲਾਈਨ ਪਬਲਿਸ਼ਰ ਅਮਰ ਰਿਆਜ਼ ਹੋਣਾ ਨੇ ਇਹਨੂੰ ਛਾਪਿਆ ਸੀ ਔਰ 2015 ਦੇ ਵਿੱਚ ਇਹਨੂੰ ਪੰਜਾਬੀ ਦਾ ਸਭ ਤੋਂ ਵੱਡਾ ਅਵਾਰਡ ਜਿਹੜਾ ਕੈਨੇਡਾ ਦੇ ਵੈਨਕੂਵਰ ਵਿੱਚ ਦਿੱਤਾ ਜਾਂਦਾ ਡਾਹਾਂ ਅਵਾਰਡ ਉਹ ਇਹਨੂੰ ਮਿਲ ਚੁੱਕਿਆ ਔਰ ਜਿਹੜਾ ਹੁਣ ਛਾਪਿਆ ਉਹ ਆਪਣੇ ਜਿਹੜਾ ਹੁਣ ਛਪਿਆ ਉਹ ਆਪਣੇ ਤਰ੍ਹਾਂ ਦਾ ਇੱਕ ਹੋਰ ਵੀ ਇੱਕ ਇਵੈਂਟ ਉਹਦੇ ਨਾਲ ਜੁੜ ਗਿਆ ਕਿ ਕਿਤਾਬ ਤ੍ਰਿੰਜਣ ਨੇ ਉਹਨੂੰ ਸਰ ਜ਼ੁਬੈਰ ਹੋਰਾਂ ਨੇ ਉਹਨੂੰ ਛਾਪਿਆ ਔਰ ਕਿਤਾਬ ਤ੍ਰਿੰਜਣ ਦੇ ਹਵਾਲੇ ਨਾਲ ਵੀ ਮੈਂ ਦੱਸਦਾ ਜਾਵਾਂ ਕਿ ਸਾਡੇ ਜ਼ਿਲ੍ਹਾ ਲਹਿੰਦਾ ਪੰਜਾਬ ਉਹਦੇ ਵਿੱਚ ਪੰਜਾਬੀ ਕਿਤਾਬਾਂ ਦੀ ਇਹ ਮੈਂ ਸਮਝਦਾ ਕਿ ਇਕੱਲੀ ਦੁਕਾਨ ਹੈ ਜਿਹਦੇ ਤੋਂ ਸਾਨੂੰ ਪੰਜਾਬੀ ਕਿਤਾਬਾਂ ਦੀ ਸਾਰੀ ਕੁਲੈਕਸ਼ਨ ਜਿਹੜੀ ਉਹ ਮਿਲਦੀ ਹੈ ਔਰ ਜ਼ੁਬੈਰ ਸਾਹਿਬ ਇਹਨੂੰ ਬਿਲਕੁਲ ਨੋ ਪ੍ਰੋਫਿਟ ਨੋ ਲੋਸ ਦੇ ਉੱਪਰ ਚਲਾ ਰਹੇ ਨੇ ਔਰ ਹੁਣ ਤੱਕ ਬਹੁਤ ਸੋਹਣੀਆਂ ਕਿਤਾਬਾਂ ਛਾਪ ਚੁੱਕੇ ਨੇ 12 ਮਾਂ ਵੀ ਛਾਪਦੇ ਨੇ। ਅੱਜ ਦੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬਹੁਤ ਹੀ ਸਾਡੇ ਦੋਸਤ ਅੱਜ ਆਏ ਨੇ ਸੀਨੀਅਰ ਸਕੋਲਰਸ ਨੇ ਔਰ ਮੈਂ ਸਮਝਦਾ ਕਿ ਅੱਜ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਈਵੈਂਟ ਹੈ ਕਿ ਜਗ੍ਹਾ ਜਗ੍ਹਾ ਤੋਂ ਸਾਡੇ ਨਾਲ ਦੋਸਤ ਮੌਜੂਦ ਨੇ ਜਿਹੜੇ ਅੱਜ ਨੈਣ ਸੁੱਖ ਹੋਰਾਂ ਦੇ ਹਵਾਲੇ ਨਾਲ ਗੱਲ ਕਰਨਗੇ। ਮੈਂ ਨੈਣ ਸੁੱਖ ਹੋਰਾਂ ਦਾ ਤਾਰਫ ਕਰਵਾ ਦਾਂ ਕਿ ਪ੍ਰੋਫੈਸ਼ਨਲੀ ਉਹ ਜਿਹੜਾ ਕੰਮ ਕਰ ਰਹੇ ਉਹਨਾਂ ਦਾ ਉਹ ਐਡਵੋਕੇਟ ਨੇ ਹਾਈਕੋਰਟ ਦੇ ਵਿੱਚ, ਇਸ ਤੋਂ ਵੱਖ ਉਹ ਇੰਸਟੀਟਿਊਟ ਆਫ ਆਰਟ ਐਂਡ ਕਲਚਰ ਲਾਹੌਰ ਦੇ ਵਿੱਚ ਹੈ, ਉੱਥੇ ਪੜ੍ਹਾਉਂਦੇ ਰਹੇ ਨੇ ਪੰਜਾਬੀ ਵੀ ਔਰ ਆਪਦੀ ਸ਼ਾਇਰੀ ਦੀਆਂ ਕਿਤਾਬਾਂ ਵੀ ਹੈ ਨੇ ਔਰ ਸ਼ਾਰਟ ਸਟੋਰੀਜ਼ ਦੀਆਂ ਕਿਤਾਬਾਂ ਵੀ ਔਰ ਜਿਹੜਾ ਨਾਵਲ ਮਾਧੂ ਲਾਲ ਹੁਸੈਨ ਅੱਜ ਤੁਹਾਡੇ ਸਾਹਮਣੇ ਪੇਸ਼ ਹੈ। ਇਸ ਤੋਂ ਵੱਖ ਸਾਡੇ ਨਾਲ ਜਿਹੜੇ ਸਾਡੇ ਫਸਟ ਯੂਵਰ ਨੇ ਸ਼ਾਜ਼ੀਆ ਚੀਮਾ ਜੀ ਨੇ ਔਰ ਉਹ ਪਬਲਿਕ ਡਿਪਲੋਮੇਸੀ ਦੇ ਵਿੱਚ ਔਰ ਫਾਈਨ ਪਰਫਾਰਮਿੰਗ ਆਰਟ ਦੇ ਕ੍ਰਿਟਿਕ ਨੇ ਔਰ PhD ਸਕਾਲਰ ਨੇ ਪੰਜਾਬੀ ਥੀਏਟਰ ਦੇ ਯੂਨੀਵਰਸਿਟੀ ਆਫ ਪ੍ਰਾਗ 'ਚ। ਸੈਕਿੰਡ ਜਿਹੜੇ ਸਾਡੇ ਨਾਲ ਰਿਵਿਊਅਰ ਨੇ ਡਾਕਟਰ ਸੈਕਿੰਡ ਰਿਵਿਊਅਰ ਜਿਹੜੇ ਨੇ ਸਾਡੇ ਨਾਲ ਉਹ ਜ਼ੁਬੈਰ ਅਹਿਮਦ ਸਾਹਿਬ ਨੇ। ਸਰ ਪੰਜਾਬੀ ਦਾ ਇੱਕ ਵੱਡਾ ਨਾਂ ਨੇ ਔਰ ਪੰਜਾਬੀ ਦੇ ਹਵਾਲੇ ਨਾਲ ਸਰ ਜ਼ੁਬੈਰ ਹੋਰਾਂ ਦੀ ਇਹ ਸ਼ਾਰਟ ਸਟੋਰੀਜ਼ ਔਰ ਉਹਨਾਂ ਦੀ ਜਿਹੜੀ ਸ਼ਾਇਰੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਮੰਨੀ ਪਰ ਮੰਨੀ ਜਾਂਦੀ ਹੈ। ਆਪ 2 ਦਫ਼ਾ ਡਾਹਾਂ ਅਵਾਰਡ ਦੇ ਜੇਤੂ ਹੋਏ ਨੇ ਔਰ ਇਸ ਤੋਂ ਵੱਖ ਵੀ ਪਾਕਿਸਤਾਨ 'ਚ ਜਿੰਨੇ ਵੀ ਵੱਧ ਤੋਂ ਵੱਧ ਲਿਟਰੇਰੀ ਪੰਜਾਬੀ ਅਵਾਰਡਸ ਨੇ ਉਹ ਉਹਨਾਂ ਦੀ ਉਹਨਾਂ ਦੇ ਵਿਨਰ ਨੇ ਉਹ ਔਰ ਇਸ ਤੋਂ ਵੱਖ ਉਹ ਅੱਜ ਕੱਲ੍ਹ ਕਿਤਾਬ ਤ੍ਰਿੰਜਣ ਦੇ ਨਾਮ ਤੋਂ ਪਬਲਿਸ਼ਿੰਗ ਹਾਊਸ ਵੀ ਚਲਾ ਰਹੇ ਨੇ ਔਰ ਉਹਨਾਂ ਦਾ ਪੰਜਾਬੀ ਦੇ ਨਾਲ ਇੱਕ ਬਹੁਤ ਕਮਿਟਮੈਂਟ ਹੈ ਔਰ ਉਹਨਾਂ ਦਾ ਇੱਕ ਰਸਾਲਾ 12 ਮਾਂ ਵੀ ਛਪਦਾ ਹੈ। ਇਸ ਤੋਂ ਵੱਖ ਸਾਡੇ ਨਾਲ ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ ਅਗਲੇ ਡਾਕਟਰ ਨਵੀਦ ਆਲਮ ਸਾਹਿਬ ਨੇ ਔਰ ਆਪ ਟਰਾਂਸਲੇਟਰ ਨੇ, ਪੋਇਟ ਨੇ ਔਰ ਪੰਜਾਬੀ ਦੇ ਹਵਾਲੇ ਨਾਲ ਉਹਨਾਂ ਦਾ ਬੜਾ ਅੱਛਾ ਕੰਮ ਜਿਹੜਾ ਹੈ ਉਹ ਮੌਜੂਦ ਹੈ। ਸਾਡੇ ਬਹੁਤ ਅੱਜ ਦੇ ਮੈਂ ਕਹਾਂਗਾ ਉਚੇਚੇ ਪ੍ਰਾਹੁਣੇ ਜਿਹੜੇ ਸਾਡੇ ਨਾਲ ਮੌਜੂਦ ਨੇ ਡਾਕਟਰ ਪਵਨ ਟਿੱਬਾ ਜੀ ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਨੇ
ਔਰ ਅੱਜ ਦੇ ਨਾਵਲ ਤੇ ਉਹ ਸਾਡੇ ਚੜ੍ਹਦੇ ਪੰਜਾਬ ਵੱਲੋਂ ਅਚੇਚੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਨਗੇ। ਆਖਰ ਤੇ ਮੈਂ ਗੱਲ ਕਰਾਂਗਾ ਔਰ ਜਿਹਦੀ ਸਾਨੂੰ ਖਾਸ ਖੁਸ਼ੀ ਹੈ ਕਿ ਸਾਡੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਸਾਡੇ ਨਾਲ ਨਵੇਂ ਰਲਣ ਵਾਲਾ ਸਾਥ ਜਿਹੜਾ ਉਹ ਮਰੀਅਮ ਡੋਗਰ ਨੇ ਔਰ ਆਪ ਯੰਗ ਸਕਾਲਰ ਨੇ ਔਰ ਪੰਜਾਬ ਦੀ ਜਿਹੜੀ ਫੋਕ ਔਰ ਓਰਲ ਹਿਸਟਰੀ ਹੈ ਉਹਦੇ 'ਚ ਇੰਟਰਸਟਡ ਨੇ ਔਰ ਪੰਜਾਬ ਸਟੱਡੀਜ਼ ਦੇ ਨਾਲ ਜੁੜੇ ਹੋਏ ਨੇ ਅਤੇ ਉਹ ਵੀ ਸਾਡਾ ਸਾਥ ਅੱਜ ਬਣਨਗੇ ਪ੍ਰੋਗਰਾਮ ਦੇ। ਹੁਣ ਅਸੀਂ ਅੱਗੇ ਵਧਾਉਂਦੇ ਹਾਂ ਔਰ ਅੱਜ ਦੇ ਜਿਹੜੇ ਸਾਡੇ ਪਹਿਲੇ ਸਕਾਲਰ ਨੇ ਅਸੀਂ ਉਹਨਾਂ ਨੂੰ ਦਾਵਤ ਦਿੰਦੇ ਹਾਂ ਕਿ ਉਹ ਅੱਜ ਆਉਣ ਅਤੇ ਗੱਲਬਾਤ ਕਰਨ। ਮੈਂ ਨਵੀਦ ਆਲਮ ਸਾਹਿਬ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰਨ। ਔਰ ਜੀ ਨਵੀਦ ਸਾਹਿਬ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਅਤੇ ਮੈਂ ਅੱਜ ਮੈਨੂੰ ਅੱਜ ਹਾਂਜੀ ਸਰ ਅੱਜ ਥੋੜ੍ਹੀ ਜਿਹੀ ਲੇਟ ਹੋਣ ਦੀ ਵਜ੍ਹਾ ਤੋਂ ਮੈਂ ਨਾ ਤੇਜ਼ ਤੇਜ਼ ਐਫਐਮ ਵਾਲੀ ਕਮੈਂਟਰੀ ਕੀਤੀ, ਕੁਛ ਵਾਧਾ ਘਾਟਾ ਹੋ ਗਿਆ ਹੋਏ ਤੇ ਮਾਫ਼ ਕਰ ਦੇਣਾ। ਅਤੇ ਅੱਜ ਅਸੀਂ ਥੋੜ੍ਹਾ ਪ੍ਰੋਗਰਾਮ ਦਾ ਫਾਰਮੈਟ ਵੀ ਥੋੜ੍ਹਾ ਜਿਹਾ ਚੇਂਜ ਕੀਤਾ ਸਰ, ਅਤੇ ਕਿਉਂਕਿ ਅਸੀਂ ਅੱਜ ਨਾਵਲ 'ਤੇ ਗੱਲ ਕਰ ਰਹੇ ਹਾਂ ਔਰ ਇਹ ਨਾਵਲ ਤਾਰੀਖ ਦੇ ਨਾਲ ਜੁੜਿਆ ਹੋਇਆ, ਸਿਆਸਤ ਦੇ ਨਾਲ ਔਰ ਕਲਚਰ ਦੇ ਨਾਲ, ਇਸ ਕਰਕੇ ਸਾਡੇ ਅੱਜ ਦੀ ਇਸ ਗੁਫ਼ਤਗੂ 'ਚ ਆਇਆ। ਅਤੇ ਮੈਂ ਸਰ ਅੱਜ ਤੁਹਾਡੇ ਨਾਲ ਜਿੱਥੋਂ ਗੱਲ ਸ਼ੁਰੂ ਕਰਾਂਗਾ, ਮੈਂ ਇਹ ਸਮਝਦਾ ਕਿ ਤੁਹਾਡੇ ਕੋਲ ਮੈਂ ਇੱਕ ਕੁਐਸਚਨ ਕਰਾਂਗਾ ਕਿ ਜਿਹੜਾ ਇਹ ਨਾਵਲ ਉਹਦੇ ਵਿੱਚ ਜਿਹੜੀ ਟੈਕਨੀਕ ਵਰਤੀ ਗਈ ਹੈ ਉਹ ਸਾਡੇ ਨਾਲ ਤੁਸੀਂ ਸਾਂਝੀ ਕਰੋ। ਅਸੀਂ ਮੋਸਟਲੀ ਹਿਸਟੋਰੀਅਨ ਆ, ਲਿਟਰੇਚਰ ਦੇ ਲੋਕ ਵੀ ਮੌਜੂਦ ਨੇ, ਅਤੇ ਇਹਦੇ ਵਿੱਚ ਦੋ ਬੜੇ ਅਹਿਮ ਕਰੈਕਟਰ ਜਿਹੜੇ ਨੇ, ਜਿਹੜੇ ਮੇਨ ਕਰੈਕਟਰ ਨੇ ਮਾਧੂ ਔਰ ਲਾਲ ਹੁਸੈਨ, ਇਹਨਾਂ ਦੇ ਉੱਪਰ ਤੁਸੀਂ ਜਿਹੜਾ ਉਹ ਸਾਡੇ ਨਾਲ ਗੱਲਬਾਤ ਸਾਂਝੀ ਕਰੋ। ਜ਼ਰੂਰ ਜ਼ਰੂਰ, ਅਤੇ ਤੁਹਾਡਾ ਡਾਇਰੈਕਟ ਜਵਾਬ ਤਾਂ ਮੈਂ ਮੁਖਤਸਰ ਇਹੀ ਦੇ ਸਕਦਾ ਵਾਂ ਕਿ ਜਿਹੜੀ ਤਕਨੀਕ ਦੇ ਲਿਹਾਜ਼ ਨਾਲ ਹੈ ਇਸਨੂੰ ਅਸੀਂ ਹਿਸਟੋਰੀਕਲ ਫਿਕਸ਼ਨ, ਕ੍ਰੀਏਟਿਵ ਨੋਨ ਫਿਕਸ਼ਨ, ਲਿਟਰੇਰੀ ਫਿਕਸ਼ਨ, ਯੂਨੋ ਉਹ ਹਰ ਨਾਂ ਦੇ ਸਕਦੇ ਹਾਂ, ਲੇਕਿਨ ਮੇਰੇ ਖਿਆਲ ਸਭ ਤੋਂ ਬਿਹਤਰ ਤਰੀਕਾ ਹੋਏ ਉਹ ਹੋਏਗਾ ਕਿ ਮੈਂ ਕੋਈ ਪ੍ਰੈਕਟੀਕਲ ਐਗਜ਼ਾਮਪਲ ਦਿਆਂ, ਜਿਹੜੀ ਕਿ ਨਾਵਲ ਦਾ ਇੱਕ ਨਿੱਕਾ ਜਿਹਾ ਮੇਰੇ ਖਿਆਲ ਪੈਰਾਗ੍ਰਾਫ ਜਾਂ ਜ਼ਿਆਦਾ ਦੋ ਪੈਰਾਗ੍ਰਾਫ ਨੇ, ਮੈਨੂੰ ਤਿੰਨ ਚਾਰ ਮਿੰਟ ਹੀ ਲੱਗਣਗੇ, ਉਹ ਮੈਂ ਪੜ੍ਹ ਲਵਾਂ ਅਤੇ ਉਹਦੇ ਨਾਲ ਮੇਰੇ ਖਿਆਲ ਵਿੱਚ ਜਿਹੜੇ ਸਾਡੇ ਸੁਣਨਹਾਰ ਨੇ ਉਹ ਬਿਹਤਰ ਉਹਨਾਂ ਨੂੰ ਸਮਝਣ ਦਾ ਮੌਕਾ ਮਿਲੇਗਾ। ਅਤੇ ਇਹ ਮੈਂ ਪੜ੍ਹ ਰਿਹਾ, ਉਹਨਾਂ ਦਾ ਇੱਕ ਚੈਪਟਰ ਹੈ ਮੇਲਾ ਚਰਾਵਾਂ, ਉਹਦਾ ਇਹ ਪਹਿਲੇ ਮੇਰੇ ਖਿਆਲ ਦੋ ਪੈਰਾਗ੍ਰਾਫ ਨੇ ਅਤੇ ਮੈਂ ਛੇਤੀ ਨਾਲ ਪੜ੍ਹਨਾ। ਸੱਗਣ ਸਵਾਏ ਲਾਟਾਂ ਖੇਡ ਰਚਾਈ, ਸਾਹਮਣੇ ਕਬਰ ਉੱਤੇ ਚਰਾਵਾਂ ਦੀ ਪਾਲ, ਕਿਸੇ ਮੰਨਣਹਾਰ ਕੈਡੀ ਸ਼ੌਕੀਨੀ ਕੀਤੀ, ਹਰ ਚਰਾਵ ਦੁਆਲੇ ਲਿਸ਼ਕ ਦੇ ਕਾਗਜ਼ ਦੀ ਜਾਨਵਰ ਵਲੇਟੀ, ਜਿਉਂ ਚਰਾਵਾਂ ਦੇ ਵਿਆਹ, ਉਹਨਾਂ ਵਿੱਚੋਂ ਦੋ ਸਿਹਰੀਆਂ ਵਾਲੇ ਉਹ ਦੋ, ਉਹਨਾਂ ਵਿੱਚੋਂ ਦੋ ਸਿਹਰੀਆਂ ਵਾਲੇ ਉਹ ਦੋ, ਢੋਲ ਵਜਿਆ ਟਲ ਖੜਕੇ ਝਾਂਜਰਾਂ ਦਾ ਛਨਕਾਰ, ਮੇਲ ਜੇ ਵਾਧੂ ਡੁਕਿਆ ਜੰਝ ਵੀ ਚੰਗੀ ਚੜੀ, ਸਭਨਾ ਪਾਸੇ ਬਿੱਦੀ ਸੂ, ਨਿਉਂਦਰੇ ਭਾਜੀ ਵਿੱਚ ਕਿਰਸਨਾ, ਵਾਧੋ ਵੇਲਾਂ ਕਤਲੰਮੇ ਅੰਦਰਸੇ ਅਤੇ ਜਲੇਬੀਆਂ ਵਾਫਰ, ਰੋਟੀ ਥੁੜਨੀ ਕਿਉਂ, ਮੱਛ ਦੁਆਲੇ ਫੇਰੇ ਲੈ ਲਏ ਨਸ਼ੀਲੇ ਨਾਰੀਆਂ ਦੀਆਂ ਵਧਾਈਆਂ, ਪਰ ਇਹ ਕਿਹੋ ਜਿਹਾ ਵਿਆਹ, ਮੰਗਣੀ ਹੋਈ ਨਾ ਦਿਹਾੜੇ ਪਏ, ਸਿਹਰਾ ਗਾਣਾ ਨਾ ਖਾਰਾ ਮਾਈਆਂ, ਲਾਗ ਨਾ ਸਲਾਮੀਆਂ, ਨਿਕਾਹ ਦੇ ਕਲਮੇ ਨਾ ਹੱਕ ਮਹਿਲ ਦਾ ਖਰਚਾ, ਗੋੜੀ ਚੜ੍ਹ ਕੇ ਲਾੜਾ ਆਇਆ ਨਾ ਰੋਂਦੀ ਵੋਟੀ ਡੋਲੀ ਪਈ, ਦਿਨ ਡੁੱਬਾ ਤੇ ਚਾਨਣ ਦਾ ਮੇਲਾ ਲੱਗਾ, ਰੁੱਖਾਂ ਵਿੱਚ ਤਾਰੇ ਲਿਸ਼ਕੇ ਜਰੋਕੇ ਤੇ ਜਾਲੀਆਂ ਚਾਨਣ ਛਾਂ ਰਹੇ, ਧੂੰ ਦੀ ਮਸਹਿਰੀ ਵਿੱਚ ਸੁਹਾਗ ਰਾਤ ਮਨਾਵਣ ਲਈ ਉਹ ਦੋਵੇਂ ਜੀ ਹੁਸੈਨ ਤੇ ਮਹਿਬੂਬ ਕਬਰਾਂ ਦੀ ਸੇਜ ਉੱਤੇ ਬੈਠੇ, ਦਵਾਲੇ ਸਈਆਂ ਸੜਬਾਲੇ ਚਰਸੀਆਂ ਦੀ ਬਣ ਗਏ। ਹੁਣ ਇਹ ਸੀਨ ਨਾ ਇੱਕ ਨਕਸ਼ਾ ਖਿੱਚਿਆ ਹੈ ਜਿਹੜਾ ਕਿ ਜਿਹੜਾ ਵੀ ਮੇਲਾ ਚਰਾਵਾਂ ਗਿਆ ਹੈ ਸ਼ਾਹ ਹੁਸੈਨ ਦੇ ਜਿਹੜਾ ਕਿ ਮਾਰਚ ਦੇ ਆਖਰੀ ਹਫ਼ਤੇ ਵਿੱਚ ਲੱਗਦਾ ਹੈ ਲਾਹੌਰ ਵਿੱਚ ਪਠਾਨਪੁਰਿਆ, ਅਤੇ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਜੀ ਪੈਂਦੀਆਂ ਨੇ, ਉਹ ਉੱਥੋਂ ਦਾ ਜਿਹੜਾ ਕਿ ਮਾਹੌਲ ਹੈ ਉਹਦੀ ਬੜੀ ਸੋਹਣੀ ਨਕਸ਼ਾਕਸ਼ੀ ਹੋਈ ਹੈ। ਹੁਣ ਇਹ ਫਿਕਸ਼ਨ ਵੀ ਹੈ, ਇਹ ਨੋਨ ਫਿਕਸ਼ਨ ਵੀ ਹੈ, ਲੇਕਿਨ ਇਹਦਾ ਮਿਲਾਪ ਜਿਹੜਾ ਜਿਸ ਤਰ੍ਹਾਂ ਨੈਨ ਸੁਖ ਨੇ ਕੀਤਾ ਹੈ ਨਾਵਲ ਦੇ ਸ਼ੁਰੂ ਤੋਂ ਲੈ ਕੇ ਅਤੇ ਇਹਦੇ ਵਿੱਚ, ਮੇਰੇ ਖਿਆਲ ਵਿੱਚ ਉਹ ਤਕਨੀਕਲੀ ਤਕਨੀਕ ਜਿਹੜੀ ਹੈ ਬੜੀ ਬੜੀ ਚੰਗੀ ਤਰ੍ਹਾਂ ਸਾਨੂੰ ਸਰ ਮਾਜ਼ਰਤ ਥੋੜ੍ਹਾ ਨਾ ਮਾਈਕ ਕਰੀਬ ਕਰ ਲਓ, ਥੋੜ੍ਹੀ ਆਵਾਜ਼ ਜਿਹੜੀ ਹੈ ਨਾ ਉਹ ਘੱਟ ਆ ਰਹੀ ਹੈ ਅਤੇ ਦੋਸਤ ਖੈਰ ਹਾਂਜੀ ਥੋੜ੍ਹਾ ਲਾਗੇ ਕਰ ਲਓ ਮਿਹਰਬਾਨੀ। ਅੱਛਾ ਮੈਂ ਅੱਗੇ ਕਰ ਲੈਣਾ, ਆਪਣੀ ਵੋਲਿਊਮ ਵੀ ਉੱਚੀ ਕਰ ਲੈਣਾ, ਹੁਣ ਹੁਣ ਸ਼ਾਇਦ ਬਿਹਤਰ ਹੈ, ਹੁਣ ਬਿਹਤਰ? ਹਾਂਜੀ ਹਾਂਜੀ ਬਿਹਤਰ ਸਰ, ਠੀਕ। ਅਤੇ ਬੇਸਿਕਲੀ ਇਹ ਜਿਹੜਾ ਦੋ ਜੀ ਨੇ
ਜਿਹੜੇ ਕਿ ਮਾਜ਼ੀ ਵਿੱਚ ਉਹ ਨੇ ਮਾਧੋ ਅਤੇ ਹੁਸੈਨ, ਅਤੇ ਇਹ ਨਾਵਲ ਵਿੱਚ ਆ ਕੇ ਉਹ ਮਾਧੋ ਹੁਸੈਨ ਵੀ ਰਹਿੰਦੇ ਨੇ ਅਤੇ ਉਹ ਮਹਿਬੂਬ ਅਤੇ ਹੁਸੈਨ ਵੀ ਬਣ ਜਾਂਦੇ ਨੇ। ਤੁਸੀਂ ਵੇਖੋ ਨਾਂ ਦੀ ਚੋਇਸ ਜਿਹੜੀ ਹੈ ਮਹਿਬੂਬ ਅਤੇ ਹੁਸੈਨ, ਉਹ ਜਿਹੜੀ ਕਿ ਸਾਡੇ ਹੁਣ ਦੀ ਹੈ ਪ੍ਰੈਜੈਂਟ ਵਿੱਚ ਆ ਕੇ ਜਿਹੜੇ ਬਣਦੇ ਨੇ। ਅਤੇ ਇਹ ਤਕਨੀਕ ਲਿਹਾਜ਼ ਨਾਲ ਉਹ ਨਾਵਲ ਅੱਗੇ ਪਿੱਛੇ ਜਾਂਦਾ ਹੈ, ਮਾਜ਼ੀ ਵਿੱਚ ਵੀ ਜਾਂਦਾ, ਲੇਕਿਨ ਜਿਸ ਤਰੀਕੇ ਨਾਲ ਜਾਂਦਾ ਹੈ ਉਹ ਬੜੀ ਖੂਬਸੂਰਤੀ ਨਾਲ ਨਿਭਾਇਆ ਗਿਆ ਹੈ ਨਾਵਲ ਵਿੱਚ। ਮਿਸਾਲ ਦੇ ਤੌਰ 'ਤੇ ਇਹ ਸੀਨ ਜਿਹੜਾ ਹੋਇਆ ਇਹ ਮੇਲਾ ਚਿਰਾਗਾਂ 'ਤੇ ਹੋ ਰਿਹਾ, ਤਾਂ ਮਤਲਬ ਹੈ ਉਹ ਪ੍ਰੈਜੈਂਟ ਵਿੱਚ ਹੈ, ਲੇਕਿਨ ਉਹ ਆਸ਼ਕਾਂ ਦੀ ਜਿਹੜੀ ਆਸ਼ਕੀ ਹੈ ਜਿਹੜੀ ਸਦੀਆਂ ਦੀ ਵਿੱਥ ਪਾਰ ਕਰਦੀ ਹੈ ਉਹ ਸੈਂਟਰਲ ਪੁਆਇੰਟ ਨੂੰ ਰੱਖਿਆ ਗਿਆ। ਹੁਣ ਇਸ 'ਤੇ ਵੀ ਥੋੜ੍ਹੀ ਜਿਹੀ ਮੈਂ ਗੱਲ ਕਰ ਦਿਆਂਗਾ ਕਿ ਵੇਖੋ ਮੇਰੇ ਖਿਆਲ ਵਿੱਚ ਪੰਜਾਬੀ ਨਾਲ ਇੱਕ ਸਭ ਤੋਂ ਵੱਡਾ ਅਲਮੀਆ ਇਹ ਹੈ ਕਿ ਅਸੀਂ ਜਿਸ ਪੰਜਾਬੀ ਲਿਟਰੇਚਰ ਜਾਂ ਇਸ ਤਰ੍ਹਾਂ ਗੱਲਬਾਤ ਕਰਦੇ ਹਾਂ ਜਾਂ ਪੜ੍ਹਦੇ ਹਾਂ ਅਤੇ ਅਸੀਂ ਉਹ ਮਿਸਾਲ ਦੇ ਤੌਰ 'ਤੇ ਜੇ 18ਵੀਂ ਸਦੀ ਦਾ ਅਸਾਂ ਵਾਰਿਸ ਸ਼ਾਹ ਪੜ੍ਹਿਆ ਅਤੇ ਅਸੀਂ ਉਹ 18ਵੀਂ ਸਦੀ ਵਿੱਚ ਹੀ ਰਹਿੰਦੇ ਹਾਂ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ 21ਵੀਂ ਸਦੀ ਦੇ ਪੜ੍ਹਨਹਾਰ ਹਾਂ ਜਿਹੜੇ ਕਿ 18ਵੀਂ ਸਦੀ ਵਿੱਚ ਆ ਕੇ ਉਹ ਪੜ੍ਹ ਰਹੇ ਨੇ। ਅਤੇ ਇਹ ਗੱਲ ਵੀ ਮੇਰੇ ਖਿਆਲ ਵਿੱਚ ਲਿਟਰੇਚਰ ਨੂੰ ਥੋੜ੍ਹੀ ਜਿਹੀ ਬਾਂਧੀ ਨਹੀਂ ਹੈ ਕਿ ਉਹ 18ਵੀਂ ਸਦੀ ਦੀ ਗੱਲ ਕਰ ਰਿਹਾ ਹੈ, ਲੇਕਿਨ ਉਹ ਐਪਲੀਕੇਬਲ 21ਵੀਂ ਸੈਂਚਰੀ ਵਿੱਚ ਵੀ ਹੈ। ਇਹ ਜਿਹੜੀ ਵਿੱਥ ਮੁਕਾਈ ਹੈ ਨਾਵਲ ਵਿੱਚ ਇਹਨਾਂ ਕੈਰੈਕਟਰਾਂ ਦੇ ਥਰੂ, ਮੇਰੇ ਖਿਆਲ ਵਿੱਚ ਇਹ ਬਹੁਤ ਵੱਡੀ ਅਚੀਵਮੈਂਟ ਹੈ ਨੈਨ ਸੁਖ ਦੀ ਕਿ ਉਹਨਾਂ ਆਸ਼ਕਾਂ ਨੂੰ 4 ਸਦੀਆਂ ਪਹਿਲੇ ਵੀ ਵਿਖਾਇਆ ਅਤੇ ਉਹਨਾਂ ਨੂੰ ਪ੍ਰੈਜੈਂਟ ਵਿੱਚ ਵੀ ਵਿਖਾਇਆ ਜਿਸ ਤਰੀਕੇ ਨਾਲ, ਅਤੇ ਉਹ ਆਸ਼ਕੀ ਜਿਹੜੀ ਹੈ ਉਹਨੂੰ ਨਵੇਂ ਰੂਪ, ਨਵੀਂ ਸ਼ਕਲ, ਨਵੇਂ ਅੰਦਾਜ਼ ਜਿਹੜਾ ਹੈ ਉਹਦਾ ਜਿਹੜਾ ਬਣਦਾ ਹੈ ਉਹ ਮੇਰੇ ਖਿਆਲ ਵਿੱਚ ਬਹੁਤ ਹੀ ਕਾਬਲੇ ਤਾਰੀਫ ਹੈ ਉਸ ਲਿਹਾਜ਼ ਨਾਲ। ਦੂਸਰਾ, ਲਾਹੌਰ ਵੀ ਜਿਹੜਾ ਹੈ ਸ਼ਹਿਰ, ਨਾ ਸਿਰਫ ਇਹ ਆਸ਼ਕਾਂ ਦੀ ਦੁਨੀਆ ਹੈ, ਇਹ ਆਸ਼ਕਾਂ ਦਾ ਪਲੇਗਰਾਊਂਡ ਵੀ ਹੈ ਇੱਕ ਲਿਹਾਜ਼ ਨਾਲ। ਲਾਹੌਰ ਸ਼ਹਿਰ ਅਤੇ ਕੋਈ ਵੀ ਸ਼ਹਿਰ ਉਸ ਲਿਹਾਜ਼ ਨਾਲ ਆਸ਼ਕਾਂ ਦਾ ਖਿਲਾਰ ਹੁੰਦਾ ਹੈ ਅਤੇ ਸ਼ਹਿਰ ਆਸ਼ਕਾਂ ਨਾਲ ਬਣਦੇ ਨੇ, ਆਸ਼ਕ ਸ਼ਹਿਰਾਂ ਤੋਂ ਨਹੀਂ ਬਣਦੇ। ਇਸ ਗੱਲ ਨੂੰ ਵੀ ਮੇਰੇ ਖਿਆਲ ਵਿੱਚ ਨੈਨ ਸੁਖ ਨੇ ਚੁੱਕਿਆ ਹੈ। ਅਤੇ ਦੂਸਰੀ ਗੱਲ ਜਿਹੜੀ ਮੈਂ ਕਹਾਂਗਾ ਕਿ ਨਾ ਸਿਰਫ ਇਹਨਾਂ ਆਸ਼ਕੀ ਦੇ ਸਬਜੈਕਟ ਨੂੰ ਇਸ ਤਰ੍ਹਾਂ ਟੈਕਲ ਕੀਤਾ, ਦੂਸਰਾ ਤਾਰੀਖ ਨੂੰ ਵੀ। ਇੱਥੇ ਤਾਰੀਖਦਾਨ ਵੀ ਨੇ ਉਹ ਜ਼ਿਆਦਾ ਡੂੰਘੀ ਗੱਲ ਕਰਨਗੇ, ਲੇਕਿਨ ਮੈਂ ਮੋਟਾ ਮੋਟਾ ਇਹੀ ਆਖਾਂਗਾ ਕਿ ਉਹਨਾਂ ਤਾਰੀਖ ਦੀ ਵਿੱਥ ਵੀ ਮਿਟਾਈ ਹੈ ਕਿ 15ਵੀਂ ਸਦੀ ਦਾ ਮਾਧੋ ਲਾਲ ਹੁਸੈਨ ਜਿਸ ਵਕਤ 21ਵੀਂ ਸਦੀ ਵਿੱਚ 20ਵੀਂ ਸਦੀ ਵਿੱਚ ਆਉਂਦਾ ਹੈ, ਅਤੇ ਉਹਦੇ ਨਾਲ ਅਸੀਂ ਵੇਖਦੇ ਹਾਂ ਕਿ ਲਾਹੌਰ ਦੀ ਜਿਹੜੀ ਕੰਟੀਨਿਊਟੀ ਹੈ ਹਿਸਟਰੀ ਦੀ ਉਹ ਕਿਸ ਤਰ੍ਹਾਂ ਉਸਦੀ ਜੁੜਤ ਬਣਦੀ ਹੈ, ਪਾਸਟ ਅਤੇ ਪ੍ਰੈਜੈਂਟ ਦਾ ਕਿੰਝ ਜੁੜਦਾ ਹੈ। ਜਿਸ ਵਕਤ ਅਸੀਂ ਉਸਨੂੰ ਵੇਖਦੇ ਹਾਂ ਅਤੇ ਇੱਕ ਨਿੱਕਾ ਜਿਹਾ ਅਫਸੋਸ ਵੀ ਹੁੰਦਾ ਕਿ ਲਾਹੌਰ ਜਿਹੜਾ ਸੀ, ਜਿਹੜਾ ਕਿ ਇਤਨਾ ਮਾਜ਼ੀ ਵਿੱਚ ਇਤਨਾ ਰਿਚ ਸ਼ਹਿਰ ਸੀ ਆਪਣੀ ਰੀਤ ਦੇ ਹਵਾਲੇ ਨਾਲ, ਉਹ ਕਿਸ ਤਰ੍ਹਾਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਗਵਾ ਰਿਹਾ। ਬਸੰਤ ਜਾ ਰਹੀ ਹੈ, ਮੇਲਾ ਚਿਰਾਗਾਂ ਨੂੰ ਹੁਣ ਪਾਬੰਦੀਆਂ ਲੱਗੀਆਂ ਨੇ, ਆਸ਼ਕਾਂ ਨੂੰ ਵੇਖਣ ਦੇ ਕੀ ਤਰੀਕੇ ਨੇ, ਅੱਜ ਅਸੀਂ ਕੋਈ ਗੱਲਾਂ ਕਰ ਵੀ ਨਾ ਸਕਦੇ ਆਸ਼ਕਾਂ ਦੇ ਬਾਰੇ ਜਿਹੜੀ ਕਿ ਮਾਧੋ ਲਾਲ ਹੁਸੈਨ ਦੀ ਹਯਾਤੀ ਜਿਹੜੀ ਸੀ ਉਹ ਅਕਾਸੀ ਕਰਦੀ ਹੈ ਉਸ ਕਿਸਮ ਦੇ ਇਸ਼ਕ ਦੀ। ਅਸੀਂ ਹੁਣ ਜੁਰਤ ਵੀ ਨਾ ਕਰਦੇ ਉਸ ਤਰ੍ਹਾਂ ਕਿ ਲੋਕ ਡੰਡੇ ਪੈ ਜਾਣਗੇ, ਲੋਕ ਨੱਪਣ ਆ ਜਾਣਗੇ, ਅਤੇ ਉਹ ਆਜ਼ਾਦੀ ਉਹ ਫੁੱਲ ਜਿਹੜੀ ਸੀ ਉਸ ਵਕਤ ਦੀ। ਅਤੇ ਨਾਵਲ ਦੇ ਨਾਂ 'ਤੇ ਲਾਹੌਰ ਦੀ ਵੇਲ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਲਿਖਾਰੀ ਸਾਨੂੰ ਇਹ ਵੀ ਨਾਲ ਨਾਲ ਦੱਸ ਰਿਹਾ ਕਿ ਇਹ ਵੇਲ ਜਿਹੜੀ ਹੈ ਇਹਨੂੰ ਕਦੀ ਮਰਸੀਆ ਨਾ ਬਣਨ ਦੇ। ਲਾਹੌਰ ਦਾ ਮਰਸੀਆ ਵੀ ਇਹਦੇ ਨਾਲ ਨਾਲ ਲਿਖਿਆ ਜਾ ਰਿਹਾ, ਕਿਉਂਕਿ ਅਸੀਂ ਆਪਣੀਆਂ ਉਹ ਰੀਤਾਂ, ਅਸੀਂ ਆਪਣੇ ਇੱਕ ਸੋਚ ਜਿਹੜੀ ਹੈ ਉਸਨੂੰ ਇਤਨਾ ਤੰਗ ਕਰ ਰਹੇ ਹਾਂ ਕਿ ਉਹ ਸੁਕੜਦੀ ਜਾ ਰਹੀ ਹੈ, ਅਤੇ ਉਸ ਨਾਲ ਉਹ ਜਿਹੜੀ ਮਾਧੋ ਲਾਲ ਦੀ ਦੁਨੀਆ ਸੀ, ਇਹ ਆਸ਼ਕਾਂ ਦਾ ਖਿਲਾਰ ਸੀ, ਉਹ ਵਲੇਡਿਆ ਜਾ ਰਿਹਾ ਉਸ ਲਿਹਾਜ਼ ਨਾਲ। ਅਤੇ ਆਖਰੀ ਗੱਲ ਮੇਰੀ ਇਹ ਹੀ ਹੋਏਗੀ ਕਿ ਇਹ ਨਾਵਲ ਜਿਹੜਾ ਇਹ ਸਿਰਫ ਸਾਡੇ ਲਈ ਨਹੀਂ ਹੈ, ਮੇਰੇ ਖਿਆਲ ਵਿੱਚ ਇਹਦੇ ਵਿੱਚ ਜਿਹੜੀ ਤਾਰੀਖ ਹੈ, ਇਹਦੇ ਵਿੱਚ ਜਿਹੜੀ ਫਿਕਸ਼ਨ ਹੈ, ਇਹਦੇ ਵਿੱਚ ਜਿਹੜੀਆਂ ਰੀਤਾਂ ਦਾ ਜ਼ਿਕਰ ਹੈ। ਮਿਸਾਲ ਦੇ ਤੌਰ 'ਤੇ ਸ਼ੁਰੂ ਹੁੰਦਾ ਨਾਵਲ ਬਸੰਤ ਦੇ ਤਿਉਹਾਰ ਤੋਂ, ਅਤੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਮਾਂਝੇ ਹੁੰਦੇ ਸਨ, ਗੁੱਡੀ ਉਡਾਉਣ ਵਾਲੇ ਡੋਰ, ਇਹਨਾਂ ਦੀਆਂ 10 ਕਿਸਮਾਂ ਸਨ, ਕਿੰਨੇ ਬ੍ਰਾਂਡ ਸਨ, ਉਹ ਕਿਸ ਤਰ੍ਹਾਂ ਬਣਦਾ ਸੀ, ਉਹਦੇ ਵਿੱਚ ਕਿੰਨੀ ਮਿਹਨਤ ਲੱਗਦੀ ਸੀ, ਉਹ ਕੀ ਸਮਾਂ ਬਣਦਾ ਸੀ, ਉਹਦੇ ਨਾਲ ਉਹ ਸਾਰਾ ਨਕਸ਼ਾ ਖਿੱਚ ਕੇ ਸਾਨੂੰ, ਖਾਸ ਕਰ ਉਹ ਲੋਕ ਜਿਹੜੇ ਕਿ ਬਸੰਤ ਤੋਂ ਮਹਿਰੂਮ ਹੋ ਚੁੱਕੇ ਨੇ, ਸਾਨੂੰ ਬਸੰਤ ਸਾਡੇ ਕੋਲੋਂ ਖੱਸੀ ਜਾ ਚੁੱਕੀ ਹੈ, ਉਹ ਵੀ ਵੇਖ ਸਕਦੇ ਨੇ।
इस तरीके नाल ये अगलियां नस्लां लई एक दान है कि तुहाडा लाहौर जिंदा जागदा लाहौर यह जिहा सी ते हुण साडा लाहौर यह जिहा बनदा जा रहा है, यह हुण तुहाडे हथ विच है कि तुसीं उसनूं किस राह ते ले जा सकते। मैं इन्नी गल करांगा, बाकी मेरे ख्याल होर सोहणियां गल्लां अगलियां जी सर बहुत बहुत शुक्रिया। तुसी साढ़े नाल ही रहना, असी प्रोग्राम नू अगे टोरने आ और अज दी गलबात करन दे साढ़े अगले जिहड़े मेहमान ने परौणे ने अज दे उचेचे, मैं हुण मरियम डोगर होरां नू रिक्वेस्ट करांगा कि वह साढ़े नाल रह लैण। जी मरियम जी, जी आयां नू, पहली वारी तुसी आए साढ़े क्लब ते, तुहानू बहुता बहुता जी आयां। बहुत बहुत शुक्रिया। हाँ जी, अज दी तुसी अज असी तुहाडे कोल जिहड़ी गलबात सुनना चाहवांगे ओह कि तुसां जिहड़े यंग स्कॉलर हो ते तुसां वेख्या कि जिहड़ा नॉवल है ओह पूरी दुनिया दे विच लिखिया जा रहा, वक्खो वक्ख जबानां च, उर्दू अंग्रेजी और वक्खो वक्ख जबानां दे विच लिखिया जा रहा है, ते तुसी की समझदे हो कि जिहड़ा इस वक्त जिस नॉवल ते असी गल कर रहे नैनसो खुणा दा माधू लाल हुसैन, ओहदे तों नवीं नसल ओहदे बारे की राय रखदी है, तुसी उस बारे की सोचदे हो? अच्छा, एक कहानी जेड़ी हैगी दो मलामती सूफियां दे बारे च, ते कोई स्टूडेंट या कोई यंग स्कॉलर जेड़ा, तानू मेरी आवाज आंदी हुई है? हाँ जी बिल्कुल आ रही आवाज। अच्छा ठीक है। हाँ। अच्छा, तो कोई यंग स्कॉलर या मेरी तरह जेड़ी यंग जनरेशन है वो पढ़ के मॉडर्न एजुकेशन तो हो के सारा कुछ तो निकल के जदों इस नॉवल नूं एक्सेस करदी है ते उन्हूं इह नॉवल थोड़ा जिहा मुख्तलिफ लगदा है, तो मैं तुहानूं हुण समझादी हां कि कीवें इह थोड़ा जिहा मुश्किल लगदा है। सब तो पहली गल तो यह है कि असी जिहड़ी मॉडर्न एजुकेशन नाल निकल के आंदे ने, मॉडर्न एजुकेशन दा मतलब है कि वह इनलाइटनमेंट दे गोल्स पड़े हुए जिहड़े इंडिविजुअल या जिहड़े च सैल्फ जिहड़ा हैगा उहदी सैलीब्रेशन बहुत ज़्यादा है। ते जदों तुसी मलामती सूफी जेड़े सैल्फ दी एनहाइलेशन दी गल करदे ने, सैल्फ नू खत्म करन दी गल करदे ने, उनू एक्सेस करन दी कोशिश करदे ने, ते ओ थोड़ा या तुहाडे लई उनू समझना मुश्किल हो जांदा है। मैं एक एग्जाम्पल तुहानू एवरीडे लाइफ चो दे सकदी हां इस गल दी। मेरी वालदा ने मैनू दस्या कि उहनां दी जेड़ी दादी सी ओह उहनां दे बच्चे बार बार मर जांदे सी, ते किसी ने उन्होंने आख्या कि तू अपना नाम बदल के चूड़ी रख लै ते तेरे बच्चे जे हैं वो बच जाएंगे। तो वह ये कहती ने कि उन्होंने अपने दादी ने अपना नाम बदल के चूड़ी रखिया, वो जो बदलिया उन्होंने तो उन्होंने बच्चे बचना शुरू हो गए। हुण अज के दौर से अगर तुसी ये गल किसी नूं दसनगे तुहानूं ये पता लगेगा कि या जिहड़ा जिहड़ा रिएक्शन तुसी वेखेंगे वो ये हैगा कि वो कहेंगे कि यह तो ह्यूमिलिएटिंग ना है, यह तो किसी की सैल्फ नू खत्म करन वाली गल है, कोई इंज दा ना किवें रख सकता है। लेकिन चूड़ी रखन दा मतलब यह नहीं सी कि वो कोई ह्यूमिलिएशन सी या कोई सैल्फ नू उस उनू कोई डेरोगेटरी अल्फाज इस्तेमाल लफ्ज इस्तेमाल किया गया, पर उहदा मतलब यह सी कि यह ह्यूमिलिटी सी, हम्बलनेस सी। ये वो ह्यूमिलिटी हम्बलनैस या सैल्फ की एनहेलेशन है जिहड़ी तुहानू मॉडर्न स्टडीज़ या मॉडर्न जिहड़ा सब्जेक्ट है या जो एक मॉडर्न इंडिविजुअल है वह च नज़र नहीं आएगी, क्योंकि हर तरह तो सैल्फ की सैलीब्रेशन है। तो सब तो पहली गल तो यह है। दूजी गल जिहड़ी मैं करना चाहती हाँ वह यह है कि जदों तुसी मॉडर्न एजुकेशन तो गुजरते हो तो तुसी चीज़ां नू कैटेगराइज करना शुरू कर दे, लाइक फॉर एग्जाम्पल के ए फेमिनिस्ट है, ए मार्क्सिस्ट है, ए पोस्ट कलोनियल है या एसेट्रा एसेट्रा इस तरह से। पर जदों तुसी पिछे वेखते हो तो ये कैटेगरीज मौजूद नहीं सी। तो सब तो वड्डा मसला जिहड़ा मैनू परसनली लगता है वह ये है कि इन मॉडर्न कैटेगरीज दे नाल जदों तुसी इस तरह की पुरानी चीज़ों नू एक्सेस करते हो या उन्होंने समझन की कोशिश करते हो तो ये प्रॉब्लमैटिक हो जाता है। ना एक बहुत वड्डा थीम है चे होमो इरोटिसिज्म दा भी एक्सप्लोर होया हुआ है जेड़ा एक्सप्लिसिट इम्प्लिसिट दोनों तरीके नाल, ते
ਅਗਰ ਤੁਸੀਂ ਬਹੁਤ ਸਦੀਆਂ ਪਹਿਲੇ ਚਲੇ ਜਾਓ ਮਧੂ ਲਾਲ ਸ਼ਾਹ ਹੁਸੈਨ ਦੇ ਦੌਰ 'ਚ, ਤੇ ਇਹ ਕੋਈ ਏਡੀ ਵੱਡੀ ਗੱਲ ਨਹੀਂ ਸੀ, ਤੁਹਾਡੀ ਬੋਡੀ ਦੀ ਤੇ ਤੁਹਾਡੀ ਮਾਈਂਡ ਦੀ ਉਹ ਡਿਵਾਈਡ ਐਗਜ਼ਿਸਟ ਨਹੀਂ ਕਰਦੀ ਸੀ। ਲੇਕਿਨ ਜਦੋਂ ਤੁਸੀਂ ਮਾਡਰਨ ਪਰਸਪੈਕਟਿਵ ਨਾਲ ਇਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਕੰਡੈਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਆਈਦਰ ਵੇ ਜਿਹੜੇ ਕੰਡੈਮ ਕਰਦੇ ਨੇ ਜਿਹੜੇ ਤੁਹਾਡੇ ਇੱਕ ਸਖਤ ਮਾਈਂਡਸੈਟ ਨਾਲ ਆ ਰਹੇ ਹੁੰਦੇ ਨੇ, ਤੁਸੀਂ ਇਹ ਗੱਲ ਆਪਣੇ ਜ਼ਿਹਨ 'ਚ ਰੱਖੋ ਕਿ ਉਹ ਵੀ ਮਾਡਰਨ ਪ੍ਰੋਡਕਟ ਹੀ ਹੈ। ਬਾਏ ਮਾਡਰਨ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਲਿਬਰਲ ਹੀ ਹੋਣਾ। ਮਾਡਰਨ ਜਾਂ ਮੋਡਰਨਿਟੀ ਇੱਕ ਵਾਸਟ ਕੋਨਸੈਪਟ ਹੈ ਜਿਹੜਾ ਤੁਹਾਡੇ ਰਿਲੀਜਨ ਨੂੰ ਵੀ ਅਫੈਕਟ ਕਰ ਸਕਦਾ ਹੈ, ਤੁਹਾਡੇ ਫੈਮਿਲੀ ਸਟਰਕਚਰ ਨੂੰ ਵੀ ਅਫੈਕਟ ਕਰ ਸਕਦਾ ਹੈ, ਤੁਹਾਡੀ ਤਾਲੀਮ ਨੂੰ ਵੀ ਅਫੈਕਟ ਕਰ ਸਕਦਾ, ਹਰ ਚੀਜ਼ ਨੂੰ ਅਫੈਕਟ ਕਰ ਸਕਦਾ ਹੈ। ਜਿਹੜੀ ਤੁਹਾਡੀ ਫਿਰ ਸਲਫੀ ਸਕੂਲ ਆਫ ਥਾਟ ਜਾਂ ਜਿਹੜੇ 'ਚ ਰੈਸ਼ਨੈਲਿਟੀ ਦਾ ਇਸਤੇਮਾਲ ਜ਼ਿਆਦਾ ਹੈ ਜਾਂ ਵਹਾਬੀ ਸਕੂਲ ਆਫ ਥਾਟ ਆ ਜਾਂਦਾ, ਉਹ ਵੀ ਇਹ ਮੋਡਰਨਿਟੀ ਦੇ ਨਾਲ ਜਿਹੜਾ ਕਰੰਟ ਵਹਾਬੀ ਸਕੂਲ ਆਫ ਥਾਟ ਹੈ, ਮੈਨੂੰ ਤਾਂ ਬੜਾ ਕਲੋਜ਼ ਇੱਕ ਰਿਲੇਸ਼ਨ ਲੱਗਦਾ ਹੈ ਉਹਦੇ ਨਾਲ। ਤਾਂ ਜਦੋਂ ਤੁਸੀਂ ਉਹਦੇ ਨਾਲ ਵੀ ਇਸ ਚੀਜ਼ ਨੂੰ ਐਕਸੈਸ ਕਰਦੇ ਹੋ, ਉਹ ਵੀ ਪ੍ਰੋਬਲਮੈਟਿਕ ਹੋ ਜਾਂਦਾ। ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕੋਈ ਚੀਜ਼ ਹੈ ਜਿਹੜੀ ਜਾਂ ਤੇ ਗੈਰ ਇਸਲਾਮੀ ਹੈ, ਜਾਂ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਚੀਜ਼ ਹੈ ਜਿਹੜੀ ਸਾਡੇ ਕਲਚਰ ਤੋਂ ਬਾਹਰ ਐਗਜ਼ਿਸਟ ਕਰ ਰਹੀ ਹੈ। ਲੇਕਿਨ ਇੰਝ ਨਹੀਂ ਸੀ, ਅਸੀਂ ਆਪਣੇ ਕਲਚਰ ਨੂੰ ਤਲੀਮੀ ਅਦਾਰਿਆਂ 'ਚ ਜਾਂ ਅਕੈਡਮੀਆਂ 'ਚ ਉਹਦੀ ਕੰਪਲੈਕਸਿਟੀ ਜਾਂ ਨੁਐਂਸਿਸ ਦੇ ਨਾਲ ਨਹੀਂ ਵੇਖਦੇ ਨੇ, ਅਸੀਂ ਉਹਨੂੰ ਵੀ ਡਿਫਰੈਂਟ ਕੈਟੇਗਰੀਜ਼ 'ਚ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਜਿਹੜੀ ਉਹਦੀ ਹਾਈਬ੍ਰਿਡਿਟੀ ਸੀ, ਜਿਹੜੀ ਉਹਦੀ ਫਲੂਇਡਿਟੀ ਸੀ, ਜਿਹੜੀ ਉਹਦੀ ਪੋਟੈਂਸ਼ੀਅਲ ਸੀ, ਜੋ ਇਹ ਇਨ ਕੈਟਾਗਰੀਜ਼ ਨੂੰ ਐਸਕੇਪ ਕਰਨ ਦੀ ਪੋਟੈਂਸ਼ੀਅਲ, ਅਸੀਂ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੋਂ ਇੱਕ ਤੇ ਮੈਨੂੰ ਜਿਹੜਾ ਲੱਗਿਆ ਕਿ ਇਹ ਮਸਲਾ ਹੈ। ਦੂਜਾ ਇਹ ਕਿ ਅਸੀਂ, ਕਿਉਂਕਿ ਮੈਂ ਖੁਦ ਪੰਜਾਬੀ ਬਾਅਦ 'ਚ ਸਿੱਖੀ ਹੈ, ਮੈਨੂੰ ਪੜ੍ਹਦੇ ਲਿਖਦੇ ਅਤੇ ਬੋਲਦੇ ਹੋਏ ਕੁਛ ਅਰਸਾ ਹੀ ਹੋਇਆ, ਅਤੇ ਮੈਂ ਉਨੀ ਫਲੂਐਂਟ ਨਹੀਂ ਹੈਗੀ ਹੁਣ। ਮੈਨੂੰ ਬਹੁਤ ਸਾਰੇ ਐਸੇ ਅਲਫਾਜ਼ ਨੇ ਜਿਹੜੇ ਸਮਝ ਨਹੀਂ ਆਉਂਦੇ, ਬਹੁਤ ਸਾਰੀ ਐਸੀ ਕੋਨਸੈਪਟਸ ਹੈ ਪੰਜਾਬੀ ਦੇ, ਮੁਹਾਵਰੇ ਨੇ ਜਿਹੜੇ ਮੈਨੂੰ ਸਮਝ ਨਹੀਂ ਆਉਂਦੇ ਨੇ, ਕਿਉਂਕਿ ਮੈਂ ਉਹਨੂੰ ਐਜ਼ ਐਨ ਆਊਟਸਾਈਡਰ ਹੁਣ ਐਕਸੈਸ ਕਰਦੀ ਪਈ ਹਾਂ। ਹੁਣ ਇੱਕ ਲਫ਼ਜ਼ ਹੈ ਫਕੀਰ ਨੁਮਾਨਾ, ਇਹ ਨੁਮਾਨਾ ਇਹ ਇੱਕ ਲਫ਼ਜ਼ ਹੈਗਾ ਜਿਹਨੂੰ ਇਸਤੇਮਾਲ ਕਰਦਾ ਮਧੂ ਲਾਲ ਸ਼ਾਹ ਹੁਸੈਨ ਦੀ ਪੋਇਟਰੀ 'ਚ, ਤੁਸੀਂ ਵੇਖਦੇ ਹੋ। ਅਤੇ ਅਗਰ ਤਾਂ ਤੁਸੀਂ ਪੰਜਾਬੀ ਜ਼ੁਬਾਨ ਨੂੰ ਐਕਸੈਸ ਨਹੀਂ ਕਰ ਸਕਦੇ ਹੋ, ਤੁਸੀਂ ਪੰਜਾਬੀ ਜ਼ੁਬਾਨ ਨੂੰ ਸਮਝ ਨਹੀਂ ਸਕਦੇ ਹੋ, ਤੁਸੀਂ ਮਧੂ ਲਾਲ ਹੁਸੈਨ ਨੂੰ ਸਮਝ ਨਹੀਂ ਸਕਦੇ। ਤੁਸੀਂ ਟ੍ਰਾਂਸਲੇਟਡ ਵਰਕ ਉਠਾ ਲਓ, ਗੁੱਡ ਇਨਾਫ ਅਗਰ ਤੁਹਾਨੂੰ ਜ਼ੁਬਾਨ ਨਹੀਂ ਆਉਂਦੀ ਹੈ। ਬਟ ਇਫ ਯੂ ਰੀਅਲੀ ਵਾਂਟ ਟੂ ਅੰਡਰਸਟੈਂਡ, ਲਾਈਕ ਤਾਂ ਤੁਸੀਂ ਅਸਲ 'ਚ ਸਮਝਣਾ ਚਾਹੁੰਦੇ ਹੋ ਕਿ ਵਟ ਇਜ਼ ਗੋਇੰਗ ਔਨ ਦੇਅਰ, ਤੁਹਾਨੂੰ ਜ਼ੁਬਾਨ ਸਿੱਖਣ ਦੀ ਜ਼ਰੂਰਤ ਹੈ। ਤੁਸੀਂ ਪੰਜਾਬੀ ਕਲਚਰ ਨੂੰ, ਤੁਸੀਂ ਪੰਜਾਬੀ ਰੀਤ ਰਵਾਇਤ ਨੂੰ, ਤੁਸੀਂ ਪੰਜਾਬੀ ਹਿਸਟਰੀ ਨੂੰ ਪੰਜਾਬੀ ਜ਼ੁਬਾਨ ਦੇ ਬਗੈਰ ਨਹੀਂ ਸਮਝ ਸਕਦੇ। ਇੰਨਾ ਛੋਟਾ ਜਿਹਾ ਇਹ ਲਫ਼ਜ਼ ਹੈ ਨੁਮਾਨਾ, ਮੇਰਾ ਨਹੀਂ ਖਿਆਲ ਕਿ ਇਹਦੀ ਟ੍ਰਾਂਸਲੇਸ਼ਨ ਪੋਸੀਬਲ ਹੈ। ਸ਼ਾਇਦ ਕੋਈ ਟ੍ਰਾਂਸਲੇਸ਼ਨ ਆਈ ਹੋ ਜੋ ਕਿ ਇਸਕੋ ਬਿਹਤਰ ਤਰੀਕੇ ਸੇ ਐਕਸਪ੍ਰੈਸ ਕਰ ਸਕੀ ਹੋ, ਲੇਕਿਨ ਮੇਰੀ ਵੋਕੈਬਲਰੀ ਮੈਂ ਜਾਂ ਮੁਝੇ ਨਹੀਂ ਲੱਗਦਾ, ਕਿਉਂਕਿ ਨੁਮਾਨਾ ਲਫ਼ਜ਼ ਖਾਲੀ ਛੋਟਾ ਹੋਣਾ ਨਹੀਂ ਹੈ। ਨੁਮਾਨਾ ਲਫ਼ਜ਼ ਜੋ ਹੈ ਇਹ ਬੜਾ ਕੰਪਲੈਕਸ ਲਫ਼ਜ਼ ਹੈ। ਇਹਦੇ 'ਚ ਤੁਹਾਡੀ ਹਿਊਮਿਲਿਟੀ, ਹੰਬਲਨੈਸ, ਤੁਹਾਡਾ ਪੂਰਾ ਦਾ ਪੂਰਾ ਕਲਚਰ ਸਮਾ ਜਾਂਦਾ ਹੈ। ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ? ਜੀ ਬਿਲਕੁਲ, ਅਸੀਂ ਤੁਹਾਨੂੰ ਸੁਣ ਰਹੇ ਹਾਂ। ਅੱਛਾ, ਠੀਕ ਹੈ। ਤੋ ਜਿਹੜੀ ਇਹ ਗੱਲ ਸੀ, ਇੱਕ ਤਾਂ ਮੈਂ ਕਰਨੀ ਕਿ ਜਿਹੜਾ ਜ਼ੁਬਾਨੀ ਪੰਜਾਬੀ ਜ਼ੁਬਾਨ ਦੇ ਨਾਲ ਸਾਡਾ ਜਿਹੜਾ ਡਿਸਕੁਨੈਕਸ਼ਨ ਹੋ ਗਿਆ ਹੈਗਾ, ਅਤੇ ਫਿਰ ਅਸੀਂ ਜਦੋਂ ਦੁਬਾਰਾ ਉਹਨੂੰ ਰੀਲਰਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਫਿਰ ਦੁਬਾਰਾ ਚੀਜ਼ਾਂ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਫਿਰ ਵੀ ਤੁਹਾਨੂੰ ਇੰਝ ਦੇ ਮਸਾਇਲ ਆਉਂਦੇ ਨੇ। ਅਤੇ ਤੀਜੀ ਜਿਹੜੀ ਗੱਲ ਕੀਤੀ ਮੈਂ, ਉਹ ਟ੍ਰਾਂਸਲੇਸ਼ਨ ਦੀ ਕੀਤੀ ਹੈ ਕਿ ਕਿਵੇਂ ਇੱਕ ਜ਼ੁਬਾਨ 'ਚੋਂ ਦੂਜੀ ਜ਼ੁਬਾਨ ਤੱਕ ਟ੍ਰਾਂਸਲੇਸ਼ਨ ਕਰਦੇ ਹੋਏ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਇੰਝ ਦੀਆਂ ਨੇ ਜਿਹੜੀਆਂ ਯੂ ਕਾਲ ਦੈਟ ਲੋਸਟ ਇਨ ਟ੍ਰਾਂਸਲੇਸ਼ਨ, ਜਿਹੜੀਆਂ ਸਿੰਪਲੀ ਦੇ ਗਵਾਚ ਜਾਂਦੀਆਂ ਨੇ, ਤੁਸੀਂ ਉਹਨੂੰ ਐਕਸੈਸ ਨਹੀਂ ਕਰ ਸਕਦੇ ਨੇ। ਤੇ ਇਹ ਇੱਕ ਹੋਰ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਕੀਤੀ। ਜੀ ਹਾਂਜੀ, ਤੁਸੀਂ ਸਾਡੇ ਨਾਲ ਹੀ ਰਹਿਣਾ, ਗੱਲਬਾਤ ਅੱਗੇ ਜੇ ਵਧਾਉਂਦੇ ਹਾਂ ਤੇ ਕੁਛ ਜਿਹੜੇ ਸਵਾਲ ਆਣਗੇ ਫਿਰ ਅਸੀਂ ਇਕੱਠੇ ਉਹਦੇ ਤੇ ਗੱਲਬਾਤ ਕਰਾਂਗੇ। ਤੇ ਅਸੀਂ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਉਂਦੇ ਹਾਂ, ਔਰ ਅੱਜ ਦੀ ਇਸ ਜਿਹੜਾ ਨਾਵਲ ਹੈ ਸਾਡਾ ਉਹਦੇ ਤੇ ਗੱਲਬਾਤ ਬਹੁਤ ਸੋਹਣੀ ਸਾਡੇ ਮਹਿਮਾਨ ਕਰ ਰਹੇ। ਨਾਵਲ ਦੇ ਨਾਲ ਨਾਲ ਮੈਂ ਕੁਛ ਨਾਵਲ ਦੇ ਬਾਰੇ ਵੀ ਦੱਸਦਾ ਜਾਵਾਂ
कि यह नावल जिहड़ा है गुरमुखी च भी हो गया है, और जिहड़े दोस्त साडे इधर कमेंट कर रहे ने वो दोस्त पढ़ रहे ने, और बाकी जिहड़े साडे नवे हिस्टोरियंस जिहड़े स्कॉलर वेख रहे ने उन्हां वास्ते भी जिहड़े साडे चढ़दे पंजाब तों जां ऐसे जिहड़े बेली शाहमुखी नहीं पढ़ सकते वह गुरमुखी विच वी इह जिहड़ा नावल है लभ सकदा है, ते तुसीं इहनूं जरूर पढ़ो। ते हुण असीं अपने जिहड़े साडे बहुत सीनियर दोस्त साडे बड़े सीनियर उस्ताद प्रोफेसर जुबैर अहमद साहब नूं मैं हुण रिक्वेस्ट करांगा कि वह अज दी गल्लबात दे हवाले नाल अगे गल वधान। जी सर, जी आयां नूं मैं अनम्यूट कर रहे हैं। अच्छा, बहुत बहुत शुक्रिया चट्ठा जी ते नैन सुख जी जिन्होंने मैनूं यह माण दिता कि मैं गल्लबात करां। काफी नाल दी नाल सर यह भी कि किताब त्रिंजन ने इनू छापिया और तुसीं इनू दूसरी बारी जिहड़ा इहदा पबलिश कीता इनू वो भी एक जिहड़ी है ना वो बड़ी तुहाडी एक कोशिश है कि इनू तुसीं दोबारा जिहड़ा वो छापिया। तो सर अज की गल का फॉरमेट इस तरह है कि अज असी एक सवाल पूछने और वो ते असी गलबात जिहड़ी करने, एक तो तुसीं पबलिश करन दे हवाले नाल भी गल करोगे और दूजा है कि इस नावल दे विच लाहौर की तारीख सियासत और ये कल्चर के हवाले न बहुत भरवा नावल है, उसते भी असी तुहाडे कोलों कुछ जिहड़ी है ना गलबात सुणांगे। तो हुण स्क्रीन सर तुहाडे कोल है। बहुत शुक्रिया जी। तुसीं थोड़ा जिहा शुरू च जिक्र किया नावल बारे के 2014 दे विच छपिया सी यह नावल, और उस तो पहले नैन सुख लिखते आ रहे सन बड़ा सहजे सहजे ठीकरियां तो 2002 तो सफ़र शुरू उन्होंने किया। तो नावल जड़ा 2014 छपिया, इनाम भी मिले उन्होंने कैनेडा तो। जड़ी एक करण वाली गल है वह है कि एक साल के अंदर अंदर यह नावल सारा विक गया सी। जो पंजाबी रीडर का हाल है उस हिसाब नाल मैं तो इहनूं एक मौजज़ा ही कहांगा। असीं इत्थे किताबां छापने आ मुफत वंडने आ फिर भी नहीं खत्म होंदिया, तो यह किताब का विक जाना बहुत जबरदस्त गल है। मेरा ख्याल है यह एक तारीख जिहड़ी है उन्होंने बनाई है, और मैं स्पैशल जिहड़ा शुक्रिया आमर रियाज उन्हां दा भी करांगा जिन्होंने नैन सुख दियां कोई काफ़ी किताबां जिहड़ियां ने छापियां। मैं तो हुण ही असीं आए हाँ, दो साल होए ने, उस तो पहले मैं कई साल तकरीबन 12 साल किताब त्रिंजन चलाई, हुण असीं दोबारा खोली है और एक्सकलूसिवली पंजाबी किताबां लई है और नॉन प्रॉफिट नॉन कमर्शियल है। यह नावल असी दूसरी दफ़ा छापिया और मेरी बड़ी सदर सी कि मैं छापा, और उस तो पहले असी नैन सुख की एक होर किताब जोगी सब ते तरह वह भी छापी है, और सानू माण है और सानू बड़ी खुशी है कि असी इनू छापिया है और इनू असी वरता रहे हैं और लोग इनू पढ़ रहे हैं। हुण असी आने अपने नावल दे उत्ते एक दो तीन लाइना जड़ियां ने मैं पढ़ांगा। नजम हुसैन सैयद दी बार दी वार दे बारे उन्होंने लाहौर बारे किया है कि लाहौर शहर तुसां आप उगांदे कुछ नहीं, गिल्ली सुक्की गिल्ली रसद सुकांदे हो, माल रोड ते बह के बीन वजासो, जिन्हों लड़िया नहीं उन्हें सप नहीं डिठा। शाह जी गल कर रहे हैं कि जेडे शहर ने वो जेडी सरपलस है इंसानी तहजीब दे विच इंसानी सिविलाइजेशन जदों सरपलस बंदे ने बना ली फिर शहर वजूद विच आए, और शहर बेसिकली मंडियां सन। लाहौर शहर जड़ा है बहुत पुराना है, तकरीबन 2000 साल तक यदि तारीख जड़ी है वो असी ला सकने। मजीद शेख डान दे विच उत्ते लिखते रहते हैं। असी कैदी तख्त लाहौर दे भी साढ़े दोस्तों ने जड़े मुल्तान है ने सरायकी दे उन्होंने यह भी नारा लाया लाहौर बारे। शाह जी भी कह रहे हैं कि यह जड़ा है सरपलस दे उत्ते खलोता है शहर है। लेकिन यह शहर बारे एक पासी गल है, लाहौर शहर जड़ा है वो दो ने, एक उस्ताद आमन का शहर है, एक हबीब जालब का शहर है जड़ा मार रोड ते लाठीचार्ज होंगे तो वह उसका सिर पाड़ देंगे ने। लाहौर भगत सिंह का भी शहर है
ऐसे ही लाहौर दुल्ला भट्टी नूं भी फांसी हुई और ऐसे लाहौर ही जाओ लगते दौर च लोगों नूं कोड़े भी पए ते मुंडिया ने अपने आप उत्ते तेल सुट के अपने आप नूं साड़िया भी। एक ऐ लाहौर है, एक लाहौर गवर्नर हाउस है, एक लाहौर माल रोड है। नैन सुख का कमाल यह है कि उन्हें इदा दोवें लाहौर शहर की कहानी की। मैं एक छोटा जहा एक पैरा पढ़ागा जिदे तो कहते ने जिन्हें लाहौर नहीं वेख्या वह जमया नहीं। मैं कहागा कि जिन्हें माधो लाल हुसैन का नैन सुख का यह नावल माधो लाल हुसैन नहीं पढ़िया उन्हें कुछ नहीं पढ़िया। खास तौर पर जरा पंजाब का पंजाब पढ़न वाला रीडर है जरा पंजाबी का रीडर है जे उन्हें माधो लाल हुसैन नहीं पढ़िया तो कुछ नहीं पढ़िया। क्योंकि लाहौर शहर जी तारीख है वो कल लाहौर शहर की तारीख नहीं है, वो पंजाब की भी तारीख है। बल्कि एक सतह पर तुसी कह सकते हो और नॉर्थर्न इंडिया की शिमाली हिंदुस्तान की भी तारीख है। जड़े इत्थे हमले होए, जड़े इत्थे बादशाही आईया, जो लाहौर च वापरदा रहा वह पूरे पंजाब च वापरिया और अगे फिर दिल्ली तक गया। यह जड़ी इन्होंने कहानी लिखी है लाहौर शहर की, ये कलोनियल लाहौर है, खास तौर पर जड़ा पार्टीशन तो पहले का लाहौर तकरीबन 20वीं सदी पूरी उदे विच आ जाती है और सैकंड पास जड़ा वो पोस्ट कलोनियल लाहौर है। लेकिन इन्होंने दोवें जोड़ के लिखा नालों नाल चलते हैं, कभी कलोनियल लाहौर आ जाता है, कभी पोस्ट कलोनियल लाहौर आ जाता है और लॉ कहानी जी नालों नाल चलती है। एक दो तीन मैं लाइना पढ़ागा जो तो थोड़ा जहा तुम अंदाजा होएगा। हुसैन लई लाला जी मोए कोई ना, वो गल करते रहते। लाला जी वेख्या कि लाहौर पाकिस्तानी होके मुसलमान होंदा गया, शादी लाल बिल्डिंग अहमद मैनशन हो गई, चौंक चकला सैयद होके चौंक बुखारी हो गया, चौहट्टा दीनानाथ भी मुसलमान होके चौहट्टा काजी अल्लादाद, सुंदरदास गार्डन जमान पार्क, राम गली रहमान स्ट्रीट, लीला पार्क अली पार्क, मोहन लाल रोड उर्दू बाजार, मार रोड शाहरा कायद आजम, ते म्यो रोड लामा इकबाल रोड। लाहौर लो जोगी दा गढ़ ना रहा, ऐ शाहू बदमाश दी गढ़ी, कब्जा ग्रुपां लई हुण ऐ कंजर खाना। ऐ गल लाला जी लाहौरी कोलों हुसैन उदों सुनी जदों लाहौर जदों इकबाल टाउन विच रांझन जोगी दा डेरा गुलशन इकबाल पार्क बनिया। अगे काफ़ी है जिहड़ा लाहौर है वो दो तरह की उहदे कहानी चल रही है। डाढ़ियां दे लाहौर की जिहड़ा पावरफुल ने उन्होंने लाहौर की भी और जिहड़े माड़े ने हीणे नमाणे ने उन्होंने भी कहानी भी बेशुमार करैक्टर ने इहदे विच। लाला जी लाहौरी उस्ताद फीका हुसैन और महबूब दो मेन करैक्टर ने जिदे ते मरियम उन्होंने भी गल की है जिदे नाल पूरी कहानी जिहड़ी है चलती है। प्रवीण डिपू वाली है माड़ी है पट्टी जरा लोगों के हकूक लिए लड़ता है। मूर्ति है FIR मौलवी ने मौलाना रंग महली मौलाना अब्दुल वहाब दुरानी। फिर बदमाश ने बदमाश मैं खुद कृष्ण नगर का रहने वाला लाहौर का जमपल हाँ साढ़े वारस बदमाश होया। इन्हों का कमाल है नैन सुख का कि जो जेडे भी टॉपिक छोंदे ने जिमें बदमाश ने प्रोस्टिट्यूट्स ने कंजरिया ने कच्ची आबादी है मौलवी ने कामरेड ने लैफ्टिस्ट ने या लिबरल्स ने उदा पूरा पिछोकड़ देंदे ने एंड तक जाके और बिल्कुल आखिर तक अज तक 2010 2011 12 ते जाके वह मुकांदे ने। मैं हीरा मंडी दी उन्होंने कहानी की है तो वह पुरानी नारकली होंदी सी फिर उतों हीरा सिंह जिहड़ा सी उन्हें हीरा मंडी किवें बनाई फिर डिफेंस दे विच किवें गई फिर किस तरह किहड़े किहड़े लोग उहदे विच इनवॉल्व ने। बदमाशां दी इन्होंने कहानी की है तो उहदे विच पूरी लिस्ट है खलील खां कालू कश्मीरी
ਬੱਗਾ ਗੁੱਜਰ, ਬਾਬਰ ਪ੍ਰਿੰਸ, ਅਥਰਾ ਰਾਜਪੂਤ। ਹੁਣ ਪ੍ਰਿੰਸ ਜਿਹੜਾ ਪੂਰੇ ਲਾਹੌਰ ਨੂੰ ਪਤਾ ਹੈ ਮੇਰੀ ਨਸਲ ਦੇ ਜਾਂ ਉਸ ਤੋਂ 10 ਸਾਲ ਛੋਟੇ ਮੇਰੇ ਤੋਂ, ਕਿ ਇਹ ਪ੍ਰਿੰਸ ਬੜਾ ਵੱਡਾ ਇੱਕ ਲਾਹੌਰ ਦਾ ਇੱਕ ਬਦਮਾਸ਼ ਸੀ, ਬਾਬਰ ਪ੍ਰਿੰਸ ਇਹਨਾਂ ਨੇ ਉਹਨੂੰ ਕਿਹਾ। ਹੋਰ ਜਿਹੜਾ ਟੀਪੂ ਟਰੱਕਾਂ ਵਾਲਾ, ਹੋਰ ਜਿਹੜੇ ਮਾਝਾ ਸਿੱਖ, ਜਿੰਨੇ ਵੀ ਬਦਮਾਸ਼ ਨੇ ਉਹਨਾਂ ਦਾ ਇਹਨਾਂ ਨੇ ਥੋੜ੍ਹਾ ਜਿਹਾ ਨਾਂ ਬਦਲ ਕੇ ਪੂਰੇ ਜਿਹੜੀ ਹੈ ਲਾਹੌਰ ਦੀ ਉਹਦੀ, ਫਿਰ ਇਹ ਜਿਹੜੇ ਹੈ ਨੇ ਸਿਆਸਤਦਾਨ, ਮੁਮਤਾਜ਼ ਦੌਲਤਾਨਾ ਹੈ, ਹੁਸੈਨ ਸ਼ਹੀਦ ਵਰਦੀ ਹੈ, ਮਮਡੋਟ ਹੈ, ਉਹ ਸਾਰੇ ਪੂਰੇ ਉਹਨਾਂ ਦੀ ਲੜੀ, ਖਾਸ ਤੌਰ 'ਤੇ ਜਿਹੜਾ ਸ਼ੁਰੂ ਦੇ 3 ਸਾਲ ਸਨ ਲਾਹੌਰ ਦੇ, ਜਿਹੜਾ ਬੇਸਿਕਲੀ ਕਬਜ਼ਾ ਗਰੁੱਪ ਰਹਿ, ਜਿਹੜੀ ਕਮਾਲ ਹੈ ਇਹਦੇ ਵਿੱਚ ਨੈਨ ਸੁਖ ਨੇ ਜਿਹੜੀ ਅੰਡਰਵਰਲਡ ਹੈ ਲਾਹੌਰ ਦੀ, ਮੇਰਾ ਖਿਆਲ ਹੈ ਉਹਦੇ 'ਤੇ ਕਦੀ ਵੀ ਨਹੀਂ ਲਿਖਿਆ ਗਿਆ, ਇਹਨਾਂ ਨੇ ਉਹਦੇ ਅੰਡਰਵਰਲਡ ਬਾਰੇ ਲਿਖਿਆ। ਔਰ ਕਬਜ਼ਾ ਗਰੁੱਪ ਜਿਹੜਾ ਲਾਹੌਰ ਮਾਲ ਰੋਡ ਦੀਆਂ ਬੇਸ਼ੁਮਾਰ ਬਿਲਡਿੰਗ, ਸ਼ਾਹਜੀਨ, ਉਹਦੇ ਤੋਂ ਪਿੱਛੇ ਨਵਾਬ ਵਕਤ ਦਾ ਦਫ਼ਤਰ, ਹੋਰ ਦੁਕਾਨਾਂ ਦੂਸਰੀਆਂ ਵੱਡੀਆਂ ਵੱਡੀਆਂ, ਅਨਾਰਕਲੀ ਦੀਆਂ, ਉਰਦੂ ਬਾਜ਼ਾਰ ਦੀਆਂ, ਸ਼ਾਲਮੀ ਕਿਵੇਂ ਅੱਗ ਲੱਗੀ, ਪੂਰੀ ਜਿਹੜੀ ਹੈ ਇਹਦੀ ਡਿਟੇਲ, ਪੁਰਾਣੀ ਬਿਲਡਿੰਗ ਕਿਹਦੇ ਕੋਲ ਸੀ, ਨਵੀਂ ਕਿਹਦੇ ਕੋਲ ਆਈ, ਇਹ ਜਿਹੜੀ ਡਿਟੇਲ ਹੈ ਮੈਂ ਨਹੀਂ ਕਿਸੇ ਕਿਤਾਬ ਦੇ ਵਿੱਚ ਪੜ੍ਹੀ, ਮੈਨੂੰ ਨਹੀਂ ਕਿਤੇ ਨਹੀਂ ਨਜ਼ਰ ਆਈ, ਕਿਸੇ ਨੇ ਨਹੀਂ ਇਹ ਲਿਖਿਆ। ਔਰ ਇਹ ਜਿਹੜੀ ਪੂਰਾ ਨਾਵਲ ਹੈ ਉਹ ਇੱਕ ਟਕਰਾਅ ਹੈ ਹੱਕ ਸੱਚ ਦਾ, ਦੇ ਲੋਕਾਂ ਦਾ, ਔਰ ਜਿਹੜੇ ਤਾਕਤਵਰ ਨੇ ਔਰ ਜਿਹੜੇ ਜਿਨ੍ਹਾਂ ਨੇ ਸਾਂਭਿਆ ਹੈ, ਪਾਵਰਫੁੱਲ ਨੇ, ਰਾਜ ਗੱਦੀਆਂ ਨੇ ਜਿਨ੍ਹਾਂ ਕੋਲ, ਤਖ਼ਤ ਲਾਹੌਰ ਦੇ ਜਿਹੜੇ ਮਾਲਕ ਨੇ, ਉਹ ਲੋਕ ਔਰ ਹੀਣੇ ਨਵਾਣੇ, ਇਹਨਾਂ ਦੀ ਲੜਾਈ ਜਿਹੜੀ ਹੈ ਉਹ ਚੱਲਦੀ ਪਈ ਹੈ, ਐਂਡ ਤੱਕ ਚੱਲਦੀ ਹੈ। ਔਰ ਆਖਰੀ ਜਿਹੜੀ ਇੱਕ ਚੈਪਟਰ ਹੈ ਦੁੱਲੇ ਦੀ ਵਾਰ, ਜਿਹਦੇ ਵਿੱਚ ਲਾਲੀ ਜਿਹੜੀ ਹੈ ਇੱਕ ਚੂੜੀ ਹੈ, ਔਰ ਇੱਕ ਬੰਦਾ ਜਿਹੜਾ ਹੈ ਉਹਦੇ 'ਤੇ ਉਹਨੂੰ ਸੈਕਸ਼ੂਅਲੀ ਐਕਸਪਲਾਇਟ ਕਰਨਾ ਚਾਹੁੰਦਾ ਹੈ, ਉਹ ਉਹਨੂੰ ਰਿਫਿਊਟ ਕਰਦੀ ਹੈ, ਔਰ ਉਹਦੇ ਉੱਤੇ ਜਿਹੜਾ ਹੈ ਫਿਰ ਬਲੈਸਫੈਮੀ ਦਾ ਜਿਹੜਾ ਇਲਜ਼ਾਮ ਲਾ ਦਿੱਤਾ ਜਾਂਦਾ ਹੈ, ਔਰ ਉਹਦੇ ਵਿੱਚ ਫਿਰ ਸਾਰਾ ਉਹ ਪੂਰੀ ਕਹਾਣੀ ਹੈ। ਪ੍ਰਵੀਨ ਡਿੱਪੂ ਵਾਲੀ ਜਿਹੜੀ ਹੈ ਉਹ ਕੱਚੀ ਆਬਾਦੀ ਦੀ ਪੂਰੀ ਕਹਾਣੀ ਹੈ, ਜਿਹਦੇ ਵਿੱਚ ਕਦੀ ਪੀਪਲ ਪਾਰਟੀ ਆ ਗਈ, ਕਦੀ ਜ਼ਿਆ ਉਲ ਹੱਕ ਆ ਗਿਆ, ਕਦੀ ਅਯੂਬ ਖਾਂ ਆ ਗਿਆ, ਉਹ ਕੱਚੀ ਆਬਾਦੀ ਬਣੀ ਕੀ, ਉੱਥੇ ਸਿਆਸਤ ਕਿਵੇਂ ਧੁੰਮੀ, ਉੱਥੇ ਤਬਲੀਗੀ ਕਿਵੇਂ ਆਏ, ਉੱਥੇ ਅਖਵਾਨ ਜਹਾਦੀ ਕਿਵੇਂ ਆਏ, ਬੇਸ਼ੁਮਾਰ ਗੱਲਾਂ ਨੇ। ਔਰ ਇਹ ਮੈਂ ਸਮਝਦਾ ਕਿ ਇਹ ਗੱਲ ਤਾਂ ਮੁੱਕ ਹੀ ਨਹੀਂ ਸਕਦੀ, ਜਿਹੜੀ ਰਿਸਰਚ ਹੈ ਜਿਹੜੀ ਨੈਨ ਸੁੱਖ ਨੇ ਕੀਤੀ ਹੈ ਉਹ ਆਪ ਦੱਸਣਗੇ ਮੈਨੂੰ, ਉਹ ਅਮੇਜ਼ਿੰਗ ਹੈ। ਇੱਕ ਸਫ਼ੇ 'ਤੇ ਮੈਂ 4-5 ਲਾਈਨਾਂ ਪੜ੍ਹੀਆਂ ਨੇ, ਇੰਨੀਆਂ ਮਲੂਮਾਤ ਨੇ ਕਿ ਤੁਸੀਂ ਦੰਗ ਰਹਿ ਜਾਂਦੇ, ਔਰ ਕਿੰਨੇ ਸਾਲਾਂ ਦੀ ਇਹ ਮਿਹਨਤ ਹੈ। ਹੁਣ ਇਹ ਜਿਹੜੇ ਹੈ ਇਹ ਔਰਲ ਹਿਸਟਰੀ ਹੈ, ਇਹਦੇ 'ਚ ਹੈ ਤਾਂ ਇਹ ਔਰਲ ਹਿਸਟਰੀ ਬੇਸਿਕਲੀ, ਲੇਕਿਨ ਇਹ ਰਿਟਨ ਹਿਸਟਰੀ ਦੀ ਵੀ ਇਹਦੇ 'ਚ ਬਹੁਤ ਜ਼ਿਆਦਾ ਮਦਦ ਲਈ ਗਈ ਹੈ ਇਹਦੇ ਵਿੱਚ। ਔਰ ਮੈਂ ਤਾਂ ਕਹਾਂਗਾ ਕਿ ਮੈਂ ਸ਼ਾਹਮੁਖੀ ਦੇ ਨਾਵਲ ਤਾਂ ਸਾਰੇ ਪੜ੍ਹੇ ਨੇ, ਵੱਡੇ ਵੱਡੇ ਜਿੰਨੇ ਵੀ ਡਰਾਕਲ ਹੈ ਜਾਂ ਟਾਵਾਂ ਟਾਵਾਂ ਤਾਰਾ, ਹੋਰ ਜਿਹੜੇ ਲਿਖੇ ਗਏ ਨੇ, ਮਸ਼ਰਕੀ ਚੜ੍ਹਦੇ ਪੰਜਾਬ ਦਾ ਮੈਂ ਨਹੀਂ ਕੁਛ ਕਹਿ ਸਕਦਾ, ਲੇਕਿਨ ਸਾਡੇ ਇਹੋ ਜਿਹਾ ਕੋਈ ਨਾਵਲ ਨਹੀਂ ਲਿਖਿਆ। ਇੱਕ ਲਾਜਵਾਬ ਨਾਵਲ ਹੈ, ਅਤੇ ਗੱਲਾਂ ਦੇ ਕਰਦੇ ਰਹਿਣ ਮੁੱਕਣੀਆਂ ਨਹੀਂ ਹੈਗੀਆਂ। ਜਿਹੜੀ ਹੈ ਛੋਟੀ ਜਿਹੀ 2-4 ਲਾਈਨਾਂ ਪੜ੍ਹ ਕੇ ਮੈਂ ਖਤਮ ਕਰ ਦੇਣਾ, ਇਹਦੇ ਵਿੱਚ ਜਿਹਦੇ ਵਿੱਚ ਚੇਂਜਿਸ ਜਿਹੜੀਆਂ ਆਈਆਂ ਨੇ ਉਹਨਾਂ ਦਾ ਹਾਲ ਹੈ। ਮੁਗਲੇ ਆਜ਼ਮ ਦੌਲਤ ਵਿੱਚ ਦਿਲ ਲਾ ਲਿਆ, ਦੁਕਾਨਾਂ ਦੇ ਮਕਾਨਾਂ ਦੇ ਕਿਰਾਏ, ਆਪਣੀ ਚੱਲਦੀ ਫਰਨਸ, ਉਹਦੀ ਹਵੇਲੀ ਇੱਜ਼ਤਦਾਰ ਨਾ, ਜਿਵੇਂ ਬਾਜ਼ਾਰੇ ਹਕੀਮਾਂ ਵਿੱਚ ਹਵੇਲੀ ਮੁਬਾਰਕ ਬੇਗਮ, ਬਾਰੂਦ ਖਾਨੇ ਵਿੱਚ ਅਮੀਰੁਦੀਨ ਦੀ ਹਵੇਲੀ, ਐਮਪ੍ਰੈਸ ਰੋਡ ਉੱਤੇ ਕਜ਼ਲ ਬਾਸ਼ਾਹ ਦਾ ਨਵਾਬ ਪੈਲਸ, ਡੇਵਸ ਰੋਡ ਉੱਤੇ ਮਮਡੋਟ ਵਿਲਾ, ਡਿਓਰੈਂਡ ਰੋਡ ਉੱਤੇ ਮੁਮਤਾਜ਼ ਦਾਲਖਾਨੇ ਦੀ ਮੁਮਤਾਜ਼ ਦੌਲਤਾਨੇ ਦੀ ਕੋਠੀ, ਅਲ ਮੁਮਤਾਜ਼ ਬਗਬਾਨਪੁਰੇ, ਘਾਹ ਮੰਡੀ ਵਿੱਚ ਮੀਆਂ ਇਫਤਖਾਰੁਦੀਨ ਦੀ ਹਵੇਲੀ, ਅਨਾਰਕਲੀ ਵਿੱਚ ਰਈਸ ਸ਼ੇਖ ਨੱਕੀ ਦੀ ਹਵੇਲੀ। ਇਹ ਦੇਖੋ ਤੁਸੀਂ ਇਹ ਕਿਸ ਤਰ੍ਹਾਂ ਡਿਟੇਲ ਆ ਰਹੀ, ਕਮਾਲ ਹੈਗਾ। ਅਤੇ ਮੈਂ ਤਾਂ ਕੰਨਾ ਨੇ ਆਸਮ ਭੱਟ ਨੇ ਗੱਲ ਕੀਤੀ ਸੀ ਕਿ ਜਿਹੜੀ ਪੰਜਾਬੀ ਕਹਾਣੀ ਹੈ ਸ਼ਾਇਦ ਉਰਦੂ ਤੋਂ ਅੱਗੇ ਚਲੀ ਗਈ ਹੈ। ਇਹ ਦੁਨੀਆ ਦਾ ਇੱਕ ਮਹਾਨ ਨਾਵਲ ਹੈ ਜਿਹੜਾ ਹੈ, ਔਰ ਪੰਜਾਬੀ ਨੂੰ ਮਾਣ ਹੈ ਕਿ ਉਹਦੇ ਵਿੱਚ ਅਜਿਹੀ ਕਿਤਾਬ ਹੈ ਜਿਹੜੀ ਦੁਨੀਆ ਦੀ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਜਿਹਦੇ ਸਾਹਮਣੇ ਰੱਖ ਸਕਦੇ। ਸ਼ੁਕਰੀਆ ਜੀ ਸਰ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਰ ਸਾਡੇ ਨਾਲ ਹੀ ਰਹਿਣਾ, ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਆਪਣੇ ਅਗਲੇ ਜਿਹੜੇ ਮਹਿਮਾਨ ਨੇ ਸਕਾਲਰ ਨੇ ਉਹਨਾਂ ਵੱਲ ਚੱਲਦੇ ਹਾਂ।
ਮੈਂ ਹੁਣ ਦਾਵਤ ਦਿਆਂਗਾ ਸ਼ਾਜ਼ੀਆ ਚੀਮਾ ਹੋਰਾਂ ਨੂੰ ਕਿ ਉਹ ਆਉਣ ਅਤੇ ਅੱਜ ਦੀ ਗੱਲਬਾਤ ਜਿਹੜੀ ਸਾਡੀ ਚੱਲ ਰਹੀ ਹੈ ਨਾਵਲ ਦੇ ਉੱਤੇ ਉਹਨੂੰ ਅੱਗੇ ਵਧਾਉਣ। ਜੀ ਸ਼ਾਜ਼ੀਆ ਜੀ, ਜੀ ਆਇਆਂ ਜੀ। ਅਸਲਾਮ ਅਲੈਕੁਮ, ਕੀ ਹਾਲ ਹੈ ਤੁਹਾਡਾ? ਠੀਕ, ਮੈਂ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ? ਠੀਕ ਜੀ ਜੀ, ਅੱਲਾ ਦਾ ਸ਼ੁਕਰ। ਤੁਸੀਂ ਇਸ ਵਾਰੀ ਪਹਿਲੀ ਵਾਰੀ ਆਏ ਹੋ ਸਾਡੇ ਕਲੱਬ 'ਤੇ, ਅਤੇ ਤੁਹਾਨੂੰ ਫਿਰ ਇੱਕ ਵਾਰੀ ਜੀਆਂ ਨੂੰ ਕਹਿੰਦੇ ਹਾਂ। ਅਤੇ ਤੁਸੀਂ ਅੱਜ ਕੱਲ੍ਹ ਆਪਣੀ PhD ਦੇ ਸਿਲਸਿਲੇ 'ਚ ਵੀ ਮਸਰੂਫ ਹੋ, ਅਤੇ ਅੱਜ ਦੀ ਗੱਲਬਾਤ ਜਿਸ ਤਰ੍ਹਾਂ ਅਸੀਂ ਫਰਮੇਟ ਥੋੜ੍ਹਾ ਜਿਹਾ ਬਦਲਿਆ ਹੋਇਆ, ਅਤੇ ਮੈਂ ਗੱਲਬਾਤ ਕਰਾਂਗਾ ਜਿਹੜੀ ਆਖਰ 'ਤੇ ਜ਼ੁਬੈਰ ਸਾਹਿਬ ਨੇ ਓਰਲ ਹਿਸਟਰੀ ਦੇ ਹਵਾਲੇ ਨਾਲ ਗੱਲ ਕੀਤੀ, ਉਹ ਬਹੁਤ ਅਹਿਮ ਹੈ ਸਾਡੇ ਵਾਸਤੇ, ਕਿਉਂਕਿ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਹੈ ਇਹਦੇ ਵਿੱਚ ਇੱਕ ਬਹੁਤ ਬਹੁਤ ਅਹਿਮ ਜਿਹੜਾ ਜਿਹਨੂੰ ਅਸੀਂ ਕਿੰਨੇ ਕੁ ਵੱਡਾ ਮੁੱਦਾ ਜਿਹੜਾ ਹੈ ਉਹ ਇਹ ਹੀ ਹੈ ਕਿ ਜਿਹੜੀ ਸਾਡੀ ਓਰਲ ਹਿਸਟਰੀ ਹੈ ਜਾਂ ਜਿਹੜੀ ਲੋਕਾਂ ਦੀ ਲੁਕਾਈ ਦੀ ਜਿਹੜੀ ਤਾਰੀਖ ਹੈ ਉਹਨੂੰ ਅਸੀਂ ਇਕੱਠਾ ਕਰੀਏ, ਪੀਪਲ ਹਿਸਟਰੀ ਦੀ ਗੱਲ ਕਰੀਏ। ਅਤੇ ਇਸ ਨਾਵਲ ਦੇ ਵਿੱਚ ਜਿਹੜੀ ਇਹਨਾਂ ਨੇ ਓਰਲ ਹਿਸਟਰੀ ਡਾਕੂਮੈਂਟ ਕੀਤੀ ਹੈ, ਅਸੀਂ ਉਸ ਬਾਰੇ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ। ਮੈਨੂੰ ਪਹਿਲੀ ਦਫ਼ਾ ਹੀ ਜਦੋਂ ਮੈਂ ਨੋਵਲ ਪੜ੍ਹਿਆ ਮੈਨੂੰ ਇਹ ਫਿਕਸ਼ਨ ਬਿਲਕੁਲ ਨਹੀਂ ਲੱਗੀ। ਇਹਦੇ ਵਿੱਚ ਬਹੁਤ ਸਾਰੇ ਕੁਛ ਹੋਰ ਇਸ਼ੂ ਹੋ ਸਕਦੇ ਨੇ ਜਿਹਦੀ ਵਜ੍ਹਾ ਨਾਲ ਇਹਨੂੰ ਫਿਕਸ਼ਨ ਕਿਹਾ ਜਾਵੇ। ਬੇਸਿਕਲੀ ਇਹ ਇਫੈਕਟਸ ਨੇ, ਇਫੈਕਚੁਅਲ ਹੈ ਸਾਰੀ ਦੀ ਸਾਰੀ, ਬਹੁਤ ਜ਼ਿਆਦਾ ਰੀਚ ਬੇਸਡ ਹੈ, ਬਹੁਤ ਜ਼ਿਆਦਾ ਇਹਦੇ ਵਿੱਚ ਸੀਕੁਐਂਸ਼ਲ ਸਾਡੀ ਹਿਸਟਰੀ ਹੈ। ਹੁਣ ਇਹਨੂੰ ਅਗਰ ਮੈਂ ਸਮਝਣਾ ਚਾਹਵਾਂ ਤਾਂ ਮੈਂ ਇਹਨੂੰ ਸਿਰਫ ਓਰਲ ਹਿਸਟਰੀ ਦੇ ਪੈਰਾਮੀਟਰ 'ਚ ਸਮਝ ਸਕਦੀ ਹਾਂ। ਮੈਨੂੰ ਇਹ ਫਿਕਟੇਸ਼ੀਅਸ ਕਿਰੂ ਮੈਂ ਨਹੀਂ ਲੱਗਦੀ। ਇਹਦੇ ਵਿੱਚ ਜਿੰਨੀ ਰਿਸਰਚ ਨੈਨਸੁਖ ਜੀ ਨੇ ਕੀਤੀ ਹੈ ਉਹ ਇੱਕ ਪ੍ਰੋਪਰ ਅਕੈਡੈਮਿਕ ਰਿਸਰਚ ਹੈ, ਜਿਹਦੇ ਵਿੱਚ ਉਹ ਬਹੁਤ ਜ਼ਿਆਦਾ ਲੋਕਾਂ ਕੋਲ ਗਏ ਨੇ, ਉਹਨਾਂ ਕੋਲ ਮਾਲੂਮਾਤ ਇਕੱਠੀ ਕੀਤੀ ਹੈ, ਪਲੱਸ ਉਸ ਮਾਲੂਮਾਤ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਜਰਨਲ ਬਾਇਸਿਸ ਬਾਹਰ ਕੱਢ ਕੇ, ਲੋਕਾਂ ਦੇ ਆਪਣੇ ਪਰਸਨਲ ਲਾਈਕਸ ਤੇ ਡਿਸਲਾਈਕ ਨੂੰ ਛਾਣਨੀ 'ਚ ਪਾ ਕੇ ਬਾਹਰ ਕੱਢ ਕੇ, ਫਿਰ ਉਹਨੂੰ ਇੱਕ ਪੈਰਾਮੀਟਰ ਦੇ ਉੱਤੇ ਤਿਆਰ ਕਰਕੇ, ਫਿਰ ਉਹਦੀ ਇੱਕ ਉਹਦਾ ਇੱਕ ਰਿਟੋਰਿਕ ਬਣਾ ਕੇ, ਉਹਦਾ ਇੱਕ ਇਸਤੇਮਾਲ ਦਾ ਤਰੀਕਾ ਬਣਾ ਕੇ ਉਹਨੂੰ ਸਫ਼ੇ ਦੇ ਉੱਤੇ ਲਿਖਿਆ। ਇਹਦੇ ਪਿੱਛੇ ਜਿੰਨੀ ਮਿਹਨਤ ਹੈ ਸਿਰਫ਼ ਉਹੀ ਦੱਸ ਸਕਦੇ ਨੇ, ਪੜ੍ਹਨ ਵਾਲਾ ਸਿਰਫ਼ ਮਹਿਸੂਸ ਕਰ ਸਕਦਾ ਹੈ ਅਤੇ ਇਹ ਵੇਖ ਸਕਦਾ ਹੈ ਕਿ ਐਸਾ ਕੰਮ ਮੁਮਕਿਨ ਵੀ ਹੋ ਸਕਦਾ ਸੀ, ਕਿਉਂਕਿ ਓਰਲ ਹਿਸਟਰੀ ਦੁਨੀਆ 'ਤੇ ਇੱਕ ਬੜਾ ਨਵਾਂ ਅਤੇ ਤੁਸੀਂ ਇਹਨੂੰ ਫੈਸ਼ਨੇਬਲ ਕੋਨਸੈਪਟ ਆਖ ਸਕਦੇ ਹੋ, ਕਿਉਂਕਿ ਹਿਸਟਰੀਆਂ ਜਾਂ ਤਰੀਖਾਂ ਹਮੇਸ਼ਾ ਸ਼ਾਹਾਂ ਦੇ ਕੋਲ ਬਹਿ ਕੇ ਲਿਖੀਆਂ ਗਈਆਂ ਨੇ ਅਤੇ ਤਾਕਤਵਰਾਂ ਨੇ ਆਪਣੀ ਮਰਜ਼ੀ ਨਾਲ ਉਹ ਕਿਤਾਬਾਂ ਲਿਖਵਾਈਆਂ ਨੇ, ਉਹ ਹੀ ਫਿਰ ਅੱਗੋਂ ਚੱਲਦੀਆਂ ਨੇ, ਉਹਨਾਂ ਨੂੰ ਤਰੀਖ ਆਕੀ ਜਾਂਦਾ। ਕਦੀ ਤੁਸੀਂ ਕਿਸੇ ਮਾੜੇ ਦੀ ਤਰੀਖ ਜਿਹੜੀ ਹੈ ਉਹਦਾ ਜ਼ਿਕਰ ਨਹੀਂ ਪੜਿਆ ਹੋਵੇਗਾ। ਕਦੀ ਤੁਸੀਂ ਜਦੋਂ ਵੀ ਤਰੀਖ ਪੜੋਗੇ ਉਹਦੇ ਵਿੱਚ ਤੁਹਾਨੂੰ ਹੀਰੋਜ਼ ਲੱਭਣ ਦੇ, ਉਹਦੇ ਵਿੱਚ ਤੁਹਾਨੂੰ ਲੈਜੈਂਡਸ ਲੱਭਣ ਦੇ, ਉਹਦੇ ਵਿੱਚ ਤੁਹਾਨੂੰ ਬਾਦਸ਼ਾਹ ਲੱਭਣ ਦੇ, ਲੇਕਿਨ ਕਿਸੇ ਲੁਕਾਈ ਦੀ ਗੱਲ ਉਹਦੇ ਵਿੱਚ ਤੁਹਾਨੂੰ ਨਹੀਂ ਲੱਭੇਗੀ। ਤੇ ਇਹ ਪੂਰੀ ਦੁਨੀਆਂ ਦੇ ਉੱਤੇ ਇਹ ਚੀਜ਼ ਚੱਲ ਰਹੀ ਹੈ ਕਿ ਜੀ ਜਿਹੜੀ ਕੰਟੈਂਪਰਰੀ ਹਿਸਟਰੀ ਹੁੰਦੀ ਹੈ, ਜਿਹਨੂੰ ਤੁਸੀਂ ਨੀਅਰ ਫਿਊਚਰ ਹਿਸਟਰੀ ਕਹਿ ਸਕਦੇ ਹੋ, ਜਿਹਨੂੰ ਤੁਸੀਂ ਆਪਣੇ ਕਲੋਜ਼ ਟਾਈਮ ਪੀਰੀਅਡ ਵਿੱਚ ਜਾਂ ਪਿਛਲੀ ਨਸਲ ਤੱਕ ਐਕਸਪੀਰੀਅੰਸ ਕਰ ਸਕਦੇ ਹੋ, ਉਹ ਹਿਸਟਰੀ ਤੁਸੀਂ ਕਿਵੇਂ ਡਾਕੂਮੈਂਟ ਕਰੋਗੇ? ਉਹਦੇ ਵਾਸਤੇ ਵੈਸਟ ਨੇ ਇੱਕ ਬੜਾ ਸਖ਼ਤ ਜਿਹਾ ਪੈਰਾਮੀਟਰ ਦੱਸਿਆ ਹੈ ਕਿ ਜੀ ਉਹ ਇੰਟਰਵਿਊ ਬੇਸਡ ਹੋਵੇਗੀ, ਉਹਦੇ ਵਿੱਚ ਪ੍ਰੋਪਰ ਲੋਕਾਂ ਕੋਲ ਜਾ ਕੇ ਮਿਲਿਆ ਜਾਵੇਗਾ, ਉਹਨਾਂ ਦੇ ਇੰਟਰਵਿਊ ਰਿਕਾਰਡ ਹੋਣ ਦੇ, ਉਸ ਕੁਐਸਚਨਰ ਦਾ ਫਾਰਮੈਟ ਇਹ ਹੋਵੇਗਾ। ਉਹ ਇੱਕ ਬਹੁਤ ਲੰਬੀ ਸਾਰੀ ਡਿਟੇਲ ਹੈ, ਅਗਰ ਤੁਸੀਂ ਕਹੋਗੇ ਤਾਂ ਮੈਂ ਤੁਹਾਡੀ ਉਹਦੇ 'ਤੇ ਸ਼ੇਅਰ ਵੀ ਕਰ ਦੇਵਾਂਗੀ, ਲੇਕਿਨ ਉਹ ਸਾਨੂੰ ਸਾਡੀ ਗੱਲ ਤੋਂ ਥੋੜ੍ਹਾ ਜਿਹਾ ਹਟਾ ਜਾਏਗੀ। ਜਦੋਂ ਮੈਂ ਓਰਲ ਹਿਸਟਰੀ ਦੀ ਪ੍ਰੋਪਰ ਟੈਕਨੀਕਸ ਜਿਹੜੀਆਂ ਵੈਸਟ ਨੇ ਸਾਨੂੰ ਦਿੱਤੀਆਂ ਨੇ, ਜਿਹੜੀਆਂ ਕਿ ਹਰ ਚੀਜ਼ ਦੀਆਂ ਹੀ ਦਿੱਤੀਆਂ ਨੇ, ਉਹਦੇ ਹਿਸਾਬ ਨਾਲ ਵੇਖਿਆ ਤੇ ਸਾਡੇ ਵਾਸਤੇ ਖਾਸ ਤੌਰ 'ਤੇ ਪੰਜਾਬ ਦੀ ਲੁਕਾਈ ਦੀ ਗੱਲ ਕਰਨਾ ਉਸ ਪੈਰਾਮੀਟਰ 'ਤੇ ਬਹੁਤ ਮੁਸ਼ਕਲ ਹੈ, ਪੋਸੀਬਲ ਹੀ ਨਹੀਂ। ਕਿੰਨੇ ਕੁ ਲੋਕ ਨੇ ਜਿਨ੍ਹਾਂ ਕੋਲ ਜਾ ਕੇ ਤੁਸੀਂ ਇੰਟਰਵਿਊ ਕਰ ਸਕਦੇ ਹੋ, ਫਿਰ ਉਸ ਖਾਸ ਪੈਰਾਮੀਟਰ 'ਤੇ ਉਸ ਇੰਟਰਵਿਊ ਨੂੰ ਤੁਸੀਂ ਡਾਕੂਮੈਂਟ ਕਰੋਗੇ, ਫਿਰ ਤੁਸੀਂ ਉਹਦੇ ਵਿੱਚੋਂ ਡਿਸਾਈਡ ਕਰੋਗੇ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ, ਕਿਉਂਕਿ ਸਾਡੀ ਸਾਰੀ ਲੁਕਾਈ ਦੀ ਗੱਲ ਜਿਹੜੀ ਹੈ ਉਹ ਸਾਡਾ ਓਰਲ ਟ੍ਰੈਡੀਸ਼ਨ ਹੈ, ਉਹ ਸਾਡਾ ਸਾਡੀਆਂ ਕਹਾਣੀਆਂ ਨੇ, ਉਹ ਸਾਡੇ ਵਾਕਿਏ ਨੇ, ਉਹ ਸਾਡੀਆਂ ਦਾਸਤਾਨਾਂ ਨੇ, ਉਹ ਸਾਡੀਆਂ ਨਜ਼ਮਾਂ ਨੇ, ਉਹ ਜਿਹਨੂੰ ਸਾਡੇ ਕਲੋਨੀਅਲ ਪਾਸਟ ਨੇ ਕਦੀ ਡਾਕੂਮੈਂਟ ਨਹੀਂ ਹੋਣ ਦਿੱਤਾ, ਉਹ ਬਹੁਤ ਪੁਰਾਣੀਆਂ ਵੀ ਨੇ। ਸਾਡੀ ਓਰਲ ਹਿਸਟਰੀ ਅਸੀਂ ਇਹ ਨਹੀਂ ਕਹਿ ਸਕਦੇ ਗੋਰੇ ਆ ਕੇ ਅਸੀਂ ਇੱਕ ਨਸਲ ਪਿੱਛੇ ਤੱਕ ਦੇ ਪਿਛੋਕੜ ਆ, ਸਾਨੂੰ ਉਹ ਸਿਰਫ ਆਪਣੇ ਕੋਲ ਡਾਕੂਮੈਂਟ ਕਰਨਾ ਹੈ। ਅਸੀਂ ਤੇ ਬਹੁਤ ਨਸਲਾਂ ਦੇ ਖੁੰਝੇ ਹਾਂ, ਉਹ ਸਾਰਾ ਕੁਛ ਅਸੀਂ ਕਿਵੇਂ ਡਾਕੂਮੈਂਟ ਕਰਾਂਗੇ? ਤੇ ਉਹਦੇ ਵਾਸਤੇ
ਨੈਨ ਸੁਖ ਜੀ ਨੇ ਜਿਹੜੀ ਟੈਕਨੀਕ ਜਿਹੜੀ ਮੈਨੂੰ ਸਮਝ ਆਈ ਹੈ ਉਹ ਬਿਹਤਰ ਦੱਸਣਗੇ, ਜੋ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸਿਕਲੀ ਇਹਦਾ ਬਿਆਨੀਆ ਹੈ ਕਿ ਇਹ ਉਹਨਾਂ ਨੇ ਓਰਲ ਟ੍ਰੈਡੀਸ਼ਨ ਤੇ ਓਰਲ ਹਿਸਟਰੀ ਜਿਹੜੀ ਓਰਲ ਹਿਸਟਰੀ ਹੈ ਉਹਨੂੰ ਇਕੱਠਾ ਕੀਤਾ ਹੈ। ਉਹਨਾਂ ਨੇ ਸਟ੍ਰਿਕਟ ਉਹਨੂੰ ਫੋਲੋ ਨਹੀਂ ਕੀਤਾ ਓਰਲ ਹਿਸਟਰੀ ਦੀ ਟੈਕਨੀਕ ਨੂੰ, ਇਹਦੇ ਵਿੱਚ ਉਹਨਾਂ ਦੀ ਰਿਸਰਚ ਸ਼ਾਮਿਲ ਹੈ, ਲੋਕਾਂ ਤੇ ਮੌਕੇ ਤੇ ਮੌਜੂਦ ਹੋਣਾ, ਜਗ੍ਹਾ ਨੂੰ ਜਾ ਕੇ ਦੇਖਣਾ, ਲੋਕਾਂ ਨਾਲ ਗੱਲ ਕਰਨਾ, ਇਹ ਸਭ ਇਹਦੇ ਵਿੱਚ ਸ਼ਾਮਿਲ ਹੈ। ਪਲੱਸ ਜਿਹੜੇ ਅਸੀਂ ਸਾਲਾਂ ਦੇ ਨਸਲਾਂ ਦੇ ਖੁੰਝੇ ਹਾਂ ਉਹ ਸਭ ਕੁਛ ਅਸੀਂ ਕਿਵੇਂ ਵਿੱਚ ਪਾਵਾਂਗੇ, ਕਿਉਂਕਿ ਨੈਣ ਸੁਖ ਜੀ ਜਿਹੜੇ ਨੇ ਉਹ ਇਸ ਵਕਤ ਪੰਜਾਬੀ ਤੇ ਇੱਕ ਹੋਰ ਪਾਸੇ ਦੇ ਉਰਦੂ ਅੰਗਰੇਜ਼ੀ ਚ ਵੀ ਸਭ ਕੰਟੀਨੈਂਟ ਚ ਓਰਲ ਹਿਸਟਰੀ ਡਾਕੂਮੈਂਟੇਸ਼ਨ ਦਾ ਤੁਹਾਨੂੰ ਵਾਹਿਦ ਨਾ ਲੱਭੇਗਾ। ਅਗਰ ਤੁਸੀਂ ਓਰਲ ਹਿਸਟਰੀ ਤੇ ਰਿਸਰਚ ਕਰਨਾ ਚਾਹੋ ਤੇ ਤੁਸੀਂ ਓਰਲ ਹਿਸਟੋਰੀਅਨ ਲੱਭੋ ਪਾਕਿਸਤਾਨ ਤੇ ਇੰਡੀਆ ਦੇ, ਤੁਹਾਨੂੰ ਮੇਰਾ ਨਹੀਂ ਖਿਆਲ ਕਿ ਕੋਈ ਨਾਂ ਇਸ ਵਕਤ ਅਵੇਲੇਬਲ ਹੋਵੇਗਾ ਕਿ ਤੁਹਾਡੇ ਕੋਲ ਕੀ ਚੀਜ਼ ਐਜ਼ ਐਨ ਐਗਜ਼ਾਮਪਲ ਹੈ ਕਿ ਸਟੂਡੈਂਟਸ ਵਾਸਤੇ ਕਿ ਠੀਕ ਹੈ ਇਹ ਸਾਡਾ ਤਰੀਕਾ ਅਸੀਂ ਅੱਜ ਕੱਢ ਲੈਂਦੇ ਹਾਂ ਇਸ ਇਸ ਤਰੀਕੇ ਨੂੰ ਲੈ ਕੇ। ਤੇ ਨੈਣ ਸੁਖ ਨੇ ਜਦੋਂ ਇਹ ਗੱਲ ਕਰਨੀ ਸ਼ੁਰੂ ਕੀਤੀ ਉਹਨਾਂ ਕੋਲ ਕੋਈ ਸੈੱਟ ਫਾਰਮੈਟ ਨਹੀਂ ਸੀ, ਉਹਨਾਂ ਕੋਲ ਉਹੀ ਉਸੇ ਤਰ੍ਹਾਂ ਵੈਸਟ ਦੇ ਸਾਰੇ ਰੂਲਸ ਹੋਣਗੇ ਜੋ ਉਹਨਾਂ ਨੇ ਵੇਖੇ, ਜਿਹੜੇ ਕਿ ਸਾਡੇ ਪੈਰਾਮੀਟਰਸ ਤੇ ਬਿਲਕੁਲ ਪੂਰੇ ਨਹੀਂ ਉਤਰਦੇ। ਉਹਨਾਂ ਦੀ ਜਿਹੜੀ ਵੀ ਜਿੰਨੀ ਵੀ ਵੈਸਟਰਨ ਫਿਲੋਸਫੀ ਹੈ ਉਹਦੇ ਵਿੱਚ ਜਦੋਂ ਵੀ ਅਸੀਂ ਆਪਣੇ ਫੋਕ ਟ੍ਰੈਡੀਸ਼ਨ ਨੂੰ, ਆਪਣੀਆਂ ਕਾਫੀਆਂ ਨੂੰ, ਆਪਣੀਆਂ ਦਾਸਤਾਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਹ ਉਹਨਾਂ ਤੇ ਫੇਟ ਹੀ ਨਹੀਂ ਪੈਂਦੇ, ਉਹਨਾਂ ਸਾਨੂੰ ਆਪਣੀ ਫਿਲੋਸਫੀ ਅਪਣਾਈ ਪਵੇਗੀ। ਨੈਣ ਸੁਖ ਦੇ ਸਾਹਮਣੇ ਕੁਐਸਚਨ ਇਹ ਵੀ ਸੀ ਕਿ ਮੈਂ ਜੋ ਚੀਜ਼ ਡਿਸਕ੍ਰਾਈਬ ਕਰਨੀ ਹੈ, ਮੈਂ ਜੋ ਚੀਜ਼ ਦੱਸਣਾ ਚਾਹੁੰਦਾ ਵਾਂ ਉਹਦੇ ਪੈਰਾਮੀਟਰਸ ਵੀ ਮੈਂ ਆਪ ਹੀ ਡਿਫਾਈਨ ਕਰਨੇ ਨੇ। ਇਹ ਕਿਤਾਬ ਜਿਹੜੀ ਇਹ ਹਿਸਟਰੀ ਚ ਇਸ ਤਰ੍ਹਾਂ ਵੀ ਹਮੇਸ਼ਾ ਰਵੇਗੀ ਕਿ ਇਹ ਇੱਕ ਟ੍ਰੈਡੀਸ਼ਨ ਸੈੱਟ ਕਰਕੇ ਇਹਨੇ ਕਰ ਦਿੱਤਾ ਹੈ। ਮੇਰੇ ਜੈਸਾ ਹੋਰ ਬਹੁਤ ਸੇ ਸਟੂਡੈਂਟਸ ਜਿਹੜੇ ਨੇ ਜਿਹੜੇ ਇਹ ਸੋਚਣ ਦੇ ਨੇ ਕਿ ਹਾਂ ਸਾਡੇ ਕੋਲ ਇਹ ਮਟੀਰੀਅਲ ਜਿਹੜਾ ਫਲਾਣੇ ਸੋਰਸ ਤੋਂ ਅਵੇਲੇਬਲ ਤੇ ਹੈ, ਹੁਣ ਇਸ ਸੋਰਸ ਨੂੰ ਮੈਂ ਅਕੈਡੈਮਿਕਲੀ ਕਿਵੇਂ ਪ੍ਰੈਜੈਂਟ ਕਰ ਸਕਦਾ ਹਾਂ, ਉੱਥੇ ਤੇ ਇਹ ਚੀਜ਼ ਚੈਲੇਂਜ ਹੋ ਜਾਏਗੀ, ਮੈਨੂੰ ਰੈਫਰੈਂਸ ਦੇਣੇ ਪੈਣਗੇ, ਮੈਨੂੰ ਇਹਦੀ ਰਾਵੀ ਤੇ ਰਵਾਇਤ ਦੇ ਚੱਕਰ ਚ ਪੈਣਾ ਪਵੇਗਾ ਤੇ ਅਕੈਡੈਮਿਕਲੀ ਇਹ ਤੇ ਕਹਾਣੀ ਬਣ ਕੇ ਰਹਿ ਜਾਏਗੀ। ਉਹਨਾਂ ਦੇ ਵਾਸਤੇ ਬਿਹਤਰੀਨ ਮਿਸਾਲ ਹੈ ਵੇ ਕਿ ਉਹ ਇਸ ਕਿਤਾਬ ਨੂੰ ਐਜ਼ ਐਨ ਐਗਜ਼ਾਮਪਲ ਯੂਜ਼ ਕਰਨ ਕਿ ਤੁਹਾਡਾ ਲਿਖੀ ਆ, ਅਗਰਚੇ ਕਿ ਤੁਸੀਂ ਉਹਨੂੰ ਕਹਾਣੀ ਦਾ ਨਾਂ ਵੀ ਦੇ ਦਿੱਤਾ ਹੋਵੇ ਫਿਰ ਵੀ ਉਹ ਕਹਾਣੀ ਸਾਬਤ ਨਹੀਂ ਹੋਵੇਗੀ। ਉਹ ਉਹਦੇ ਵਿੱਚ ਫੈਕਟਸ, ਉਹਦੇ ਵਿੱਚ ਸਾਰੀ ਦੀ ਸਾਰੀ ਰਿਸਰਚ ਜਿਹੜੀ ਹੈ ਉਹ ਵਿੱਚ ਚੀਖ ਚੀਖ ਕੇ ਨਜ਼ਰ ਆਵੇਗੀ ਕਿ ਇਹ ਕਹਾਣੀ ਨਹੀਂ ਜੇ, ਇਹ ਤੁਹਾਡੀ ਲੁਕਾਈ, ਇਹ ਤੁਸੀਂ ਹੋ, ਇਹ ਤੁਹਾਡੇ ਵਟਕੇ ਨੇ, ਇਹ ਹੁਣ ਹੋ, ਇਹ ਤੁਸੀਂ ਹੋਵੋਗੇ, ਇਹ ਜਗ੍ਹਾ ਐਸੀ ਇਹ ਹੋ ਸਕਦੀ ਹੈ, ਹੁਣ ਜਾ ਕੇ ਵੇਖੋ ਤੇ ਕੈਸੀ ਤੁਹਾਨੂੰ ਮਿਲੇਗੀ। ਇਹਦੇ ਵਿੱਚ ਨਾ ਸਿਰਫ ਇਹ ਕਿ ਪੂਰੀ ਹਿਸਟੋਗ੍ਰਾਫੀ ਹੈ, ਜੀਓਗ੍ਰਾਫੀ ਹੈ, ਇਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਸਾਡਾ ਫਾਈਨ ਆਰਟ ਤੇ ਪਰਫਾਰਮਿੰਗ ਆਰਟ ਹੈ ਉਹਦੀ ਹਿਸਟਰੀ ਹੈ, ਸਾਡੀ ਪੋਲੀਟੀਕਲ ਹਿਸਟਰੀ ਹੈ। ਇਹਨੂੰ ਤੁਸੀਂ ਇਹ ਸਭ ਤੋਂ ਮਜ਼ੇ ਦੀ ਗੱਲ ਹੈ ਵੀ ਕਿ ਤੁਸੀਂ ਇਹਨੂੰ ਇੱਕ ਸਿਟਿੰਗ ਚ ਬਹਿ ਕੇ ਇੱਕ ਡਾਇਮੈਂਸ਼ਨ ਨਾਲ ਪੜ੍ਹਦੇ ਹੋ ਤੇ ਫਿਰ ਉਹਦੇ ਬਾਅਦ ਤੁਹਾਨੂੰ ਦੁਬਾਰਾ ਇਹਨੂੰ ਦੂਸਰੀ ਡਾਇਮੈਂਸ਼ਨ ਨਾਲ ਪੜ੍ਹਨਾ ਪੈਂਦਾ। ਮੈਨੂੰ ਇੱਕ ਦਫ਼ਾ ਪੜ੍ਹਿਆ ਜਦੋਂ ਇਹਦੇ ਵਿੱਚ ਪੋਲੀਟੀਕਲ ਹਿਸਟਰੀ ਦੱਸੀ ਜਾ ਰਹੀ ਹੈ ਜਿਹੜੀ ਕਿ ਸਟਾਰਟ ਹੁੰਦੀ ਹੈ ਇਵਨ ਪ੍ਰੀ ਪਾਰਟੀਸ਼ਨ ਔਰ ਲਾਹੌਰ ਦੇ ਬੈਕਡ੍ਰੋਪ ਉੱਤੇ ਦਿਖਾਈ ਜਾ ਰਹੀ ਹੈ, ਲੇਕਿਨ ਉਹ ਜਿਵੇਂ ਪ੍ਰੋਫੈਸਰ ਜ਼ੁਬੈਰ ਸਾਹਿਬ ਨੇ ਆਖਿਆ ਕਿ ਸਿਰਫ ਲਾਹੌਰ ਜਿਹੜਾ ਉਹ ਸਿਰਫ ਲਾਹੌਰ ਦੀ ਹਿਸਟਰੀ ਨਹੀਂ, ਉਹ ਪੂਰੇ ਬਹੁਤ ਜ਼ਿਆਦਾ ਉਹਦੀਆਂ ਕਨੈਕਸ਼ਨਸ ਨੇ ਹੋਰ ਚੀਜ਼ਾਂ ਨਾਲ, ਉਹ ਇੰਟਰਲਿੰਕ ਨੇ, ਇੰਟਰਕਨੈਕਟਡ ਨੇ। ਉਹ ਹਿਸਟਰੀ ਤੁਸੀਂ ਲੈ ਕੇ ਚੱਲਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਇੱਕ ਤਹਿਰੀਰ ਦੀ ਰਵਾਨੀ ਦੇ ਨਾਲ ਨਾਲ ਇੱਕ ਪਨ ਤੇ ਸਾਰਕੈਜ਼ਮ ਵੀ ਤੁਸੀਂ ਨਾਲ ਨਾਲ ਵੇਖਦੇ ਹੋ, ਫਿਰ ਉਸ ਵਿੱਚ ਹਕੀਕਤ ਦਾ ਬਿਆਨੀਆਂ ਵੀ ਹੈ, ਫਿਰ ਆਪਣੀ ਬੇਬਸੀ ਦਾ ਤੰਸ ਤੁਹਾਨੂੰ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਇੱਕ ਆਮ ਬੰਦੇ ਨੂੰ, ਫਿਰ ਜਿਹੜਾ ਹਕੀਕਤ ਨੂੰ ਫੇਸ ਕਰਨ ਦਾ ਇੱਕ ਖਸਿਆਨਾ ਪਨ ਹੈ ਉਹ ਤੁਹਾਨੂੰ ਉਸ ਤਹਿਰੀਰ ਵਿੱਚ ਨਜ਼ਰ ਆਉਂਦਾ ਹੈ। ਤੇ ਤੁਸੀਂ ਟੁਰਦੇ ਟੁਰਦੇ ਇਸ ਤਰ੍ਹਾਂ ਸਿਕਲੀਕਲੀ ਉਹਨੂੰ ਲੈ ਕੇ ਚੱਲੇ ਨੇ ਕਿ ਇਹ ਨਹੀਂ ਕੀਤਾ ਕਿ ਕ੍ਰੋਨੋਲੋਜੀਕਲੀ ਨਹੀਂ ਲੈ ਕੇ ਚੱਲੇ ਕਿ ਇੱਕ ਇਹ ਵਕਤ ਸੀ ਫਿਰ ਉਹਦੇ ਬਾਅਦ ਇਹ ਟਾਈਮ ਪੀਰੀਅਡ ਆਇਆ, ਉਹ ਇਹ ਟਾਈਮ ਪੀਰੀਅਡ ਆਇਆ, ਉਹ ਤੁਹਾਨੂੰ ਇੱਕ ਉਹਦੀ ਬੁਣਾਈ ਤੁਹਾਨੂੰ ਦਾਇਰੇ ਦੀ ਸ਼ਕਲ ਚ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਉਹ ਕਦੀ 1947 ਚ ਸਨ, ਕਦੀ ਉਹਦੇ ਤੋਂ ਪਹਿਲਾਂ ਪਿੱਛੇ ਸਨ, ਫਿਰ ਉਹ ਬਿਲਕੁਲ ਕੰਟੈਂਪਰੀ ਟਾਈਮ ਚ ਆ ਜਾਂਦੇ ਨੇ, ਉਹ ਕੰਟੈਂਪਰੀ ਟਾਈਮ ਤੋਂ ਫਿਰ ਦੁਬਾਰਾ ਹੋ ਜਾਂਦੇ ਨੇ ਪਿੱਛੇ ਟਾਈਮ ਤੇ, ਲੇਕਿਨ ਕਿਰੇ ਵੀ ਤੁਹਾਨੂੰ ਹਲਕਾ ਜਿਹਾ ਵੀ ਜੰਪ ਮਹਿਸੂਸ ਨਹੀਂ ਹੁੰਦਾ।
ਉਹ ਦਾਇਰੇ ਇੰਨੀ ਖੂਬਸੂਰਤੀ ਨਾਲ ਇੱਕ ਦੂਸਰੇ ਦੇ ਵਿੱਚ ਗੁਜ਼ਰਦੇ ਨੇ, ਇੱਕ ਦਾਇਰਾ ਦੂਜੇ ਦੇ ਵਿੱਚ ਗੁਜ਼ਰਦਾ ਇੰਜੀ ਲੰਘ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪਰਫਾਰਮਿੰਗ ਆਰਟਸ ਜਿਹੜਾ ਸਾਡਾ ਸਾਡੇ ਪਰਫਾਰਮਰਸ ਨੇ, ਸਾਡੇ ਟ੍ਰੈਡੀਸ਼ਨਲ ਪਰਫਾਰਮਰਸ ਨੇ, ਉਹਨਾਂ ਦੀ ਹਿਸਟਰੀ, ਉਹਨਾਂ ਦੇ ਮਸਾਇਲ, ਉਹਨਾਂ ਦੀ ਜ਼ਿੰਦਗੀ, ਫਿਰ ਉਹਨਾਂ ਦਾ ਇਨਫਲੂਐਂਸ ਤੇ ਕਾਊਂਟਰ ਇਨਫਲੂਐਂਸ, ਇਹ ਇਸ ਕਿਤਾਬ ਦੇ ਵਿੱਚ ਇੰਨੀਆਂ ਤਹਿਵਾ ਨੇ ਕਿ ਮੇਰਾ ਯਕੀਨ ਹੈ ਕਿ ਇਹਨੂੰ ਹਲੀ ਕਮ ਅਜ਼ ਕਮ ਮਜ਼ੀਦ ਸਮਝਣ ਵਾਸਤੇ, ਐਕਸਪਲੋਰ ਕਰਨ ਵਾਸਤੇ, ਜਦੋਂ ਸਹੀ ਇਹਦੀ ਸਾਨੂੰ ਜਹਿਦ ਸਮਝ ਆ ਜਾਏਗੀ, ਕਮ ਅਜ਼ ਕਮ ਸਾਨੂੰ 10 ਸਾਲ ਦੀ ਰਿਸਰਚ ਹੋ ਚਾਹੀਦੀ ਹੈ, ਜਦੋਂ ਡਿਫਰੈਂਟ ਸਟੂਡੈਂਟਸ ਫਰੋਮ ਇੰਡੀਅਨ ਐਂਡ ਪਾਕਿਸਤਾਨੀ ਪੰਜਾਬ ਵਿਲ ਯੂਜ਼ ਦਿਸ ਬੁੱਕ ਐਜ਼ ਐਨ ਐਗਜ਼ਾਮਪਲ ਆਫ ਓਰਲ ਹਿਸਟਰੀ। ਇਹਦੇ ਇਲਾਵਾ ਸਾਡੇ ਕੋਲ ਓਰਲ ਹਿਸਟਰੀ ਨੂੰ ਡਾਕੂਮੈਂਟ ਕਰਨ ਦਾ ਕੋਈ ਟ੍ਰੈਡੀਸ਼ਨ ਨਹੀਂ, ਤੇ ਜਿੰਨੇ ਵੀ ਉਸਤਾਦ ਲੋਕ ਇਸ ਵਕਤ ਸਾਡੀ ਆਡੀਅੰਸ 'ਚ ਹੈ ਨੇ, ਉਹਨਾਂ ਨੂੰ ਮੈਂ ਮੇਰੀ ਇੱਕ ਰਿਕੁਐਸਟ ਹੈ ਕਿ ਆਪਣੇ ਸਟੂਡੈਂਟਸ, ਮੇਰੇ ਸਟੂਡੈਂਟਸ ਵੀ ਘਬਰਾ ਜਾਂਦੇ ਨੇ ਜਦੋਂ ਮੈਂ ਉਹਨਾਂ ਨੂੰ ਹਲਕਾ ਜਿਹਾ ਵੀ ਇਹ ਪੁਸ਼ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਤੁਹਾਡੀ ਨਾਨੀ ਦਾਦੀਆਂ ਜਿਹੜੀਆਂ ਕਹਾਣੀਆਂ ਹੀ ਸੁਣਾਉਂਦੀਆਂ ਸਨ, ਉਹਨਾਂ ਨੂੰ ਡਾਕੂਮੈਂਟ ਕਰ ਦਿਓ, ਤੇ ਉਹ ਉਹਨਾਂ ਦਾ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਜੌਨਰਾ ਕਿਵੇਂ ਡਿਫਾਈਨ ਕਰਾਂਗੇ, ਕਿਉਂਕਿ ਜਿੱਥੇ ਮਗਰਬ ਨੇ ਸਾਡੇ ਉੱਤੇ ਬਹੁਤ ਸਾਰੇ ਇਜ਼ਮ ਲਾਤੇ ਨੇ ਸਾਡੇ ਸਿਰਾਂ ਉੱਤੇ, ਉੱਥੇ ਬਹੁਤ ਹੀ ਸਟ੍ਰਿਕਟ ਕਿਸਮ ਦੀਆਂ ਡੈਫੀਨੇਸ਼ਨਾਂ ਨੇ ਵੀ ਸਾਨੂੰ ਬਹੁਤ ਕਨਫਿਊਜ਼ ਕਰ ਦਿੱਤਾ ਵੇ, ਤੇ ਉਹਨਾਂ ਦੇ ਵਾਸਤੇ ਤੁਸੀਂ ਇਹ ਇੱਕ ਮਿਸਾਲ ਦੇ ਸਕਦੇ ਹੋ ਕਿ ਜੌਨਰਾ ਜਾਂ ਅਸਲੂਕ ਦਾ ਡੈਫੀਨੇਟ ਹੋਣਾ ਕਿਸੇ ਵੀ ਚੀਜ਼ ਵਾਸਤੇ ਬਿਲਕੁਲ ਜ਼ਰੂਰੀ ਨਹੀਂ ਹੁੰਦਾ। ਰਾਈਟਰ ਚੂੰਕਿ ਬਹੁਤ ਹੀ ਹੰਬਲ, ਬਹੁਤ ਹੀ ਹਿਊਮਿਲਿਟੀ ਵਾਲਾ ਬੰਦਾ ਹੈ, ਉਹ ਪੰਡੀ ਖਰਾਬੀ ਤੋਂ 100 ਕੋਟ ਪਰੇ ਜਾਣ ਵਾਲਾ ਸ਼ਖਸ ਹੈ, ਉਹਨੇ ਆਪ ਹੀ ਕਹਿ ਦਿੱਤਾ ਹੈ ਕਿ ਜੀ ਇਹ ਨਾਵਲ ਹੈ ਤੇ ਮੇਰੇ ਮੇਰੇ ਮਗਰ ਤੇ ਪੈਣ ਦੀ ਲੋੜ ਕੋਈ ਨਹੀਂ, ਜੇ ਤੁਹਾਨੂੰ ਕੋਈ ਗੱਲ ਪਸੰਦ ਆਵੇ ਜਾਂ ਨਾ ਆਵੇ, ਆਪਣਾ ਸਾਡੇ ਮੁਆਸ਼ਰੇ ਦੇ ਹਿਸਾਬ ਨਾਲ ਅਸੀਂ ਬੜੀ ਜਲਦੀ ਘਬਰਾ ਜਾਂਦੇ ਹਾਂ, ਸੱਚ ਸਾਡੇ ਕੋਲ ਸੁਣਿਆ ਨਹੀਂ ਜਾਂਦਾ, ਤੇ ਉਹ ਸਾਡੇ ਹੰਬਲ ਰਾਈਟਰ ਨੇ ਆਪ ਹੀ ਇਹਨੂੰ ਕਹਾਣੀ ਕਹਿ ਦਿੱਤਾ, ਲੇਕਿਨ ਕਿਸੇ ਵੀ ਅਕਲ ਵਾਲੇ ਬੰਦੇ ਵਾਸਤੇ ਇਹ ਚੀਜ਼ ਕਹਾਣੀ ਦੇ ਅਸਲੂਕ ਦੇ ਵਿੱਚ ਪੂਰੀ ਨਹੀਂ ਉਤਰਦੀ, ਇਹ ਪੂਰੀ ਦੀ ਪੂਰੀ ਸਾਡੀ ਤਾਰੀਖ ਹੈ। ਇਸ ਤਾਰੀਖ ਦੇ ਵਿੱਚ ਵਾਜ਼ੇ ਤੌਰ ਤੇ ਤੁਸੀਂ ਵੇਖੋਗੇ ਕਿ ਇਹ ਲੁਕਾਈ ਦੀ ਤਾਰੀਖ ਹੈ, ਇਹ ਕਿਸੇ ਬਾਦਸ਼ਾਹ ਸ਼ਾਹ ਦੀ ਲਿਖੀ ਕੋਈ ਸ਼ਾਹਨਾਮਾ ਨਹੀਂ ਜਿਹਦੇ ਵਿੱਚ ਸਿਰਫ ਤਾਰੀਫਾਂ ਹੀ ਹੋਣਗੀਆਂ। ਇਹਦੇ ਵਿੱਚ ਤੁਸੀਂ ਐਸੇ ਐਸੇ ਪੁਆਇੰਟਸ ਵੀ ਵੇਖੋਗੇ ਕਿ ਜਿਹੜੇ ਤੁਹਾਨੂੰ ਹੈਰਾਨ ਵੀ ਕਰ ਦੇਣਗੇ, ਤੇ ਤੁਸੀਂ ਰਾਈਟਰ ਦੀ ਹਿੰਮਤ ਦੀ ਵੀ ਦਾਤ ਦੇਵੋਗੇ ਕਿ ਇਹ ਪੋਸੀਬਲ ਕਿਵੇਂ ਹੋਇਆ। ਮੈਂ ਹਾਲੇ ਤੱਕ ਸਿਰਫ ਇਹ ਡਿਸਕਵਰ ਕਰ ਰਹੀ ਹਾਂ ਕਿ ਓਰਲ ਹਿਸਟਰੀ ਇੰਨੀ ਬਿਹਤਰੀਨ ਤਰੀਕੇ ਨਾਲ ਡਾਕੂਮੈਂਟ ਕਰਨਾ ਪੋਸੀਬਲ ਕਿਵੇਂ ਹੋ ਗਿਆ, ਜਦੋਂ ਕਿ ਨੈਨਸੂ ਕੋਲ ਤੇ ਕਿਸੇ ਵੀ ਪੰਜਾਬੀ ਰਾਈਟਰ ਕੋਲ ਕੋਈ ਸਾਡੇ ਕੋਲ ਟ੍ਰੈਡੀਸ਼ਨਲੀ ਮੌਜੂਦ ਨਹੀਂ ਸੀ, ਤੇ ਉਹਨਾਂ ਨੇ ਕਿੰਨੀ ਖੂਬਸੂਰਤੀ ਨਾਲ ਅੰਗਰੇਜ਼ੀ ਦੇ 2 ਟਰਮਸ ਜਿਹੜੀਆਂ ਕਿ ਬਹੁਤ ਕਨਫਿਊਜ਼ ਕਰਦੀਆਂ ਨੇ, ਓਰਲ ਟ੍ਰੈਡੀਸ਼ਨ ਤੇ ਓਰਲ ਹਿਸਟਰੀ ਦਵਾਂ ਨੂੰ ਇਕੱਠਾ ਕਰਕੇ ਨਾ ਕਹਾਣੀ ਦਾ ਦੇ ਦਿੱਤਾ, ਤੇ ਇੰਨੀ ਖੂਬਸੂਰਤ ਤੇ ਇੰਨੀ ਮਾਲੂਮਾਤ ਵਾਲੀ ਇੰਨੀ ਵਧੀਆ ਕਿਤਾਬ ਸਾਨੂੰ ਦੇ ਦਿੱਤੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਕਿਤਾਬ ਦੇ ਬਾਅਦ ਇਸ ਤਰ੍ਹਾਂ ਦੀ ਕਿਤਾਬ ਜਿਹੜੀ ਹੈ ਤੇ ਇੰਨੀ ਬਹਾਦਰੀ ਨਾਲ ਲਿਖੀ ਹੋਈ ਕਿਤਾਬ ਜਿਹੜੀ ਹੈ, ਜਿਹਨਾਂ ਜਿਹੜੇ ਲੋਕ ਪੜ੍ਹ ਚੁੱਕੇ ਨੇ ਉਹ ਮੇਰੀ ਗੱਲ ਬਹੁਤ ਅੱਛੀ ਤਰ੍ਹਾਂ ਸਮਝ ਰਹੇ ਹੋਣਗੇ ਕਿ ਕਿੰਨੀ ਬਰੀਕ ਲਾਈਨ, ਕਿੰਨੀ ਥਿਨ ਲਾਈਨ ਤੋਂ ਨੈਨਸੂ ਜੀ ਗੁਜ਼ਰੇ ਨੇ ਇਸ ਕਿਤਾਬ ਨੂੰ ਲਿਖਦੇ ਹੋਏ, ਤੇ ਸਾਡੀ ਜਿਹੜੀ ਜੀਓ ਪੋਲੀਟੀਕਲ ਡਾਇਨਾਮਿਕਸ ਨੇ, ਸਾਡੀ ਜਿਹੜੀ ਰਿਲੀਜੀਅਸ ਸੋਸ਼ਲ ਡਾਇਨਾਮਿਕਸ ਨੇ, ਕਿੰਨੇ ਬਰੀਕ ਲਾਈਨ ਨਾਲ ਉਹ ਇੰਝ ਤਲਵਾਰ ਡਿੰਗੀ ਤਲਵਾਰ ਦੇ ਉੱਤੇ ਪੈਰ ਰੱਖਦੇ ਰੱਖਦੇ ਉਹਦੇ ਤੋਂ ਗੁਜ਼ਰ ਕੇ ਉਹ ਇਸ ਤਰ੍ਹਾਂ ਪਹੁੰਚੇ ਨੇ, ਇਹ ਇੱਕ ਐਸੀ ਚੀਜ਼ ਹੈ ਜਿਹੜੀ ਰਹਿਤੀ ਦੁਨੀਆਂ ਤੱਕ ਰਹਿਣ ਵਾਲੀ ਹੈ। ਇਹਦੇ ਤੇ ਮਜ਼ੀਦ ਸਟੂਡੈਂਟਸ ਨੂੰ ਦੱਸਣ ਦੀ ਜ਼ਰੂਰਤ ਹੈ, ਰਿਸਰਚ ਕਰਾਉਣ ਦੀ ਜ਼ਰੂਰਤ ਹੈ, ਤੇ ਸਭ ਤੋਂ ਜ਼ਿਆਦਾ ਇਹਨੂੰ ਐਜ਼ ਅ ਓਰਲ ਹਿਸਟਰੀ ਦਾ ਡਾਕੂਮੈਂਟ ਪ੍ਰੀਜੈਂਟ ਕਰਨ ਦੀ ਜ਼ਰੂਰਤ ਹੈ ਕਿ ਵੇਖੋ ਸਾਡੀ ਹਿਸਟਰੀ ਸਾਡੇ ਕੋਲੋਂ ਖੋਈ ਗਈ, ਪਹਿਲਾਂ ਇਨਵੇਡਰਸ ਨੇ ਖੋਈ, ਫਿਰ ਕੋਲੋਨਾਈਜ਼ਰਸ ਨੇ ਖੋਈ, ਸਾਡੇ ਕੋਲ ਬੜੇ ਜ਼ਮਾਨਿਆਂ ਦੀ ਸਾਡੀ ਹਿਸਟਰੀ ਕੋਈ ਨਹੀਂ, ਤੇ ਜਿਹੜੀ ਚੀਜ਼ ਸਾਨੂੰ ਤਾਰੀਖ ਦੀਆਂ ਕਿਤਾਬਾਂ 'ਚ ਦੱਸੀ ਜਾਂਦੀ ਉਹ ਸਾਡੀ ਨਹੀਂ, ਅਸੀਂ ਮੰਨ ਗਏ, ਤੇ ਇਹ ਵੇਖੋ ਇਹ ਤਰੀਕਾ ਜੇ ਆਪਣੀਆਂ ਖੁੰਝੀਆਂ ਚੀਜ਼ਾਂ ਨੂੰ ਦੁਬਾਰਾ ਸਾਂਭ ਕੇ ਆਪਣੇ ਕੋਲ ਰੱਖਣ ਦਾ, ਆਪਣੀਆਂ ਗਵਾਚੀਆਂ ਚੀਜ਼ਾਂ ਨੂੰ ਲੱਭਣ ਦਾ। ਹਾਂ ਉਹਦੇ 'ਚ ਮਿਹਨਤ ਬਹੁਤ ਲੱਗਦੀ ਹੈ, ਉਹਦੇ ਵਿੱਚ ਤਕਲੀਫ ਬਹੁਤ ਸਹਿਣੀ ਪੈਂਦੀ ਹੈ, ਲੇਕਿਨ ਇਹ ਪੋਸੀਬਲ ਹੈ ਵੇ, ਇਹ ਮੁਮਕਿਨ ਹੈ। ਤੇ ਇਹ ਨੈਨ ਸੁਖਤੀ ਦੀ ਕਿਤਾਬ ਜਿਹੜੀ ਲਾਹੌਰ ਦੀ ਵੇਲ ਹੈ, ਇਹ ਮੇਰੇ ਖਿਆਲ ਦੇ ਮੁਤਾਬਕ ਹਿਸਟਰੀ ਦੀ ਪਾਇਨੀਰ ਪਹਿਲੀ ਕਿਤਾਬ ਹੈ ਜਿਹੜੀ ਕਿ ਓਰਲ ਹਿਸਟਰੀ ਨੂੰ ਸਾਡੇ ਪਲੇਟਫਾਰਮ ਜਾਂ ਸਾਡੇ ਬੈਕਡ੍ਰੌਪ ਦੇ ਉੱਤੇ ਦੱਸਿਆ ਜਾ ਸਕਦਾ ਹੈ। ਜੀ ਸ਼ਾਜ਼ੀਆ ਚੀਮਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਹੀ ਰਹਿਣਾ, ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅਤੇ ਹੁਣ ਅੱਜ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਜਿਹੜੇ ਸਾਡੇ ਪ੍ਰਾਹੁਣੇ, ਉਚੇਚੇ ਪ੍ਰਾਹੁਣੇ
ਆਏ ਨੇ ਹੁਣ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਸਾਡੇ ਨਾਲ ਆਣ ਜੀ ਡਾਕਟਰ ਪਵਨ ਜੀ ਕੀ ਹਾਲ ਚਾਲ ਨੇ ਠੀਕ ਹੈ ਸਰ ਤੁਸੀਂ ਸੁਣਾਓ ਜਨਾਬ ਤੁਸੀਂ ਆ ਪਹਿਲੀ ਵਾਰੀ ਸਾਡੇ ਕਲੱਬ ਤੇ ਆਏ ਹੋ ਤੇ ਤੁਹਾਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਅਸੀਂ ਤੁਹਾਡਾ ਗੱਲਬਾਤ ਇੱਥੋਂ ਸ਼ੁਰੂ ਕਰਨਾ ਚਾਹਾਂਗੇ ਕਿ ਜਿਹੜੀ ਅਸੀਂ ਜਿਹੜੇ ਇੱਧਰ ਲੈਂਦੇ ਪੰਜਾਬ 'ਚ ਬੈਠੇ ਹੋਏ ਲੋਕ ਹਾਂ ਸਾਡੇ ਵਾਸਤੇ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਵਿੱਚ ਅਸੀਂ ਜਦੋਂ ਵੇਖਦੇ ਕਿ ਪੰਜਾਬੀ ਦਾ ਬਹੁਤ ਸਾਰਾ ਲਿਟਰੇਚਰ ਜਿਹੜਾ ਹੈ ਉਹ ਛਪ ਰਿਹਾ ਹੈ ਖਾਸ ਕਰ ਨਾਵਲ ਔਰ ਕਹਾਣੀਆਂ ਇੱਕ ਵੱਡੀ ਗਿਣਤੀ 'ਚ ਜਿਹੜੇ ਨੇ ਨਾ ਉਹ ਛਪਦੇ ਨੇ ਅਤੇ ਉਹ ਉਸ ਤੋਂ ਮੈਂ ਇਹ ਸੋਚਿਆ ਇਹ ਗੱਲ ਕਰਨਾ ਚਾਹਾਂਗਾ ਕਿ ਜਿਹੜਾ ਨੈਣ ਸੁਖ ਹੋਰਾਂ ਦਾ ਨਾਵਲ ਹੈ ਤੁਸੀਂ ਉਹਨੂੰ ਕਿੱਥੇ ਵੇਖਦੇ ਹੋ ਮੈਂ ਆਪਣੀ ਗੱਲ ਸ਼ੁਰੂ ਕਰਦਾ ਆ ਆਪਾਂ ਗੱਲ ਸ਼ੁਰੂ ਕੀਤੀ ਆ ਕਿ ਸਾਡੇ ਕੋਲ ਇੱਕ ਚੜ੍ਹਦਾ ਪੰਜਾਬ ਆ ਇੱਕ ਲਹਿੰਦਾ ਪੰਜਾਬ ਜਦੋਂ ਮੈਂ ਇਸ ਨਾਵਲ ਨੂੰ ਪੜ੍ਹਦਾ ਆ ਤੇ ਮੈਂ ਨਾ ਦੋ ਐਸਪੈਕਟ ਤੋਂ ਗੱਲ ਕਰਾਂਗਾ ਜਦੋਂ ਅਸੀਂ ਇਸ ਨਾਵਲ ਨੂੰ ਪੜ੍ਹਦੇ ਹਾਂ ਜਦੋਂ ਲਹਿੰਦੇ ਪੰਜਾਬ ਵਾਲੇ ਇਸ ਨਾਵਲ ਨੂੰ ਪੜ੍ਹਦੇ ਨੇ ਮੈਨੂੰ ਲੱਗਦਾ ਉਹ ਹੋਰ ਵਿਊ ਪੁਆਇੰਟ ਤੋਂ ਦੇਖਦੇ ਨੇ ਜਦੋਂ ਚੜ੍ਹਦੇ ਪੰਜਾਬ ਵਾਲੇ ਇਸ ਨਾਵਲ ਨੂੰ ਪੜ੍ਹਦੇ ਨੇ ਤੇ ਉਹਨਾਂ ਦੇ ਅੰਦਰ ਇੱਕ ਜਿਹੜੀ ਜ਼ੁਬੈਰ ਸਾਹਿਬ ਨੇ ਗੱਲ ਕੀਤੀ ਸੀ ਜਿਹੜਾ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਹੈਗਾ ਚੜ੍ਹਦੇ ਪੰਜਾਬ ਵਾਲੇ ਉਹ ਜੰਮਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਕਿ ਵੀ ਅਸੀਂ ਲਾਹੌਰ ਦੇਖ ਲਈਏ ਤੇ ਮੈਨੂੰ ਲੱਗਦਾ ਜਦੋਂ ਅਸੀਂ ਮੈਂ ਇਸ ਨਾਵਲ ਨੂੰ ਪੜ੍ਹਦਾ ਆ ਤੇ ਮੈਂ ਉਸੇ ਪ੍ਰੋਸੈਸ ਚੋਂ ਲੰਘਦਾ ਆ ਵੀ ਜਿੱਦਾਂ ਮੈਂ ਇੱਕ ਲਾਹੌਰ ਸ਼ਹਿਰ ਦੇ ਵਿੱਚੋਂ ਫਿਰ ਰਿਹਾ ਆ ਲਾਹੌਰ ਸ਼ਹਿਰ ਦਾ ਪੂਰਾ ਲਕੇਲ ਦੇਖ ਰਿਹਾ ਆ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਕੱਚੀ ਆਬਾਦੀ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੋਂ ਮੈਂ ਈਵਨ ਇੱਥੋਂ ਤੱਕ ਸੋਚਦਾ ਸੀਗਾ ਕਿ ਜੇ ਮੇਰੇ ਕੋਲ ਲਾਹੌਰ ਦਾ ਉਹ ਨਕਸ਼ਾ ਹੋਵੇ ਤੇ ਮੈਂ ਕੋਸ਼ਿਸ਼ ਕਰਾਂ ਆਈਡੈਂਟੀਫਾਈ ਕਰਨ ਨੂੰ ਵੀ ਇਹ ਗਲੀ ਕਿੱਥੇ ਹੈਗੀ ਆ ਇਹ ਗਲੀ ਕਿੱਥੇ ਹੈਗੀ ਆ ਇਹ ਗਲੀ ਕਿੱਥੇ ਹੈਗੀ ਆ ਇਹ ਗਲੀ ਕਿੱਥੇ ਹੈਗੀ ਦੂਜੀ ਗੱਲ ਜਿੰਨੇ ਵੀ ਬੁਲਾਰੇ ਸੀਗੇ ਸਾਰਿਆਂ ਨੇ ਇਹੀ ਗੱਲ ਕੀਤੀ ਆ ਕਿ ਇਹ ਇਕੱਲਾ ਨਾਵਲ ਨਹੀਂ ਹੈਗਾ ਜੇ ਅਸੀਂ ਗੱਲ ਕਰੀਏ ਇਸ ਨਾਵਲ ਦੀ ਮੈਨੂੰ ਲੱਗਦਾ ਆ ਮੈਂ ਹਾਲਾਂਕਿ ਨਾਵਲ ਦਾ ਐਕਸਪਰਟ ਨਹੀਂ ਹੈਗਾ ਪਰ ਮੈਨੂੰ ਲੱਗਦਾ ਜਦੋਂ ਮੈਂ ਪਾਠਕ ਵਜੋਂ ਦੇਖਦਾ ਆ ਇਹ ਇਕੱਲਾ ਨਾਵਲ ਨਹੀਂ ਹੈਗਾ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈਗੀ ਆ ਟ੍ਰੈਡੀਸ਼ਨ ਸਾਡੇ ਸਾਹਮਣੇ ਖੜੀ ਕੀਤੀ ਆ ਲਾਹੌਰ ਸ਼ਹਿਰ ਬਾਰੇ ਮੈਂ ਜਦੋਂ ਪੜ੍ਹਦਾ ਸੀਗਾ ਮਨਸੂਰ ਬਾਰੇ ਨੈਣ ਸੁਖਣਾ ਨੇ ਮਨਸੂਰ ਬਾਰੇ ਪੂਰਾ ਲਿਖਿਆ ਇੱਕ ਚੈਪਟਰ ਜਿਹਦੇ ਵਿੱਚ ਗੱਲ ਕਰਦੇ ਨੇ ਉਹ ਤੇ ਮੇਰੇ ਸਾਹਮਣੇ ਏਦਾਂ ਵਾਪਰ ਰਿਹਾ ਜਿੱਦਾਂ ਮਨਸੂਰ ਮੇਰੇ ਸਾਹਮਣੇ ਖੜਾ ਆ ਤੇ ਉਹਨਾਂ ਸਾਰਾ ਕੁਛ ਵਾਪਰ ਰਿਹਾ ਉਹਨੂੰ ਸੰਸਾਰ ਕੀਤਾ ਜਾ ਰਿਹਾ ਆ ਉਹਨੂੰ ਸਾੜਿਆ ਜਾ ਰਿਹਾ ਉਹਨੂੰ ਮਾਰਿਆ ਜਾ ਰਿਹਾ ਉਹਨੂੰ ਕੋਹਿਆ ਜਾ ਰਿਹਾ ਮਤਲਬ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਨੈਣ ਸੁਖਣਾ ਦੀ ਜਿਹੜੀ ਭਾਸ਼ਾ ਆ ਉਹ ਬਾ ਕਮਾਲ ਹੈਗੀ ਜਦੋਂ ਆਪਣੀ ਗੱਲ ਕਰਦੇ ਨੇ ਸਾਰੀ ਜੇ ਮੈਂ ਇਹਨੂੰ ਚੜ੍ਹਦੇ ਪੰਜਾਬ ਦੇ ਨਾਵਲਾਂ ਦੇ ਨਾਲ ਕੰਪੇਅਰ ਕਰਾਂ ਤੇ ਮੈਨੂੰ ਨਹੀਂ ਲੱਗਦਾ ਵੀ ਚੜ੍ਹਦੇ ਪੰਜਾਬ ਦੇ ਵਿੱਚ ਕੋਈ ਐਸਾ ਨਾਵਲ ਹੋਏਗਾ ਜਿਹੜਾ ਇੰਨੀ ਡੈਪਥ ਦੇ ਵਿੱਚ ਜਾ ਕੇ ਹਿਸਟਰੀ ਨੂੰ ਪਕੜ ਕੇ ਓਰਲ ਹਿਸਟਰੀ ਨੂੰ ਪਕੜ ਕੇ ਓਰਲ ਟ੍ਰੈਡੀਸ਼ਨ ਨੂੰ ਪਕੜ ਕੇ ਤੇ ਇਸ ਤਰ੍ਹਾਂ ਦੀ ਗੱਲ ਉਹਨੇ ਕੀਤੀ ਹੋਏਗੀ ਦੂਜੀ ਗੱਲ ਜਿਹੜੀ ਤੌਹੀਦ ਸਾਹਿਬ ਤੁਸੀਂ ਕੀਤੀ ਆ ਕਿ ਚੜ੍ਹਦੇ ਪੰਜਾਬ ਦੇ ਵਿੱਚ ਇਹ ਸ਼ਾਹਮੁਖੀ ਗੁਰਮੁਖੀ ਦੇ ਵਿੱਚ ਛਪ ਚੁੱਕਾ ਆ ਮੈਂ ਉਹਦੇ ਚੋਂ ਕੁਛ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਪੜ੍ਹਨੀਆਂ ਚਾਹੁੰਦਾ ਆ ਕਿ ਚੜ੍ਹਦੇ ਪੰਜਾਬ 'ਚ ਮੈਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਜਿਹੜੀ ਵੱਡਾ ਸਾਡੇ ਨਾਲ ਇੱਕ ਦੁਖਾਂਤ ਵਾਪਰਿਆ ਉਹਦਾ ਸਾਨੂੰ ਨੁਕਸਾਨ ਕੀ ਹੋਇਆ ਮੈਂ ਪਹਿਲਾਂ ਜਿਹੜਾ ਹੈਗਾ ਆ ਉਹ ਇੱਕ ਪੈਰਾ ਪੜ੍ਹਾਂਗਾ ਸਿਰਫ ਇੱਕ ਪੈਰਾ ਉਹ ਜਿਹੜੀ ਨੈਣ ਸੁਖੋਣਾ ਦੀ ਕਿਤਾਬ ਆ ਸ਼ਾਹਮੁਖੀ ਦੇ ਵਿੱਚ ਉਹਦੇ ਵਿੱਚੋਂ ਇਹ ਚੈਪਟਰ ਹੈਗਾ ਆ ਇੱਕ ਹੋਰ ਹਕੀਕਤੁਲ ਫਿਕਰਾ ਆਜ਼ਮ ਮੁਗਲ ਉਰਫ ਮੁਗਲੇ ਆਜ਼ਮ ਪਾਗਲ ਹੋ ਗਿਆ ਪਾਗਲਖਾਨੇ ਦਾਖਲ ਇਹ ਖਬਰ ਪੂਰੇ ਲਾਹੌਰ ਸੁਣੀ ਪਰ ਜਿਹੜੇ ਲੋਕ ਮੁਗਲੇ ਆਜ਼ਮ ਤੇ ਉਹਦੇ ਖਾਨਦਾਨ ਮੁਗਲੀਆ ਦੇ ਜਾਣੂ ਉਹਨਾਂ ਨੂੰ ਅੰਦਰਲੀ ਗੱਲ ਦਾ ਪਤਾ ਕਿ ਮੁਗਲੇ ਆਜ਼ਮ ਆਪਣੀ ਸ਼ੇਰਾਂ ਵਾਲੀ ਕੋਠੀ ਆਪਣੇ ਪੁੱਤਰ ਸ਼ਹਿਜਾਦ ਮੁਗਲ ਦੇ ਨਾਂ ਲਾਉਣਾ ਚਾਹੁੰਦਾ ਪਰ ਉਹਦੀ ਘਰ ਵਾਲੀ ਮੁਮਤਾਜ਼ ਬੇਗਮ ਧੀ ਜਹਾਨ ਆਰਾ ਅਤੇ ਪੋਤਰਾ ਬਾਬਰ ਪ੍ਰਿੰਸ ਨੇ ਤੇ ਜਵਾਈ ਮੇਜਰ ਮੁਜਾਹਦ ਗੁਲ ਇਹ ਨਹੀਂ ਚਾਹੁੰਦੇ ਹੁਣ ਇਹੀ ਸੇਮ ਪੈਰਾ ਮੈਂ ਪੰਜਾਬੀ ਦੀ ਕਿਤਾਬ ਚੋਂ ਪੜ੍ਹਨਾ ਚਾਹੁੰਦਾ ਹਾਂ ਜਿਹੜੀ ਸਾਡੇ ਗੁਰਮੁਖੀ ਦੇ ਵਿੱਚ ਛਪੀ ਆ ਮੈਂ ਮਾਫ਼ੀ ਚਾਹੁੰਦਾ ਹਾਂ ਇਹ ਸੇਮ ਚੈਪਟਰ ਅਜ਼ੀਮ ਪਾਗਲ ਹੋ ਗਿਆ ਪਾਗਲਖਾਨੇ ਦਾਖਲ ਇਹ ਖਬਰ ਪੂਰੇ ਲਾਹੌਰ ਸੁਣੀ ਪਰ ਜਿਹੜੇ ਲੋਕ ਪਾਗਲ ਅਜ਼ੀਮ ਤੇ ਉਹਦੇ ਖਾਨਦਾਨੇ ਮੁਗਲੀਆ ਦੇ ਜਾਣੂ ਉਹਨਾਂ ਨੂੰ ਅੰਦਰਲੀ ਗੱਲ ਦਾ ਵੀ ਪਤਾ ਕਿ ਪਾਗਲ ਅਜ਼ੀਮ ਆਪਣੇ ਸ਼ੇਰਾਂ ਵਾਲੀ ਕੋਠੀ ਆਪਣੇ ਪੁੱਤਰ ਸ਼ਹਿਜਾਦ ਪਾਗਲ ਦੇ ਨਾਂ ਲਾਉਣਾ ਚਾਹੁੰਦਾ ਪਰ ਉਹਦੀ ਘਰ ਵਾਲੀ ਮੁਮਤਾਜ਼ ਬੇਗਮ ਧੀ ਜਹਾਂ ਆਰਾ ਪੋਤਰਾ ਬਾਬਰ ਪਰਨਿਸ ਇਹ ਨੋਟ ਕਰਨਾ ਪ੍ਰਿੰਸ ਨਹੀਂ ਹੈਗਾ ਪਰਨਿਸ ਤੇ ਜਵਾਈ ਮੇਜਰ ਮੁਜਾਹਦ ਗੁਲ ਇਹ ਨਹੀਂ ਚਾਹੁੰਦੇ ਜਦੋਂ ਮੈਂ ਇਸ ਨਾਵਲ ਦੇ ਸ਼ਾਹਮੁਖੀ ਦੇ ਲਿਪੀ ਅੰਤਰਨ ਨੂੰ ਪੜ੍ਹਦਾ ਆ ਤੇ ਮੈਨੂੰ ਇੰਨਾ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਅਸੀਂ
ਚੜ੍ਹਦੇ ਪੰਜਾਬ ਵਾਲੇ ਸ਼ਾਹਮੁਖੀ ਕਿਉਂ ਨਹੀਂ ਪੜ੍ਹ ਪਾ ਰਹੇ, ਸਾਡੇ ਕੋਲ ਕੀ ਸਮੱਸਿਆ ਖੜੀ ਆ ਕਿ ਅਸੀਂ ਇਹਨੂੰ ਪੜ੍ਹਨਾ ਨਹੀਂ ਚਾਹੁੰਦੇ ਜਾਂ ਅਸੀਂ ਇਹਨੂੰ ਪੜ੍ਹ ਕੇ ਇਹਨੂੰ ਕੰਮ ਨਹੀਂ ਕਰਨਾ ਚਾਹੁੰਦੇ ਇਹਦੇ ਉੱਪਰ। ਇਹ ਸਮੱਸਿਆ ਮੈਨੂੰ ਨਹੀਂ ਪਤਾ ਲਾਹੌਰ ਦੇ ਵਿੱਚ ਜਾਂ ਚੜ੍ਹ ਲਹਿੰਦੇ ਪੰਜਾਬ ਦੇ ਵਿੱਚ ਕਿੰਨੀ ਹੈਗੀ ਆ ਕਿ ਉੱਧਰਲੇ ਜਿਹੜੇ ਲਹਿੰਦੇ ਪੰਜਾਬ ਦੇ ਮੇਰੇ ਭਰਾ ਨੇ ਸਾਰੇ ਉਹ ਗੁਰਮੁਖੀ ਨੂੰ ਕਿਵੇਂ ਦੇਖਦੇ ਨੇ, ਪਰ ਜਦੋਂ ਮੈਂ ਇਸ ਨਾਵਲ ਨੂੰ ਪੜ੍ਹਦਾ ਆ ਜਿਹਦੇ ਵਿੱਚ ਵੱਡਾ ਕਰੈਕਟਰ ਆ ਇੱਕ ਆਜ਼ਮ ਮੁਗਲੇ ਆਜ਼ਮ ਜਿਹਨੂੰ ਉਹ ਸਾਡਾ ਜਿਹੜਾ ਇੱਧਰ ਲਿਪੀ ਅੰਤਰਣਕਾਰ ਹੈਗਾ ਆ ਜਿਹਨੇ ਕਿਤਾਬ ਛਾਪੀ ਆ ਉਹ ਮੁਗਲ ਦੀ ਬਜਾਏ ਉਹਨੂੰ ਪਾਗਲ ਪੜ੍ਹ ਰਿਹਾ ਹੈ। ਪੂਰੀ ਕਿਤਾਬ ਦੇ ਵਿੱਚੋਂ ਜੇ ਤੁਸੀਂ ਮੈਂ ਇਹਦੀਆਂ ਗਲਤੀਆਂ ਲੱਭਣ ਲੱਗਾ ਤੇ ਮੈਂ ਘੱਟੋ ਘੱਟ 10,000 ਗਲਤੀਆਂ ਇਸ ਕਿਤਾਬ ਦੇ ਵਿੱਚੋਂ ਪੜ੍ਹਨ ਦੀਆਂ ਲੱਭਦਾਗਾ ਜਿਹੜੀਆਂ ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਲਿਪੀ ਅੰਤਰਣ ਕਰਦੇ ਹੋਈਆਂ ਨੇ, ਪਰ ਫਿਰ ਵੀ ਇੱਕ ਉਪਰਾਲਾ ਹੈਗਾ ਆ, ਬਟ ਇਹਨੂੰ ਹਲੇ ਸੋਧੇ ਜਾਣ ਦੀ ਬਹੁਤ ਵੱਡੀ ਲੋੜ ਹੈਗੀ ਆ। ਕੋਸ਼ਿਸ਼ ਕਰਾਂਗਾ, ਮੈਂ ਇਹਨੂੰ ਕੰਮ ਨੂੰ ਬੰਦ ਕਰਤਾ ਸੀਗਾ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਦੁਬਾਰਾ ਅੱਗੇ ਫਿਰ ਤੋਂ ਰਿਵਾਈਵ ਕਰਾਂ ਜਿੰਨਾ ਕੁ ਮੈਂ ਕੰਮ ਕੀਤਾ ਹੈ ਉਸ ਤੋਂ ਅੱਗੇ ਇਹਨੂੰ ਕਰਕੇ ਤੇ ਇਹਨੂੰ ਇੱਕ ਚੰਗਾ ਜਿਹੜਾ ਜਿਹੜਾ ਇੱਕ ਨਾਵਲ। ਹੁਣ ਮੈਂ ਇੱਥੇ ਗੱਲ ਜਿਹੜੀ ਕਰਨਾ ਚਾਹੁੰਦਾ ਆ ਕਿ ਜਦੋਂ ਇਹ ਨਾਵਲ ਗੁਰਮੁਖੀ ਦੇ ਵਿੱਚ ਇੱਕ ਬੰਦਾ ਪੜ੍ਹੇਗਾ ਉਹਦੇ ਲਈ ਉਹਦੇ ਕੋਲ ਇਹ ਪਹੁੰਚ ਨਹੀਂ ਹੈਗੀ ਕਿ ਉਹ ਮੁਗਲੇ ਆਜ਼ਮ ਸਮਝ ਸਕੇ, ਉਹਦੇ ਲਈ ਉਹ ਕਰੈਕਟਰ ਪਾਗਲੇ ਆਜ਼ਮ ਹੈਗਾ ਹੈ ਕਿ ਜਦੋਂ ਤੁਸੀਂ ਕੰਸੀਵ ਨਹੀਂ ਕਰ ਪਾ ਰਹੇ ਤੇ ਤੁਸੀਂ ਉਸ ਨਾਵਲ ਦੀ ਡੈਪਥ ਦੇ ਵਿੱਚ ਕਿੱਦਾਂ ਪਹੁੰਚੋਗੇ। ਬਹੁਤ ਕੁਛ ਮਿਸਿੰਗ ਹੈਗਾ ਆ ਗੁਰਮੁਖੀ ਦੇ ਵਿੱਚ, ਇਸ ਗੁਰਮੁਖੀ ਦੀ ਜਿਹੜੀ ਸਾਡੇ ਕੋਲ ਛਪਿਆ ਆ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ 'ਚ ਇੰਨਾ ਕੁਛ ਮਿਸਿੰਗ ਹੈਗਾ ਆ ਤੇ ਮੈਨੂੰ ਮੈਨੂੰ ਦੁੱਖ ਹੁੰਦਾ ਆ ਜਾਂ ਮੈਨੂੰ ਸ਼ਰਮ ਆਉਂਦੀ ਆ ਨੈਣ ਸੁੱਖ ਹੁਣਾਂ ਬਾਰੇ ਗੱਲ ਕਹਿੰਦੇ ਹਾਂ ਕਿ ਅਸੀਂ ਨੈਣ ਸੁੱਖ ਹੁਣਾਂ ਦੇ ਦੁੱਖੀ ਹੈਗੇ ਚੜ੍ਹਦੇ ਪੰਜਾਬ ਵਾਲੇ, ਜਦੋਂ ਅਸੀਂ ਇਸ ਨਾਵਲ ਦਾ ਅਸੀਂ ਇਸ ਤਰ੍ਹਾਂ ਇਹਦੀ ਇਹਦਾ ਨਾਸ ਮਾਰਿਆ ਆ, ਅਸੀਂ ਇਹਦੀ ਜੱਖਣਾ ਵੱਢੀ ਆ ਪੰਜਾਬੀ 'ਚ ਕਹੀਏ, ਤੇ ਮੈਨੂੰ ਦੁੱਖ ਹੁੰਦਾ ਹੈ ਕਿ ਇੱਕ ਬਹੁਤ ਉਮਦਾ ਕਿਤਾਬ ਨੂੰ ਬਹੁਤ ਬਹੁਤ ਵੱਡੀ ਕਿਤਾਬ ਨੂੰ ਇੱਧਰਲੇ ਚੜ੍ਹਦੇ ਪੰਜਾਬ ਦੇ ਵਿੱਚ ਉਹਦਾ ਨੁਕਸਾਨ ਕੀਤਾ ਗਿਆ ਆ, ਲੋਕਾਂ ਦੇ ਨਾਲ ਧੱਕਾ ਕੀਤਾ ਗਿਆ ਆ ਜਿਹੜੇ ਇਹਨੂੰ ਖਰੀਦ ਕੇ ਪੜ੍ਹ ਰਹੇ ਨੇ ਜਾਂ ਜਿਹਨਾਂ ਨੇ ਖਰੀਦ ਕੇ ਪੜ੍ਹੀ ਆ, ਉਹ ਉਹਨਾਂ ਦੇ ਲਈ ਉਹਨਾਂ ਦੇ ਨਾਲ ਇਨਸਾਫ਼ ਨਹੀਂ ਹੋਇਆ। ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤੇ ਬਸ ਇੰਨੀ ਗੱਲ ਦੇ ਨਾਲ ਜੇ ਕੋਈ ਸਵਾਲ ਹੋਇਆ ਤਾਂ ਆਪਾਂ ਫਿਰ ਦੇਖ ਲਾਂਗੇ। ਸ਼ੁਕਰੀਆ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਬਿਲਕੁਲ ਮੈਂ ਸਮਝਣਾ ਕਿ ਇਹ ਕੰਮ ਬੜਾ ਲੋੜਦਾ ਹੈ ਕਿ ਤੁਸੀਂ ਇਹ ਆਪਣਾ ਕੰਮ ਦੁਬਾਰਾ ਸ਼ੁਰੂ ਕਰੋ ਤੇ ਗਲਤੀਆਂ ਤੋਂ ਜਲਾਣਾ ਸਾਫ਼ ਕਰਕੇ ਤੇ ਮੋੜ ਇਹਨੂੰ ਜਲਾਣਾ ਗੁਰਮੁਖੀ ਚ ਛਾਪਿਆ ਜਾਏ। ਤੁਸੀਂ ਸਰ ਸਾਡੇ ਨਾਲ ਹੀ ਰਹਿਣਾ, ਅਸੀਂ ਅੱਗੇ ਵਧਾਉਂਦੇ ਹਾਂ ਤੇ ਅੱਜ ਦੇ ਅਸੀਂ ਪ੍ਰੋਗਰਾਮ ਦੇ ਹਵਾਲੇ ਨਾਲ ਗੱਲਬਾਤ ਅੱਗੇ ਵਧਾਉਂਦੇ ਹਾਂ। ਔਰ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਜੀ ਜਿੱਦਾਂ ਨੇ ਇਹਨਾਂ ਨੇ ਗੱਲ ਕੀਤੀ ਗੁਰਮੁਖੀ ਔਰ ਸ਼ਾਹਮੁਖੀ ਦੀ, ਤੇ ਇਹ ਬੜੀ ਲੋੜ ਦੀ ਗੱਲ ਹੈ ਕਿ ਇਹ ਕਿਤਾਬਾਂ ਜਿਹੜੀਆਂ ਸਾਡੀਆਂ ਪੰਜਾਬੀ ਦੀਆਂ ਨੇ, ਇਹ ਜਿਹੜੇ ਪਾੜ ਹੈ ਸਕ੍ਰਿਪਟ ਦਾ, ਇਹਨੂੰ ਪੂਰਨ ਵਾਸਤੇ ਜਿਹੜਾ ਸਾਨੂੰ ਦੋਵਾਂ ਲਿਪੀਆਂ ਨੂੰ ਸਮਝਣ ਦੀ ਲੋੜ ਹੈ। ਮੈਂ ਸਮਝਣਾ ਕਿ ਜਿੱਥੇ ਅਸੀਂ ਅੰਗਰੇਜ਼ੀ ਫ੍ਰੈਂਚ ਔਰ ਮੁਖਤਲਿਫ ਸਕ੍ਰਿਪਟ ਸਿੱਖ ਲੈਂਦੇ, ਉੱਥੇ ਇੱਕ ਇਹ ਸਕ੍ਰਿਪਟ ਸਿੱਖਣ 'ਚ ਵੀ ਕੋਈ ਐਡਾ ਹਰਜ ਨਹੀਂ ਹੈ ਔਰ ਇਹ ਸਿੱਖਿਆ ਵੀ ਜਾ ਸਕਦਾ ਦੋਵਾਂ ਪਾਸੇ, ਸ਼ਾਹਮੁਖੀ ਵੀ ਔਰ ਗੁਰਮੁਖੀ ਵੀ। ਤੇ ਜੀ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਉਹਦੇ ਜਿਹੜੇ ਮਹਿਮਾਨ ਖਾਸੋ ਖਾਸ ਨੇ ਜਿਨ੍ਹਾਂ ਦੇ ਨਾਵਲ 'ਤੇ ਅੱਜ ਗੱਲਬਾਤ ਹੋ ਰਹੀ, ਨੈਣ ਸੁੱਖ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਬੁਲਾਵਾਂਗਾ ਕਿ ਉਹ ਸਾਡੇ ਨਾਲ ਆਉਣ। ਜੀ ਨੈਣ ਸੁੱਖ ਜੀ ਜੀ ਸਰ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਅੱਜ ਆਏ ਔਰ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਇੱਜ਼ਤ ਦਿੱਤੀ, ਤੁਸੀਂ ਆਏ ਅੱਜ ਸਾਡੇ ਇਸ ਫੋਰਮ ਨੂੰ ਇੱਜ਼ਤ ਦਿੱਤੀ ਤੁਸੀਂ, ਤੇ ਅਸੀਂ ਅੱਜ ਤੁਹਾਡਾ ਇਹ ਨਾਵਲ ਜਿਹੜਾ ਜਿਹਦਾ ਪਹਿਲੀ ਵਾਰੀ ਪਬਲਿਸ਼ ਹੋਇਆ ਤੇ ਇੱਥੇ ਹੋਈ ਸੀ ਤਕਰੀਬ ਉਹ ਫਿਜ਼ੀਕਲੀ, ਲੇਕਿਨ ਹੁਣ ਜਿਹੜਾ ਦੂਜੀ ਵਾਰ ਪਬਲਿਸ਼ ਹੋਇਆ ਕਿਤਾਬ ਤ੍ਰਿੰਜਣ ਤੋਂ, ਉਹਦੀ ਅਸੀਂ ਔਨਲਾਈਨ ਕਰਨ 'ਚ ਕਾਮਯਾਬ ਹੋਏ ਔਰ ਇਹਦੇ ਨਾਲ ਬਹੁਤ ਸਾਰੇ ਲੋਕ ਵੱਖੋ ਵੱਖੋ ਥਾਵਾਂ ਤੋਂ ਸਾਡੇ ਨਾਲ ਆਏ। ਜੀ ਸਰ, ਹੁਣ ਸਕਰੀਨ ਤੁਹਾਡੇ ਕੋਲ, ਅਸੀਂ ਹੁਣ ਤੁਹਾਡੀ ਗੱਲਬਾਤ ਸੁਣਨਾ ਚਾਹਾਂਗੇ। ਬੜੀ ਸੋਹਣੀ ਗੱਲਬਾਤ ਹੋ ਗਈ ਹੈ, ਕਾਫੀ ਸਾਰੀ ਗੱਲਬਾਤ ਕਰ ਦਿੱਤੀ ਹੈ ਸਭ ਲੋਕਾਂ ਨੇ, ਸਭ ਦੋਸਤਾਂ ਨੇ। ਜਿਹੜੀ ਆਖਰ 'ਤੇ ਡਾਕਟਰ ਪਵਨ ਟਿੱਬਾ ਹੋਰਾਂ ਨੇ ਗੱਲ ਕੀਤੀ ਕਿ ਜਿਹੜਾ ਉੱਧਰ ਗੁਰਮੁਖੀ ਵਿੱਚ ਛਪਿਆ ਹੈ ਮੇਰਾ ਨਾਵਲ, ਅਤੇ ਉਹਦੇ ਉੱਤੇ ਉਹਨਾਂ ਨੂੰ ਦੱਸਿਆ ਕਿ ਉਹ ਸਹੀ ਨਹੀਂ, ਉਹ ਅਸਲ 'ਚ ਇੱਕ ਕਾਫੀ ਸੀਨੀਅਰ ਉੱਥੋਂ ਦੇ ਹੈ ਨੇ, ਡਾਕਟਰ ਹਰਬੰਸ ਸਿੰਘ ਧੀਮਾਨ, ਉਹਨਾਂ ਨੇ ਉਹਦਾ ਕੀਤਾ ਉਹਨੂੰ ਗੁਰਮੁਖੀ ਦੇ ਵਿੱਚ, ਔਰ ਸੰਗਮ ਸ਼ਾਇਦ ਪਬਲਿਸ਼ਰ ਨੇ ਜਿਹੜਾ ਪਟਿਆਲਾ ਵਿੱਚ ਉਹਨਾਂ ਨੇ ਉਹਨੂੰ ਛਾਪਿਆ।
ਅਸਲ ਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਮੇਰੇ ਨਾਲ ਉਹਨਾਂ ਦਾ ਕੋਈ ਡਾਇਰੈਕਟ ਨਹੀਂ ਹੋਇਆ ਕੰਟੈਕਟ ਨਾ ਡਾਕਟਰ ਹਰਬੰਸ ਸਿੰਘ ਹੋਰਾਂ ਦਾ ਉਹਨਾਂ ਨੂੰ ਪਤਾ ਨਹੀਂ ਜਿੱਥੋਂ ਇਹ ਮਿਲੀ PDF ਹੋ ਸਕਦਾ ਉਹਦੇ ਵਿੱਚ ਗਲਤੀਆਂ ਹੋਣ ਅਤੇ ਵਰਨਾ ਉਹ ਤਾਂ ਬੜੇ ਸੀਨੀਅਰ ਨੇ ਔਰ ਉਹਨਾਂ ਨੇ ਮੈਂ ਸੁਣਿਆ ਕਿ ਬਹੁਤ ਜ਼ਿਆਦਾ ਕੰਮ ਕੀਤਾ ਔਰ ਉਹਨਾਂ ਨੇ ਬੜੇ ਬੜੇ ਅੱਛੇ ਜਿਹੜੇ ਨੇ ਕਿਤਾਬਾਂ ਉਤਾਰੀਆਂ ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਅਤੇ ਹੋ ਸਕਦਾ ਹੈ ਉਸ ਵਜ੍ਹਾ ਤੋਂ ਇਸ ਤਰ੍ਹਾਂ ਰਹਿ ਗਿਆ ਹੋਵੇ ਅਤੇ ਕੋਈ ਗਲਤੀਆਂ ਰਹਿ ਗਈਆਂ ਹੋਣ ਜਦੋਂ ਪਰਮਜੀਤ ਮਿਸ਼ਾ ਹੋਰਾਂ ਨੇ ਮੇਰੀਆਂ ਕਿਤਾਬਾਂ ਜੋਗੀ ਸਪਤਰਾ ਧਰਤੀ ਪੰਜ ਦਰਿਆਈ ਔਰ ਆਈ ਪੂਰੇ ਦੀ ਵਾਹ ਕੀਤੀਆਂ ਗੁਰਮੁਖੀ ਦੇ ਵਿੱਚ ਅਤੇ ਉਹ ਮੇਰੇ ਨਾਲ ਰੋਜ਼ ਡਿਸਕਸ ਕਰਦੇ ਸਨ ਉਹ ਜਦੋਂ ਉਹਨਾਂ ਨੂੰ ਗੁਰਮੁਖੀ ਵਿੱਚ ਉਤਾਰ ਰਹੇ ਸਨ ਅਤੇ ਇਸ ਵਾਸਤੇ ਉਹਦੇ ਵਿੱਚ ਫਿਰ ਗਲਤੀਆਂ ਵੀ ਨਹੀਂ ਹੋਈਆਂ ਔਰ ਲੋਕਾਂ ਨੇ ਕਾਫੀ ਉਹਨੂੰ ਉਸ ਪਾਸੇ ਚੜ੍ਹਦੇ ਪੰਜਾਬ ਵਿੱਚ ਕਾਫੀ ਪਸੰਦ ਕੀਤਾ ਅਤੇ ਮੇਰੇ ਖਿਆਲ ਉਹ ਹਰਬੰਸ ਸਿੰਘ ਧੀਮਾਨ ਹੋਰਾਂ ਕੋਲੋਂ ਜਿਹੜੀ ਉਹਨਾਂ ਨੂੰ ਮਿਲੀ PDF ਸ਼ਾਇਦ ਉਹ ਠੀਕ ਨਹੀਂ ਮਿਲੀ ਅਤੇ ਮੈਂ ਇਹੀ ਸਮਝਾਂਗਾ ਕਿ ਇਹ ਨਾ ਸਮਝਿਆ ਜਾਏ ਕਿ ਉਹਨਾਂ ਦੀ ਇਸ ਪ੍ਰੋਗਰਾਮ ਦੇ ਵਿੱਚ ਨਿੰਦਿਆ ਕੋਈ ਹੋਈ ਹੈ ਹੋ ਸਕਦਾ ਕਿ ਉਹ ਉਹਨਾਂ ਨੂੰ ਮਿਲੀ ਨਾ ਹੋਏ ਉਹ ਠੀਕ ਜਿਹੜੀ PDF ਹੈ ਜਿਹਦੀ ਵਜ੍ਹਾ ਤੋਂ ਉਹ ਸਾਰੀਆਂ ਗਲਤੀਆਂ ਆਈਆਂ ਜਿਹੜੀ ਸ਼ਾਜ਼ੀਆ ਚੀਮਾ ਹੋਰਾਂ ਔਰ ਪ੍ਰੋਫੈਸਰ ਜ਼ੁਬੈਰ ਹੋਰਾਂ ਨੇ ਵੀ ਕਿਹਾ ਕਿ ਜਿਹੜੀ ਇਹਦੇ 'ਤੇ ਮਿਹਨਤ ਵੇਖੋ ਅਤੇ ਆਪਣਾ ਤੁਹਾਡਾ ਠਰਕ ਹੁੰਦਾ ਹੈ ਤੁਹਾਡਾ ਸ਼ੌਕ ਹੁੰਦਾ ਉਹ ਤਾਂ ਕੋਈ ਉਹਨੂੰ ਕਹਿਣਾ ਕਿ ਉਹਨੂੰ ਨਹੀਂ ਉਹਦੇ 'ਚ ਮਿਣਿਆ ਤੋਲਿਆ ਨਹੀਂ ਜਾ ਸਕਦਾ ਕੱਛਿਆ ਨਹੀਂ ਜਾ ਕਿ ਕਿੰਨੀ ਮਿਹਨਤ ਹੋਈ ਆ ਕਿ ਉਸ ਤਰ੍ਹਾਂ ਨਵਾਂ ਨਵਾਂ ਮੈਂ ਵਕਾਲਤ ਵਿੱਚ ਆਇਆ 89-90 ਦੇ ਵਿੱਚ ਅਤੇ ਮੈਨੂੰ ਬਜ਼ੁਰਗਾਂ ਕੋਲੋਂ ਗੱਲਾਂ ਸੁਣਨ ਦਾ ਨਿੱਕੇ ਹੁੰਦਿਆਂ ਤੋਂ ਹੀ ਬਹੁਤ ਰਿਹਾ ਹੈ ਕਿ ਬੁੱਢੇ ਮਾਈਆਂ ਬਾਬੇ ਉਹਨਾਂ ਦੇ ਕੋਲ ਬਹਿ ਜਾਣਾ ਅਤੇ ਉਹਨਾਂ ਦੀਆਂ ਗੱਲਾਂ ਸੁਣਨਾ ਵਿੱਚ ਬੋਲਣਾ ਨਾ ਬਸ ਉਹਨਾਂ ਦੀਆਂ ਹੀ ਗੱਲਾਂ ਸੁਣਨਾ ਉਹਨਾਂ ਨੂੰ ਕਦੀ ਸਵਾਲ ਵੀ ਨਹੀਂ ਕਰਨਾ ਬਸ ਉਹਨਾਂ ਦੀ ਗੱਲ ਸੁਣ ਕੇ ਅਤੇ ਮੈਨੂੰ ਇਹ ਚਸਕਾ ਜਿਹਾ ਪੈ ਗਿਆ ਨਿੱਕੇ ਹੁੰਦਿਆਂ ਤੋਂ ਫਿਰ ਵਕਾਲਤ 'ਚ ਵੀ ਆਏ ਅਤੇ ਇਸ ਤਰ੍ਹਾਂ ਉੱਥੇ ਜਿੱਥੇ ਸਾਡਾ ਇੱਕ ਅੱਡਾ ਸੀ ਸੈਸ਼ਨ ਕੋਰਟ ਦੇ ਵਿੱਚ ਜਿੱਥੇ ਅਸੀਂ ਬੈਠਦੇ ਸਾਂ ਉੱਥੇ ਕਦੀ ਕੰਜਰੀਆਂ ਨਿਆਣਾ ਕਿ ਉਹਨਾਂ ਦੀਆਂ ਉਹਨਾਂ ਦੇ ਮੁਜਰੇ ਦੇ ਉੱਤੇ ਪੁਲਿਸ ਨੇ ਛਾਪਾ ਮਾਰ ਦਿੱਤਾ ਅਤੇ ਫੜੀਆਂ ਗਈਆਂ ਫਿਰ ਉਹਨਾਂ ਦੀ ਜ਼ਮਾਨਤਾਂ ਫਿਰ ਜੁਆਰੀਏ ਵੇਖੇ ਬਦਮਾਸ਼ਾਂ ਨੂੰ ਵੇਖਿਆ ਫਿਰ ਉਹਨਾਂ ਮੈਂ ਕਹਾਣੀਆਂ ਲਿਖਦਾ ਸਾਂ ਅਤੇ ਮੈਂ ਤਾਂ ਉਹਨਾਂ ਦੇ ਵਿੱਚੋਂ ਕਹਾਣੀਆਂ ਆਪਣੀਆਂ ਲੱਭਦਾ ਸਾਂ ਕਿ ਜਿਹੜੇ ਹੀਰਾ ਮੰਡੀ ਦੇ ਕੰਜਰ ਲੋਕ ਨੇ ਅਤੇ ਉਹਨਾਂ ਦੀਆਂ ਕਹਾਣੀਆਂ ਫਿਰ ਪਹਿਲਵਾਨ ਕਬੂਤਰਬਾਜ਼ ਗੁੱਡੀਆਂ ਉਡਾਉਣ ਵਾਲੇ ਪਤੰਗਬਾਜ਼ ਉਹਨਾਂ ਦੀਆਂ ਕਹਾਣੀਆਂ ਪਰ ਉਹ ਇੰਨਾ ਕੁਝ ਲੱਭਦਾ ਸੀ ਕਿ ਮੈਂ ਕੋਈ ਕਹਾਣੀ ਲਿਖ ਨਹੀਂ ਸਾਂ ਮੇਰੇ ਕੋਲ ਲਿਖੀ ਨਹੀਂ ਸੀ ਜਾਂਦੀ ਇਨਫੋਰਮੇਸ਼ਨ ਬਹੁਤ ਇਕੱਠੀ ਹੋ ਰਹੀ ਟੈਕਨੀਕ ਓਰਲ ਹਿਸਟਰੀ ਨੂੰ ਲਿਖਣ ਦੀ ਕੀ ਹੈ ਜਾਂ ਕੀ ਮੈਨੂੰ ਤਾਂ ਨਹੀਂ ਸੀ ਪਤਾ ਮੈਂ ਕੱਲ੍ਹ ਨੂੰ ਇਸ ਤਰ੍ਹਾਂ ਲਿਖਣਾ ਹੈ ਔਰ ਉਹਦੇ ਵਿੱਚ ਮੈਨੂੰ ਇਹ ਤਰੀਕਾ ਜਿਹੜਾ ਯੂਰਪ ਦੇ ਵਿੱਚ ਜਾਂ ਵੈਸਟ ਦੇ ਵਿੱਚ ਅੱਜ ਹੈ ਕਿ ਓਰਲ ਹਿਸਟਰੀ ਨੂੰ ਕਿਵੇਂ ਲਿਖਣਾ ਹੈ ਮੈਂ ਕਾਫੀ ਉਹਦੇ ਉੱਤੇ ਪੜ੍ਹਿਆ ਬਾਅਦ ਦੇ ਵਿੱਚ ਜਦੋਂ ਇਹਦੇ ਉੱਤੇ ਕਰੀ ਸਬਾਲਟਰਨ ਸਟੱਡੀਜ਼ ਵਗੈਰਾ ਮੈਂ ਸੁਣਿਆ ਪਰ ਮੈਂ ਜਿਹੜਾ ਸੀ ਉਹ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਦੀ ਇਹਨੂੰ ਇਸ ਤਰ੍ਹਾਂ ਲਿਖਣਾ ਮੈਂ ਤਾਂ ਉਹ ਕਹਾਣੀਆਂ ਲੱਭ ਰਿਹਾ ਸਾਂ ਆਪਣੇ ਨਾ ਲਿਖਣ ਵਾਸਤੇ ਲੋਕਾਂ ਦੇ ਵਿੱਚੋਂ ਕੰਜਰਾਂ ਤਮਾਸ਼ਬੀਨਾਂ ਕੋਚਵਾਨਾਂ ਕਹਾਣੀਆਂ ਤਾਂ ਥੋੜ੍ਹੇ ਨਾਰਮਲ ਜਿਹਾ ਹੁੰਦਾ ਨਾ ਉਹਨਾਂ ਦੀ ਵਿੱਚੋਂ ਲੱਭਦੀ ਹੈ ਕਹਾਣੀ ਨਾਰਮਲ ਇੱਕ ਜਿਹੜਾ ਨਹੀਂ ਲੋਕਾਂ ਦੇ ਵਿੱਚ ਕਹਾਣੀ ਤੁਹਾਨੂੰ ਲੱਭਦੀ ਆਮ ਤੌਰ 'ਤੇ ਉਹ ਮੈਂ ਆਪਣੀਆਂ ਕਹਾਣੀਆਂ ਲੱਭਦੀ ਸਾਂ ਪਰ ਕੋਈ ਕਹਾਣੀ ਨਹੀਂ ਸੀ ਲਿਖੀ ਜਾਂਦੀ ਫਿਰ ਨਾ ਹਕੀਕਤ ਉਲ ਫੁਕਰਾ ਇੱਕ ਕਿਤਾਬ ਮੇਰੇ ਹੱਥ ਲੱਗੀ ਜਿਹਦੇ ਵਿੱਚ ਅਸਲ ਵਿੱਚ ਮਾਧੋ ਲਾਲ ਹੁਸੈਨ ਦੀ ਕਹਾਣੀ ਸੀ ਅਤੇ ਉਹ ਮੈਂ ਪੜ੍ਹੀ ਨਾ ਅਤੇ ਉਹ ਅਜੀਬ ਹੀ ਇੱਕ ਬੜੀ ਨਵੇਕਲੀ ਜਿਹੀ ਕਿਤਾਬ ਸੀ ਔਰ ਉਹਦੇ 'ਚ ਜਿਹੜੀ ਕਹਾਣੀ ਵੀ ਦੱਸੀ ਗਈ ਨਾ ਉਹ ਵੀ ਬੜੀ ਉਹਨੇ ਤਾਂ ਮੈਨੂੰ ਮਸਤੀ ਕਰ ਦਿੱਤਾ ਉਸ ਨਾ ਹਕੀਕਤ ਉਹਦੇ ਵਿੱਚ ਵੈਸੇ ਤੁਸੀਂ ਸ਼ਾਇਦ ਕੋਈ ਵੇਖੇ ਤਾਂ ਉਹਦੇ ਸੁਪਰਸਟੀਸ਼ਨ ਜਿਹੀਆਂ ਔਰ ਗੱਪਾਂ ਜਿਹੀਆਂ ਲੱਗਦੀਆਂ ਨੇ ਐਗਜੈਜਰੇਟਡ ਜਿਹਾ ਲੱਗਦਾ ਲੇਕਿਨ ਇਹ ਕਿਤਾਬ ਜਿਹੜੀ ਸੀ ਇਹ ਮਾਧੋ ਲਾਲ ਹੁਸੈਨ ਤੋਂ 80 ਸਾਲ ਬਾਅਦ ਲਿਖੀ ਗਈ ਸੀ ਉਹਦੇ ਸਾਰੇ ਮਤਲਬ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਸੱਚ ਹੀ ਹੋਏਗਾ ਫਾਰਸੀ ਵਿੱਚ ਲਿਖੀ ਗਈ ਬਾਅਦ ਵਿੱਚ ਉਹਦੀ ਟਰਾਂਸਲੇਸ਼ਨ ਹੋਈ ਅਤੇ ਜਿਸ ਵਕਤ ਮੈਨੂੰ ਉਹ ਮਿਲੀ ਨਾ ਇਹ ਕਹਾਣੀ ਹਕੀਕਤ ਉਲ ਫੁਕਰਾ ਦੀ ਮਾਧੋ ਲਾਲ ਹੁਸੈਨ ਦੀ ਅਤੇ ਫਿਰ ਮੈਨੂੰ ਬਹੁਤ ਮੇਰਾ ਦਿਲ ਕਰੇ ਕਿ ਹੁਣ ਮੈਂ ਨਾ ਇੱਕ ਨਾਵਲ ਲਿਖਾਂ ਔਰ ਨਾਵਲ ਦੇ ਵਿੱਚ ਉਹ ਸਾਰੀ ਜਿਹੜੀ ਜੋ ਕੁਝ ਮੈਂ ਇਕੱਠਾ ਕੀਤਾ ਜਿਹੜਾ ਇਕੱਠਾ ਕਰਨ ਦਾ ਵੇਲਾ ਹੈ ਕੋਈ 1991 ਤੋਂ ਲੈ ਕੇ 2011 ਮਤਲਬ 20 ਸਾਲ ਦੇ ਵਿੱਚ ਇਕੱਠਾ ਹੋਇਆ ਹੋਏਗਾ ਸਾਰਾ ਮਟੀਰੀਅਲ ਇਹਦਾ ਇਹ ਮਤਲਬ ਨਹੀਂ ਮੈਂ ਹਰ ਵੇਲੇ ਲੱਭਦਾ ਰਹਿੰਦਾ ਸਾਂ ਜਾਂ ਹਰ ਵੇਲੇ ਲਿਖਦਾ ਰਹਿੰਦਾ ਸਾਂ
वैसे तो तुसी जिहड़ा उहदा लिखण दा वेला बणदा उह बसंत 2005 जदों बसंत उत्ते पाबंदी लगी और 2011 जनवरी जदों एक रेमंड डेविस डिप्लोमेट अमेरिकन डिप्लोमेट लाहौर विच आ के ते दो पाकिस्तानियां नूं कतल कर दिंदा ते उत्थे कहानी जिहड़ी है उह आखरी चैप्टर उह ਵਿੱਚ ਉੱਥੇ ਅੱਗੇ ਖਤਮ ਹੁੰਦੀ ਹੈ ਅਤੇ ਉਹ ਤਰ੍ਹਾਂ 5 ਸਾਲ ਬਣਦੇ ਨੇ ਉਹ ਜਿਹਦੇ ਵਿੱਚ ਲਿਖੀ ਗਈ ਪਰ ਇਹਦਾ ਜਿਹੜਾ ਤੁਸੀਂ ਅਗਰ ਖਿਲਾਰ ਮੈਨੂੰ ਇਹ ਜਿਹੜਾ ਇਹਦਾ ਪਸਾਰ ਜਾਂ ਖਿਲਾਰ ਤੁਸੀਂ ਇਹਦਾ ਵੇਖਦੇ ਹੋ ਅਤੇ ਉਹਦੇ ਵਿੱਚ ਤਾਂ ਕਿਧਰੇ ਮਨਸੂਰ ਹਾਲਾਤ ਜਿਹੜਾ ਉਹ ਅਨਲ ਹੱਕ ਪੁਕਾਰ ਰਿਹਾ ਹੈ ਕਿਧਰੇ ਭਗਤ ਸਿੰਘ ਜਿਹੜਾ ਉਹ ਇਨਕਲਾਬ ਦਾ ਨਾਰਾ ਲਾ ਰਿਹਾ ਹੈ ਕਿਧਰੇ ਦੁੱਲਾ ਭੱਟੀ ਅਕਬਰ ਬਾਦਸ਼ਾਹ ਨੂੰ ਲਲਕਾਰ ਰਿਹਾ ਅਤੇ ਫਿਰ ਇੰਨੇ ਜ਼ਿਆਦਾ ਮੈਨੂੰ ਕਿਰਦਾਰ ਘੜਨੇ ਪਏ ਉਸ ਸਮਝਣ ਵਾਸਤੇ ਉਹ ਹਕੀਕਤ ਉਲ ਫੁਕਰਾ ਦੇ ਵਿੱਚ ਸਾਰਾ ਕੁਝ ਮੇਰਾ ਦਿਲ ਕਰਦਾ ਸੀ ਕਿ ਮੈਂ ਜੋ ਕੁਝ ਮੈਨੂੰ ਲੱਭਿਆ ਹੁਣ ਤੱਕ ਮੈਂ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਕਿਸੇ ਤਰ੍ਹਾਂ ਉਹਨੂੰ ਕਰਾਂ ਔਰ ਉਹ ਪਰ ਉਹਦੇ ਵਿੱਚ ਸਾਰਾ ਇਹ ਲਿਖਦੇ ਹੋਇਆ ਜਿੱਦਾਂ ਮੈਨੂੰ ਜਿਵੇਂ ਮੈਂ ਅੱਜ ਸੋਚਣਾ ਅਤੇ ਬਹੁਤ ਸਾਰੀਆਂ ਗੱਲਾਂ ਮਤਲਬ ਜਿਸ ਤਰ੍ਹਾਂ ਅਸੀਂ ਪੀੜ੍ਹੀਓ ਪੀੜ੍ਹੀ ਮੈਨੂੰ ਇੰਝ ਲੱਗਦਾ ਕਿ ਅਸੀਂ ਜਿਹੜੇ ਲੋਕ ਹਾਂ ਪੰਜਾਬ ਦੇ ਲਾਹੌਰ ਪੰਜਾਬ ਹੀ ਹੈ ਪੰਜਾਬ ਦੇ ਵਿੱਚ ਲਾਹੌਰ ਕਿ ਅਸੀਂ ਕਿਵੇਂ ਹੋਇਆ ਕੀ ਹੈ ਸਾਰਾ ਕੁਝ ਮਤਲਬ ਮੈਂ ਅਕਸਰ ਸੋਚਣਾ ਇਸ ਇਹਦੇ ਉੱਤੇ ਕਿ ਅਸੀਂ ਪੀੜ੍ਹੀਓ ਪੀੜ੍ਹੀ ਗੁਲਾਮੀ ਦਾ ਸ਼ਿਕਾਰ ਰਹਿ ਕੇ ਆਪਣਾ ਵਿਰਸਾ ਅਤੇ ਅਸਲਾ ਭੁਲਾ ਬੈਠੇ ਹੁਣ ਹੁਕਮਾਂ ਦੇ ਪਾਬੰਦ ਅਤੇ ਮਿੱਥੀਆਂ ਮੰਜ਼ਿਲਾਂ ਦੇ ਰਾਹੀਂ ਆਪਣੀ ਰੀਤ ਨੂੰ ਜ਼ਿੰਦਾ ਰੱਖ ਸਕੀਏ ਨਾ ਕੋਈ ਨਵੀਂ ਗੱਲ ਕਰਨ ਜੋਗੇ ਨਾਵਲ ਡਰਾਮਾ ਸ਼ਾਰਟ ਸਟੋਰੀ ਦੀ ਡੈਫੀਨੇਸ਼ਨ ਸਾਨੂੰ ਰਟਾ ਦਿੱਤੀ ਗਈ ਹੁਣ ਉਹਦੇ ਹੀ ਸਾਂਚੇ ਅਤੇ ਚੌਕਟੇ ਵਿੱਚ ਰੱਖ ਕੇ ਸਾਨੂੰ ਆਪਣੀ ਲਿਖਤ ਮਨਜ਼ੂਰ ਕਰਾਉਣੀ ਪਵੇ ਸਾਡਾ ਕ੍ਰਿਟਿਕ ਜਿਹੜਾ ਸਾਡਾ ਕ੍ਰਿਕਟ ਕ੍ਰਿਟਿਕ ਹੈ ਉਹ ਵੀ ਲਕੀਰ ਦਾ ਫਕੀਰ ਉਹਦੀ ਕ੍ਰਿਟੀਸਿਜ਼ਮ ਫਤਵੇ ਵਰਗੀ ਜਿਹਦੇ ਵਿੱਚ ਕੋਈ ਦਲੀਲ ਨਾ ਹੋਵੇ ਧੜੇਬੰਦੀ ਵਜੋਂ ਲਿਖਾਰੀ ਨੂੰ ਭੰਡਿਆ ਜਾਏ ਨਿੰਦਿਆ ਜਾਏ ਜਾਂ ਉਹਨੂੰ ਬਹੁਤ ਜ਼ਿਆਦਾ ਵਡਿਆਇਆ ਜਾਏ ਜਦੋਂ ਕਿ ਸਾਡੇ ਕਿਸਿਆਰ ਅਤੇ ਕਥੀ ਕਦੀ ਸਾਰੀ ਸਾਰੀ ਰਾਤ ਨਹੀਂ ਕਈ ਕਈ ਰਾਤਾਂ ਕਹਾਣੀ ਸੁਣਾਇਆ ਕਰਦੇ ਜਿਹਦੇ ਵਿੱਚ ਰਾਹ ਕੁਰਾਹ ਪੌੜੀਆਂ ਅਤੇ ਪੜਾਅ ਜਿਹਨੂੰ ਕਹਾਣ ਕਿਹਾ ਜਾਂਦਾ ਪਰ ਨਹੀਂ ਅਸੀਂ ਕਹਾਣ ਨਹੀਂ ਨਾਵਲ ਲਿਖਣਾ ਹੈ ਸਰਕਾਰੋਂ ਲਾਗੂ ਹੋਈ ਤਾਰੀਖ ਹਮਲਾਵਰਾਂ ਦੇ ਫਤਿਹਨਾਮੇ ਸਭ ਕੂੜ ਕਹਾਣੀ ਇਹ ਦਫ਼ਤਰੀ ਵਰਕੇ ਪਾੜੇ ਬਿਨਾਂ ਧਰਤੀ ਦਾ ਦਰਸ਼ਨ ਕੀਕਣ ਹੋਵੇ ਇੱਥੇ ਝੂਠ ਉੱਤੇ ਮੁਕੱਦਸ ਗਲਾਫ ਚੜਾ ਕੇ ਸਾਥੋਂ ਉਹਦੀ ਮੰਨਤਾ ਕਰਾਈ ਜਾਏ ਜਿੱਥੇ ਸੱਚ ਨੂੰ ਲੂਲਾ ਕਰਕੇ ਅੰਨੇ ਖੂਹ ਵਿੱਚ ਸੁੱਟ ਦਿੱਤਾ ਗਿਆ ਲਾਹੌਰ ਜੋਗੀਵਾੜਾ ਜਿਹਦੇ ਗਲੀ ਮੁਹੱਲੇ ਕਾਰੀਗਰਾਂ ਦੇ ਨਾਵਾਂ ਨਾਲ ਤੁਮੇ ਲਾਹੌਰ ਇੱਕ ਜੋਗੀ ਵਾੜਾ ਜਿਹਦੇ ਗਲੀ ਮੁਹੱਲੇ ਕਾਰੀਗਰਾਂ ਦੇ ਨਾਵਾਂ ਨਾਲ ਤੁਮੇ ਉਹਦੇ ਉੱਤੇ ਕਿੰਜ ਕੁ ਨਸਲੇ ਹਰਾਮੀ ਹਾਕਮ ਹੋਏ ਜਿੱਥੇ ਅਯਾਸ਼ੀ ਤੇ ਬਦਮਾਸ਼ੀ ਹੱਥੋਂ ਫਕੀਰੀ ਤੇ ਸਾਦਗੀ ਦਾ ਹੁਲੀਆ ਵਿਗੜ ਗਿਆ ਮਾਧੋ ਹਲਾਲ ਹੁਸੈਨ ਦੇ ਇਸ਼ਕ ਨਾਭਰੀ ਤੇ ਫਕੀਰੀ ਮੇਰੇ ਕਲਮ ਨੂੰ ਦਰਬਾਰੀ ਅਸੂਲਾਂ ਤੋਂ ਆਜ਼ਾਦ ਕਰ ਦਿੱਤਾ ਮੈਂ ਲਿਖਦਿਆਂ ਨਿਸਾਬੀ ਹੱਦਬੰਦੀ ਤੇ ਸਮਾਜੀ ਰੋਕ ਟੋਕ ਦਾ ਕੈਦੀ ਨਹੀਂ ਰਿਹਾ ਹੁਣ ਕਿਸੇ ਗਿੱਲੇ ਉਲਾਮੇ ਦੀ ਪਰਵਾਹ ਕਿਵੇਂ ਹੋਵੇ ਮਾਧੋ ਲਾਲ ਹੁਸੈਨ ਰਾਹੀਂ ਮੈਂ ਲਾਹੌਰ ਦੀ ਵੇਲ ਨਹੀਂ ਹੋਕੀ ਨਜਾਇਜ਼ ਕਬਜ਼ਿਆਂ ਦੀ ਨਿਸ਼ਾਨਦੇਹੀ ਕਰਕੇ ਅਸਲ ਸ਼ਹਿਰ ਦੀ ਬਹਾਲੀ ਲਈ ਮੁਕੱਦਮਾ ਦਾਇਰ ਕੀਤਾ ਮੈਨੂੰ ਕਿਸੇ ਕਜਾਕੀ ਦੀ ਫੋਂਡ ਨਹੀਂ ਸੁਣੀਆਂ ਗੱਲਾਂ ਜੋੜ ਕੇ ਕਹਾਣੀਆਂ ਤੇ ਕਹਾਣੀਆਂ ਰਲ ਕੇ ਇਹ ਕਿਤਾਬ ਬਣੀ ਇਹ ਪਤਾਸਿਆਂ ਦਾ ਛੱਜ ਕਿ ਫੁੱਲਾਂ ਭਰੀ ਚੰਗੇਰ ਮੇਰੇ ਵੱਲੋਂ ਇਹ ਮਾਧੋ ਲਾਲ ਹੁਸੈਨ ਦੀ ਦਰਗਾਹ ਉੱਤੇ ਹਾਜ਼ਰੀ ਹੁਣ ਸਾਈਂ ਲੋਕਾਂ ਦੀ ਮਰਜ਼ੀ ਇਹਨੂੰ ਕਬੂਲ ਕਰਨ ਭਾਵੇਂ ਰੱਦੀ ਦੀ ਟੋਕਰੀ ਵਿੱਚ ਸੁੱਟ ਦੇਣ ਮੇਰੀ ਕਰਤ ਵਿੱਚ ਕੋਈ ਕਮੀ ਕੁਤਾਈ ਸਰ ਪਰ ਰਹਿ ਗਈ ਹੋਣੀ ਕਿਉਂ ਜੇ ਫਕੀਰੀ ਰਮਜ਼ਾਨ ਦੀ ਨੂੰ ਫਰੋਲਣਾ ਜੋਖੁਆਰ ਜਿਉਂ ਜਹਾਂ ਦੇਖੋ ਤਹਾਂ ਕਪਟ ਹੈ ਕਹੋ ਨਾ ਪਿਓ ਚੈਨ
दगाबाज संसार ते गोशा पकड़ हुसैन, मन चाहे महबूब को तन चाहे सुख चैन, दोए राज की सेद में कैसे बने हुसैन। हाँ जी जी सर, सर बहुत बहुत शुक्रिया। अज की गलबात, अज की गलबात साड़ी काफ़ी लंबी हो गई और अज का प्रोग्राम बहुत खास सी और सारे दोस्तों का बहुत बहुत शुक्रिया भी। तो सर आखिर तो मैं एक सवाल सर थोड़े को ही करांगा कि जिहड़ी ओरल हिस्ट्री की ट्रेडिशन तुसी कीती है और असी भी ये बारे जिहड़ा काम कर रहे हैं कि तुसी समझते हो कि इन्हां नूं जिहड़े साडे जिले नाल यंग हिस्टोरियनज ने बैठे हुए कि ओरल हिस्ट्री नूं फुरफुरोले बिना कोई रिसर्च जिहड़ी पंजाब दे उत्ते पूरी हो सकती है? नहीं वेखो, जिहड़ी है ही जिहड़ी साडी असल हिस्ट्री है ही सारी ओरल हिस्ट्री। हुण किहड़ी किताब दा हवाला दिओगे तुसी जिहड़ा जो सानू पढ़ाई जाती है तारीख, वो कितने दुला पट्टी तो वो कोई नहीं, वो साड़ियाँ बहुत सारिया कहानियां कोई नहीं, और फिर वो आम जिहड़ा लुकाई है वो तो है ही कोई नहीं। तारीख सारी तो वो ही लिखाई जाती है ना कि जिन्होंने लिखवाई उन्होंने बारे ही तारीख लिखी गई, आम बंदा तो वो है ही कोई नहीं। हुण जो आम तारीख तुसी लिखनी होगी तो वो तुहानू ओरल हिस्ट्री ही, और भी देखो हुण तो जिस तरह लोगों के जिहड़े नाँ ने पुराने, मतलब मैं अपना अगर जिस तरह मेरा मतलब अगर मैं दसा कि मेरे जिहड़े दादे का नाम समैल सी इस्माइल, जिहड़ा उन्होंने समैल कहिंदे ने बाद विच, हुण समैल जिहड़ा सुल्तान का पुत्र है, सुल्तान जिहड़ा बुढ़े का पुत्र है, बुढ़ा पीरो पीरे का पुत्र है, पीरा पंजू का पुत्र है, पंजू लद्दण का पुत्र है, लद्दण अरूड़े का पुत्र है, अरूड़ा करूड़े का पुत्र है, इस तरह ते जा रही है ना सारी। तो यह नावों में ही हिस्ट्री है, नामा तो ही पता लग रहा कि असी कितों कितों गुजर। इस तरह पिंडा के नाँ, शहर के नाँ, थावान के नाँ, अगर तुम उन्होंने नावों फरोलो उन्होंने हिस्टरी है। फिर तुम बजुर्गों मिलो, इन्हों पखीवासा खाना बदोशा इन्हों जे फकीर हूँ रह गए किधरे किधरे, या जड़िया छोटिया जात जिन्होंने असं कहने कलंधर वेखो, चंगड़ा ओडा इन्हों अगर तुम मिलो उन्होंने को हालां भी तुम्हें कहानियां लभदियां ने, मर रही ने वैसे सारिया कहानियां अक्सर हूँ मर रही ने, बिल्कुल आखिरी वेला है जो उन्होंने कोई संभाल सके। मेरे को ते देखो टेक्नीक नहीं कि मैं हूँ अज सबूत के तौर उत्ते हूँ अगर मैं इंटरव्यू किए होंगे रिकॉर्ड किए होंगे तो मैं अज बड़ी आसानी उन्होंने विखा सकता, पर मेरे को तो टेक्नीक भी नहीं सी। मैनू वैसे टेक्नीकली मैं पुअर भी बहुत हाँ, मैं नहीं मशीन इस्तेमाल करनी आदि तो ना ही कभी सोचा सी कि इस तरह, पर हूँ जी नवी नसल है वो तो बहुत कुछ अपने मोबाइल नाल ही बहुत कुछ कर सकते हैं, रिकॉर्ड करन उन्होंने फिर कट्ठिया करके और कम किया जा सकता है, और यह बड़ा जरूरी है, यह मुकता जा रहा है और बिल्कुल अखीर ते हूँ तो बहुत औखा है। जो मैं भी वेखो जो तुम बहुत सारे लोगों के कोल जाते हो उन्होंने जो गल रिकॉर्ड कर लगते हो ना बजुर्ग, तो वो चुप हो जाते, मतलब तुम कहो ना मैं रिकॉर्ड करने तो चुप हो जाते हैं कि मशीन उन्होंने अगर क्यों रख दो। तो मैं तो खैर उन्होंने गल्लां सुनता सा, सुन के फिर आके लिखता सा, और मैनू इंज लगता है कि जिहड़ियां मैनू गल्लां याद रह जांदियां ने बेसिकली यही गल्लां ने जिहड़ियां अगे टोरन वालियां ने, बहुत कुछ ऐसियां भी डिटेल होंदियां ने जिहड़ियां कोई एडा नहीं होंदा, तो वह फिर इस तरह मैं मेरा तो ऐसी। लेकिन हुण जिहड़ी नवीं नसल है उहदे उह ते बहुत इन्हां मशीनां नूं यूज़ कर सकती है, रिकॉर्डिंग कर सकती है, वीडियो ऑडियो और फिर उन्हां नूं बड़ियां बनाया जा सकता है, और अगलियां नस्लां वास्ते काम होएगा। यह किसी एक बंदे का काम नहीं, वैसे ये बहुत सारे लोग रल के ही इहनूं काम कर सकते हैं, इहदे वास्ते तुहानूं बहुत सफ़र करने पैंदे ने, बहुत सारे लोगों नूं मिलना पैंदा है, तो अगर करना होवे तो कीता जा सकदा है काम, पर कोई करे तो फिर ही। हाँ जी इफ्तखार मित्र पंजाबी और ने सवाल काफ़ी दफ़ा किया है तो मैं इस तो तुहाडे सामने रखागा। इन्हों का यह सवाल है कि इस नावल का हीरो कौन है? वेखो हीरो या उस तरह कहना तो बड़ा औखा है, पर जोड़े मरकजी जिन्होंने अस कह रहे हैं जे
किरदार ने जिन्हें राही ही ये सारी कहानी चलती है उन्होंने जड़िया गल्ला सुनिया ने कभी उन्होंने राही गल चल रही कभी उन्होंने जो लाला जी लाहौरी को सुने उस्ताद फीके को सुने काके कामरेड को सुने अहमद ने और हुसैन ने जेडे मरकजी जिन्हों कह सकते हो किरदार ने वो माधो और हुसैन ही ने ते बाकी उहदे विच मुगले आजम और मुगले आजम के पूरे नौ रत्न ने जिहड़ा अज दा मुगले आजम है आजम मुगल है उन्होंने मुगले आजम किया और उहदे नाल फिर जिहड़ी उहदी पूरी एक नौ रत्ना की एक बनती है जिहदे विच मौलवी अब्दुल वहाब दुरानी भी है और ए डी चौधरी भी है कालू कश्मीरी है बग्गा गुजर है वह सारे ने पर जिहड़ी उहदे विच हाँ दादा जी की एक डायरी है दादा जी की डायरी सिर्फ मेरा लिखण का मतलब ही उहदे विच ऐसी है अखबारों विचों मैं लई सारी जिहड़ियां पुरानियां अखबारां मैनूं मिलियां पाकिस्तान बनने के जिहड़े पहले तीन साल ने उन्हां दीआं जिहड़ी मैं अखबारां इकट्ठियां कीतियां उन्हां दीआं खबरां नूं मैं इकट्ठियां करके डायरी लिखी तो दसना मैं चाहुंदा सां कि पाकिस्तान बनने तों थोड़ा जिहा पहलां कौन लोग सन जिहड़े वंड चाह रहे सन और फिर जदों इह वंड हो गई पंजाब की और जो पाकिस्तान बन गया तो किहड़े लोग जिहड़े सन फिर कब्जे करन वास्ते अगे आए और किवें किवें उन्होंने कब्जे किए बहुत सारिया बिल्डिंग्स और बहुत सारे थावां ते मैं ना लिखे भी उन्होंने असल लोगों के ना लिखे तो फिर जिस तरह कंजर महला मतलब है तो वो जरा बाला बी ए मैडम रजिया तो एफ आई आर उन्होंने राही कहानी है फिर जी कच्ची आबादी है वह परवीन डीपू राही है और फिर एक कहानी किधरे किधरे उधर चली जाती है अकबर बादशाह के वेले तक चली जाती है पिछे वह भी सारी गल हों जी तुम हीरो की गल पूछी ना हीरो इंज कहना औखा होगा क्योंकि हीरो लेकिन जेडे दे मरकजी किरदार ने तो वह माधो तो हुसैन ने ते हीरो तो ये फिर उ बनते हैं सारे शाह हुसैन हीरो है ये दुला पट्टी हीरो है ये मंसूर हलाज हीरो है ये भगत सिंह हीरो है जी बहुत बहुत शुक्रिया सर अज के इस प्रोग्राम दे विच आंदा ताड़ा अज दी कंसेंट दिती तुसा हाँ कीती के तुसी प्रोग्राम करो असी बहुत मशहूर हाँ मरियम डोगर होरां दे मैं उन्हां नूं स्क्रीन ते भी सारे दोस्तां नूं बुला रहा नाल नाल और असी बहुत मशहूर हाँ शाजिया चीमा होरां दे और बहुत मशहूर हाँ प्रोफेसर जुबैर साहब दे और बहुत बहुत मशहूर हाँ असी नवीद आलम साहब दे और बहुत बहुत मशहूर हाँ असी डॉक्टर पवन टिब्बा होर के जिन्होंने अज उचेचा टाइम कढ़िया साढ़े लिए और अज के इस प्रोग्राम च रले और अज की एक खूबसूरत बैठक जी हुई लैलपुर यंग हिस्टोरीयन क्लब के अज के रीडिंग रूम के एक बड़ी उचेची वक्री तो वधिया किताब सी नावल से जिदे ते अज गलबात हुई और तुहाडे सारे दोस्तों का बहुत बहुत शुक्रिया कि तुसी आके इन्हूं होर भी सोना कर दिता बहुत मेहरबानी बहुत मेहरबानी बहुत मेहरबानी।